देखा दर्शन तेरा सजना जी, मैं देखा दर्शन तेरा ओ सजना जी, मैं लोटा दर्शन तेरा ओ सजना, मैं को जी मेरा दिल भर सोना, मैं को जी मेरा दिल भर सोना, नी मैं की कन्याख मना सजना, नी मैं की कन्याख मना दर्शन तेरा आओ सजना जी, मैं पावा दर्शन तेरा आओ सजना, वेड़े साडे वड़दा नहीं ओ, वेड़े साडे वड़दा नहीं ओ, नी मैं लख वसीले पा लख वसीले पावा आओ सजना जी, मैं देखा दर्शन तेरा आओ सजना जी, मैं लोचा दर्शन तेरा आओ सजना, ना सोनी ना दौलत पल्ले, ना सोनी ना दौलत पल्ले, नी मैं क्यों कर उसनू पावा सजना जी, मैं देखा दर्शन तेरा आओ सजना जी, मैं लोचा दर्शन तेरा आओ सजना, जे तन मेरा चश्मा होवे, जे तन मेरा चश्मा होवे, नी मैं मुर्शद वेख न राजा सजना जी, मैं मुर्शद वेख न राजा आओ सजना जी, मैं देखा दर्शन तेरा आओ सजना जी, मैं लोचा दर्शन तेरा आओ सजना, लू लू दे मुड लख लख चश्मा, लू लू दे मुड लख लख चश्मा, नी मैं इक खोला इक कजा ओ सजना जी, मैं इक खोला इक कजा आओ सजना जी, मैं देखा दर्शन तेरा आओ सजना जी, मैं पावा दर्शन तेरा आओ सजना, इतनिया डिटिया सबर नयावे, इतनिया डिटिया सबर नयावे, नी मैं होर किसे वाल पजा सजना जी, मैं होर किसे वाल पजा आओ सजना, माधा स्वामी नाम जो गावे सोही तारे, काल कलेश सब
नाश सुख पाप वे सब दुख हरे कर जन्म सुफल कर ले नाम निज नाम है मन अपने तार ले बैठक स्वामी बुदी निरख निहार और न कोई लख सके आगम अपार गोपत रूप जहाँ तारिया स्वामी नाम बिना नहीं पावई जहाँ कोई विश्राम राधा स्वामी आगे जिन पर ताप वह जागे बारम बार करूं पर नाम सत गुर पदम ताम सत नाम आदे अनाद जुगा नाम शांत स्वरूप छोड़ निज ताम आए पौजल ना दड़ाया सूरत बताई कर्म परम से लिया दोहा कोट कोट करूं वंदना आरब करब सोत पागत सुनाई सबसे न्यारी वेद कते बनाता है विचारी सात पुरुष चौथे पद पासा संतन का सदा विलासा सो
तोरे आलख पुरश दरबारा देखा जाए सूरत से सारा तिस पर आगम लोक एक न्यारा संत सूरत कोई कारत बिहारा तहां से दर से अटल अटारी बुद्ध राधा स्वामी महल सुमारी सूरत होई अति कर मगनानी पुरुष नामी जाए सुमानी सूरत होई कार मगनानी पुरुष नामी जाए सुमानी। भजन श्यामा शबद सतमान करूं आरती राधा स्वामी तन मन सूरत लगाए आरती राधा स्वामी तन मन सूरत लगाए सत्कार योग श्री जोर गुरु महाराज जी दी ਸਾਜੀ ਧੰਨਵਾਦ ਜੀ ਸਾਧ ਸੰਗਤ ਜੀ ਹੋ ਕੱਲ੍ਹ ਵਿਸਾਖੀ ਦਾ ਦਿਹਾੜਾ ਹੈ ਉਸਦੇ ਆਗਮਨ ਵਿੱਚ ਸੰਗਤਾਂ ਗੁਰੂ ਦਰਬਾਰ 'ਚ ਹਾਜ਼ਰੀ ਭਰਨ ਲਈ ਉਪਸਥਿਤ ਹੋਈਆਂ ਨੇ ਕੁਝ ਸੰਗਤਾਂ ਹੋ ਸਕਦਾ ਜੇ ਰਸਤਿਆਂ ਵਿੱਚ ਹੀ ਹੋਣ ਕਿਉਂਕਿ ਜਿਨ੍ਹਾਂ ਨੇ ਗੁਰੂ ਦਰਬਾਰ ਨਾਲ ਕੋਈ ਪਿਆਰ ਕੀਤਾ ਬਈ ਉਹ ਆਪਣਾ ਵਕਤ ਨਹੀਂ ਸਮਝਦੇ ਉਹ ਸਮਝਦੇ ਕਿ ਸਾਡਾ ਇੱਕ ਇੱਕ ਕਦਮ ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਲਈ ਜਦੋਂ ਅਸੀਂ ਪਹੁੰਚਾਂਗੇ ਸਾਨੂੰ ਲੱਖ ਲੱਖ ਖੁਸ਼ੀਆਂ ਮਿਲਣ ਲੱਗੀਆਂ ਕਰਦੇ ਕੰਮ ਤਾਂ ਅਸੀਂ ਸਾਰੀ ਜ਼ਿੰਦਗੀ ਕਰਦਿਆਂ ਨੂੰ ਬੀਤ ਗਏ ਰਾਧਰ ਜਨਮਾਂ ਜਨਮਾਂ 'ਚ ਅਸੀਂ ਆਪਣੇ ਪ੍ਰਥਾਏ ਕੰਮ ਕੀਤੇ ਕੋਈ ਗੁਰੂ ਨੂੰ ਉਹਦੀ ਯਾਦ ਵਿੱਚ ਕਦੇ ਹਾਜ਼ਰੀ ਭਰੇ ਜੇ ਅਸੀਂ ਭਰੀ ਵੀ ਹੈ ਤਾਂ ਧਿਆਨ ਸਾਡਾ ਪਿੱਛੇ ਹੁੰਦਾ ਵੀ ਕੰਸੈਂਟਰੇਸ਼ਨ ਆਫ ਮਾਇੰਡ ਜਿਹਨੂੰ ਕਹਿੰਦੇ ਨੇ ਇਕਾਗਰ ਚਿੱਤ ਨਾਲ ਵੀ ਅਸੀਂ ਕਰਦੇ ਜਿਸਦਾ ਰਿਜ਼ਲਟ ਇਹ ਹੁੰਦਾ ਜਾਂ ਕਰਦੇ ਹਾਂ ਤਾਂ ਕਿਸੇ ਹੰਕਾਰ ਦੇ ਅਧੀਨ ਕਿਸੇ ਮਾਣ ਦੇ ਅਧੀਨ ਜਾਂ ਇਹ ਸੋਚ ਕੇ ਕਿ ਮੈਂ ਬੜਾ ਭਗਤ ਹੋ ਗਿਆ ਹੁਣ ਮੈਂ ਸੰਤਾਂ ਦੇ ਦਰਬਾਰ 'ਚ ਚੱਲਿਆ ਮੇਰੇ ਵਰਗਾ ਕੋਈ ਬੰਦਾ ਪਤਾ ਨਹੀਂ ਖਰੇ ਹੈ ਕਿ ਨਹੀਂ ਵੀ ਉਦੋਂ ਵੀ ਦਾ ਪਰਪਜ਼ ਇਜ਼ ਡਿਫੀਟਡ ਜਿਹੜਾ ਸਾਡਾ ਅਸਲੀ ਪਰਪਜ਼ ਹੈ ਵੀ ਉਹ ਉਹਨੂੰ ਨੁਕਸਾਨ ਪਹੁੰਚਦਾ ਕਿਉਂਕਿ ਸਤਿਗੁਰ ਇਸ ਗੱਲ 'ਚ ਖੁਸ਼ੀ ਨਹੀਂ ਹੁੰਦੇ ਕਿਉਂਕਿ ਆਪ ਨਿਮਰਤਾ ਦੇ ਪੁੰਜ ਹੁੰਦੇ ਬੜਾ ਕੁੱਟ ਕੁੱਟ ਕੇ ਗਰੀਬੀ ਭਾਵ ਉਹਨਾਂ ਦੇ ਅੰਦਰ ਭਰਿਆ ਹੁੰਦਾ ਹੈ ਜੇ ਉਹ ਕੁਛ ਕਰਦੇ ਵੀ ਨੇ ਕਹਿੰਦੇ ਵੀ ਨੇ ਹਰ ਸਮੇਂ ਉਹਨਾਂ ਦੀ ਜ਼ੁਬਾਨ ਤੋਂ ਕੀ ਨਿਕਲਦਾ ਹੈ ਕਿ ਸਤਿਗੁਰਾਂ ਦਾ ਦਰਬਾਰ ਇਹ ਸਤਿਗੁਰਾਂ ਦੀ ਜ਼ਮੀਨ ਇਹ ਸਤਿਗੁਰਾਂ ਦਾ ਡੇਰਾ ਮੈਂ ਤਾਂ ਉਹਨਾਂ ਦਾ ਤੁੱਛ ਕੇ ਸੇਵਕ ਹੈ ਮੈਨੂੰ ਸੇਵਾ ਇਹ ਲੱਗੀ ਹੋਈ ਹੈ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੇਰੀ ਇਹ ਜੋ ਸੇਵਾ ਆਪਨੇ ਲਾਈ ਇਹਨੂੰ ਮੇਰੇ ਅੰਗ ਸੰਗ ਹੋ ਕੇ ਮੇਰੀ ਪੂਰੀ ਕਰਾ ਦੇ ਬਈ ਉਹ ਅਸਲੀ ਪਰਪਸ ਤਾਂ ਉਹ ਹੱਲ ਕਰ ਦੇਣ ਕਿਉਂਕਿ ਸਤਿਗੁਰ ਦੀ ਖੁਸ਼ੀ ਲੈਣ ਲਈ ਨਿਸ਼ਕਾਮਤਾ ਦਾ ਹੋਣਾ ਬੜਾ ਜ਼ਰੂਰੀ
ਗੁਰੂ ਮਹਾਰਾਜ ਦਸਮ ਪਾਤਸ਼ਾਹ ਦਾ ਦਿਨ ਏ ਸੰਗਤ ਅੱਜ ਦੇ ਦਿਹਾੜੇ ਤੇ ਬਈ ਕੇਸਗੜ੍ਹ ਦੇ ਮੈਦਾਨ ਵਿੱਚ ਬੜੀ ਭਾਰੀ ਗਿਣਤੀ ਵਿੱਚ ਜਮ੍ਹਾਂ ਹੋਈਆਂ ਭਾਵੇਂ ਅਸੀਂ ਥੋੜੇ ਹੀ ਹੈ ਮਗਰ ਸਾਡੇ ਲਿੰਕ ਸਾਡੀ ਸੁਰਤ ਸਾਡੀ ਆਰਤੀ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਰਹੀ ਜਿਤਨੀਆਂ ਸੰਗਤਾਂ ਨੇ ਉਹਨਾਂ ਦੇ ਰੈਫਰੈਂਸ ਲਈ ਮੈਂ ਬੇਨਤੀ ਕਰਦਾ ਕਿ ਇੱਕ ਵਾਰ ਸਵਾਮੀ ਜੀ ਨੇ ਸਿਰਫ ਇੱਕ ਵਿਅਕਤੀ ਨੂੰ ਸਤਸੰਗ ਪੂਰਾ ਦਿੱਤਾ ਤੇ ਗੁਰੂ ਮਹਾਰਾਜ ਜੀ ਦਇਆ ਕਿਰਪਾ ਉਹਨਾਂ ਦਾ ਅਸੀਂ ਕਿੰਨੇ ਹੀ ਲੱਖਾਂ ਵਿਅਕਤੀ ਹਾਂ ਕਿਉਂਕਿ 1,25,000 ਸੇ ਏਕ ਲੜਾਉ ਤਵੀ ਗੋਬਿੰਦ ਸਿੰਘ ਨਾਮ ਤੜਾਉ ਉਹਨਾਂ ਨੇ ਇੱਕ ਇੱਕ ਨੂੰ 1,25,000 ਦੀ ਮਹਿਮਾ ਪ੍ਰਦਾਨ ਕੀਤੀ ਕਿ ਮੇਰਾ ਇੱਕ ਸਿੱਖ ਨੀ ਇਹ 1,25,000 ਤੇ ਅੱਜ ਤੱਕ ਕਿਤਨੇ ਹੀ 1,25,000 ਹੋਏ ਪਏ ਸਾਨੂੰ ਬੜੀ ਇਹ ਕਹਿੰਦੇ ਆ ਮਾਣ ਹਾਸਲ ਹੈ ਇਸ ਗੱਲ ਦਾ ਕਿ ਗੁਰੂ ਮਹਾਰਾਜ ਦੇ ਵਰਦਾਨਾਂ ਦੇ ਜ਼ਰੀਏ ਅਸੀਂ ਚਾਹੇ ਥੋੜੇ ਹੀ ਹੈ ਵੀ ਬਹੁਤ ਇਸੇ ਕਰਕੇ ਖਾਲਸਾ ਨੇ ਬੋਲੇ ਵੀ ਐਸੇ ਰੱਖੇ ਜੇ ਕਦੇ ਛੋਲੇ ਚੱਬਣ ਨੂੰ ਮਿਲੇ ਤਾਂ ਉਹਨਾਂ ਨੇ ਕੀ ਫਰਮਾਇਆ ਵੀ ਕੀ ਖਾ ਰਹੇ ਹੈ ਕੀ ਚੱਬ ਰਹੇ ਹੈ ਤਾਂ ਉਹ ਕਹਿੰਦੇ ਸਨ ਬੁਰਾਮ ਚੱਬ ਰਹੇ ਜੇ ਕਦੇ ਡੇਲਿਆਂ ਨਾਲ ਰੋਟੀ ਵੀ ਮਿਲ ਗਈ ਤੇ ਆਪਣੇ ਸਤਿਗੁਰੂ ਨੂੰ ਇੰਨਾ ਉੱਚਾ ਸਮਝਦੇ ਸਨ ਉਹ ਕਹਿੰਦੇ ਸਨ ਰੇੜੂ ਪ੍ਰਸ਼ਾਦ ਨਾਲ ਫੁਲਕੇ ਛੱਕ ਰਹੇ ਜੇ ਕਦੇ ਬਹੀਆਂ ਰੋਟੀਆਂ ਵੀ ਮਿਲੀਆਂ ਨੇ ਤੇ ਤੁਸੀਂ ਵੇਖ ਲਓ ਤੇ ਉਹ ਕਹਿੰਦੇ ਸਨ ਕਿ ਮਿੱਠੇ ਪ੍ਰਸ਼ਾਦੇ ਹੈ ਮਿੱਠੇ ਕਿਸੇ ਨੇ ਮਿੱਠਾ ਪ੍ਰਸ਼ਾਦਾ ਲੈਣਾ ਬਈ ਅਸੀਂ ਭੱਜ ਕੇ ਲੈਂਦੇ ਸਾਂ ਕਿਉਂਕਿ ਸਾਨੂੰ ਪਤਾ ਨਹੀਂ ਸੀ ਮਗਰ ਅਗਰ ਅਸੀਂ ਵੇਖਦੇ ਹਾਂ ਸ੍ਰੀ ਹਜ਼ੂਰ ਜਿਨ੍ਹਾਂ ਦਾ ਨਾਮ ਦੇ ਨਾਲ ਅਸੀਂ ਜਿਸ ਤਰ੍ਹਾਂ ਕਿਸੇ ਸੰਤ ਮਹਾਤਮਾ ਦੇ ਨਾਮ ਨੂੰ ਉਚਾਰਨ ਵਾਸਤੇ ਉੱਥੇ ਕੀ ਜ਼ਿਕਰ ਕਰਦੇ ਹਾਂ ਅਸੀਂ ਸ਼੍ਰੀਮਾਨ 108 ਸਵਾਮੀ ਜੀ ਮਹਾਰਾਜ 108 ਕਿਉਂ ਕਹਿੰਦੇ ਹਾਂ ਕਿ ਉਹਦੇ ਨਾਂ ਦੇ ਨਾਲ ਸ਼੍ਰੀਮਾਨ ਦਾ ਅਕਸ਼ਰ 108 ਵਾਰੀ ਲੈਣ ਦਾ ਅਧਿਕਾਰੀ ਹੈ ਉਹ ਇਸ ਕਰਕੇ 108 ਸਵਾਮੀ ਜੀ ਕਹਿੰਦੇ ਕਿ ਇੰਨੀ ਵਾਰ ਕਹਿਣਾ ਵੀ ਥੋੜ੍ਹਾ ਹੈ ਉਹਦੇ ਨਾਲ ਇੱਥੇ ਸੰਤਾਂ ਮਹਾਤਮਾ ਨੂੰ ਅਗਰ ਅਸੀਂ ਕਰੋੜਾਂ ਵਾਰ ਵੀ ਕਹੀਏ ਇਹਨਾਂ ਨੇ 108 ਤੇ ਗੱਲ ਮੁਕਾਤੀ ਕਰੋੜਾਂ ਵਾਰ ਵੀ ਕਿਹਾ ਜਾਵੇ ਤਾਂ ਥੋੜ੍ਹਾ ਹੈ ਕਿਉਂਕਿ ਉਹਨਾਂ ਦੀ ਮਹਿਮਾ ਵੇਦਾਂ ਨੂੰ ਸਮਝ ਨਹੀਂ ਲੱਗੀ ਬਰਮਾ ਨੂੰ ਜਿਹਨੇ ਵੇਦ ਉਚਾਰਨ ਕੀਤੇ ਉਹਨੂੰ ਸਮਝ ਨਹੀਂ ਲੱਗੀ ਕਿ ਵੇਦ ਕੀ ਉੱਥੇ ਲਿਖਾਂ ਮੈਂ ਕਿ ਸੰਤਾਂ ਦੀ ਮਹਿਮਾ ਕੀ ਆਪਣੀ ਬੁੱਧੀ ਅਨੁਸਾਰ ਸਭ ਨੇ ਲਿਖਿਆ ਮਗਰ ਜ਼ੁਬਾਨ ਦੱਸ ਨਹੀਂ ਸਕਦੀ ਕਿ ਉਹਨਾਂ ਦੀ ਮਹਿਮਾ ਨੂੰ ਉਚਾਰਨ ਕਰਨ ਵਾਸਤੇ ਸਾਨੂੰ ਅਕਸ਼ਰ ਕਿਹੜੇ ਬਦਲਣੇ ਲੈਣੇ ਚਾਹੀਦੇ ਨੇ ਕਿਉਂਕਿ ਮਨ ਬੁੱਧੀ ਦਾ ਮਜ਼ਮੂਨ ਨੇ ਉਹ ਅਥਾਹ ਨੇ ਉਹ ਅਗਮ ਨੇ ਉਹ ਅਲੱਖ ਨੇ ਉਹ ਸਵਾਮੀ ਨੇ ਉਹ ਰਾਮ ਰਾਏ ਨੇ ਉਹ ਆਦਿ ਨਿਰੰਜਨ ਨੇ ਉਹਨਾਂ ਨੂੰ ਜਿੰਨਾ ਕਹੀਏ ਉਹਨਾਂ ਹੀ ਥੋੜ੍ਹਾ ਹੈ ਜ਼ਬਾਨ ਬਿਆਨ ਨਹੀਂ ਕਰਦੀ ਸੋ ਅੱਜ ਅਸੀਂ ਉਸ ਆਗਮਨ ਦੇ ਸਤਸੰਗ ਵਿੱਚ ਜਿੱਥੇ ਉਹਨਾਂ ਦਾ ਜ਼ਿਕਰ ਕਰਾਂਗੇ ਉੱਥੇ ਗੁਰੂ ਮਹਾਰਾਜ ਦੀ ਮਹਿਮਾ ਦਾ ਵੀ ਗਾਇਨ ਕਰਾਂਗੇ ਸਵਾਮੀ ਜੀ ਦੀ ਮਹਿਮਾ ਨੂੰ ਵੀ ਗਾਇਨ ਕਰਾਂਗੇ ਕਿਉਂਕਿ ਸਾਡਾ ਇੱਕ ਇੱਕ ਅਕਸ਼ਰ ਉਸ ਦਰਗਾਹ ਦੇ ਵਿੱਚ ਸੰਤਾਂ ਦੇ ਚਰਨਾਂ 'ਚ ਪਹੁੰਚ ਰਿਹਾ ਹੈ ਤਾਂ ਸਭ ਸੰਗਤਾਂ ਨੂੰ ਗਦਗਦ ਹੋਣਾ ਚਾਹੀਦਾ ਕਿ ਸਾਨੂੰ ਅੱਜ ਸਮਾਂ ਮਿਲਿਆ ਹੈ ਸਤਿਗੁਰੂ ਦੀ ਭਗਤੀ ਦੇ ਜ਼ਰੀਏ ਕਿਉਂਕਿ ਉਹਨਾਂ ਨੇ ਇਤਨੀਆਂ ਭਗਤੀਆਂ ਕੀਤੀਆਂ ਨੇ ਜਿਨ੍ਹਾਂ ਭਗਤੀਆਂ ਦੇ ਜ਼ਰੀਏ ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਜਦੋਂ ਬੈਠਦੇ ਹਾਂ ਉਸ ਵਕਤ ਸਾਨੂੰ ਪਤਾ ਨਹੀਂ ਕਿਤਨਾ ਕੁਛ ਮਿਲਦਾ ਸੱਚਖੰਡ ਤੋਂ ਮਿਲਿਆ ਮਿਲਾਇਆ ਜਦੋਂ ਨਾਮ ਦੇ ਦਿੱਤਾ ਉਸ ਵਕਤ ਹੀ ਸੱਚਖੰਡ ਦੇ ਅਧਿਕਾਰੀ ਉਹਨਾਂ ਨੇ ਕਰ ਦਿੱਤਾ ਇੱਕ ਭਗਤ ਵਿਅਕਤੀ ਨੇ ਮੈਨੂੰ ਪੁੱਛਿਆ ਕਿ ਸੱਚਖੰਡ ਜਾਣ ਲਈ ਟਾਈਮ ਕਿੰਨਾ ਕੁ ਲੱਗਦਾ ਜਰਾ ਮੇਰੇ ਮਨ 'ਚ ਕਈ ਵਾਰੀ ਸੰਕਲਪ ਉਤਪੰਨ ਹੁੰਦਾ ਕਿ ਵੀ ਮੈਂ ਪੁੱਛ ਹੀ ਲਵਾਂ ਕਿ ਸੱਚਖੰਡ ਜਾਣ ਨੂੰ ਸਮਾਂ ਕਿੰਨਾ ਲੱਗਦਾ ਮੈਂ ਕਿਹਾ ਵੀ ਕਦੇ ਜਪਜੀ ਸਾਹਿਬ ਪੜ੍ਹਦਾ ਫਿਰ ਪੜ੍ਹਦਾ ਤੇ ਉੱਥੇ ਕਦੇ ਇਹ ਵੀ ਪੜ੍ਹਿਆ ਹੋਣਾ ਹੈ ਸੁਣਾਓ ਠੀਕ ਹੋ ਬਹੁਤ ਕਿਰਪਾ ਕੀਤੀ ਬੈਠ ਦਰਸ਼ਨ ਸੋ ਅੱਜ ਅਸੀਂ ਅਗਰ ਸੰਤਾਂ ਮਹਾਤਮਾ
ਨੂੰ ਜਿਸ ਵਕਤ ਯਾਦ ਕਰਦੇ ਆ ਉਸ ਯਾਦ ਦੇ ਅੰਦਰ ਬਈ ਸਾਡੇ ਕੋਲ ਅਕਸਰ ਨਹੀਂ ਕਿ ਅਸੀਂ ਕਿਵੇਂ ਯਾਦ ਕਰੀਏ। ਮਨ ਚ ਉਲਾਸ ਤੋਂ ਬੜੇ ਉਤਪੰਨ ਹੁੰਦੇ ਮਗਰ ਉਸ ਹੈਸੀਅਤ ਨੂੰ ਅਸੀਂ ਦੱਸ ਨਹੀਂ ਸਕਦੇ ਵੀ ਇਹ ਕੀ ਹੈਸੀਅਤ ਕੀ ਰੱਖਦੇ ਨੇ ਸੰਤ ਮਹਾਤਮਾ। ਮੈਂ ਉਹਨੂੰ ਜਿਸ ਵਕਤ ਬੇਨਤੀ ਕੀਤੀ ਠੀਕ ਹੋ ਬੀਬਾ ਬੈਠ ਅੱਛਾ ਬਈ ਕਿਸ ਵਕਤ ਜਪਜੀ ਸਾਹਿਬ ਪੜਿਆ ਹੋਣਾ ਹੈ। ਕਿਸੇ ਜਗਿਆਸੂ ਨੇ ਹੀ ਸਵਾਲ ਕੀਤਾ ਕਿ ਜਿਹਦਾ ਜ਼ਿਕਰ ਤੁਸੀਂ ਕਰਦੇ ਹੋ ਕਿ ਉਹ ਮਹਾਤਮਾ ਨੂੰ ਦਰਸ਼ਨ ਦੇਣ ਵਾਲਾ ਜਿਹੜਾ ਆਦਿ ਨਿਰੰਜਨ ਹੈ ਉਹ ਬੜਾ ਉੱਚਾ ਹੈ, ਉਹ ਅਗਮ ਹੈ, ਉਹ ਅਲਖ ਹੈ, ਉਹ ਅਨਾਮੀ ਹੈ, ਵੀ ਉਹ ਕਿੱਡਾ ਕਹਿ। ਇਹੀ ਸਵਾਲ ਉਸ ਜਗਿਆਸੂ ਨੇ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦਾ ਜਵਾਬ ਦਿੱਤਾ। ਹੁਣ ਮਿਣ ਕੇ ਡਾਇਮੈਂਸ਼ਨ ਤਾਂ ਦੱਸ ਨਹੀਂ ਸਕਦੇ ਕਿਉਂਕਿ ਨਾ ਉੱਥੇ ਕੋਈ ਜਰੀਬ ਕੰਮ ਕਰਦੀ ਨਾ ਅਕਲ ਕੰਮ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਜਗ੍ਹਾ ਤੇ ਜ਼ਿਕਰ ਕੀਤਾ ਹੈ। ਮਰਦਾਨੇ ਨੇ ਪੁੱਛਣਾ ਮਹਾਰਾਜ ਜੀ ਆਪਾਂ ਕਿੰਨੇ ਕੁ ਚ ਆ ਗਏ, ਉਹਨਾਂ ਨੇ ਯੋਜਨਾ ਚ ਲਿਖਿਆ ਚੰਦਰਮਾ ਨੂੰ ਲਿਖਿਆ ਇਤਨੇ ਯੋਜਨ ਅਸੀਂ ਉੱਪਰ ਆ ਚੁੱਕੇ, ਕੈਲਾਸ਼ ਪਰਬਤ ਦੀ ਉਚਾਈ ਵੀ ਉਹਨਾਂ ਨੇ ਲਿਖੀ ਇਤਨੇ ਯੋਜਨ ਅਸੀਂ ਆ ਗਏ। ਕੁਛ ਵੀ ਆਪਣੀ ਕੈਲਕੂਲੇਸ਼ਨ ਕੈਲਕੂਲੇਟਰਾਂ ਨਾਲ ਕੰਪਿਊਟਰਾਂ ਨਾਲ ਜਦ ਕਰਦੇ ਆ ਉਦੋਂ ਕੁਛ ਅੰਦਾਜ਼ਾ ਲਾਉਂਦੇ ਮਗਰ ਐਕੂਰੇਟ ਗੱਲ ਆ ਨਹੀਂ ਸਕਦੀ ਕਿਉਂਕਿ ਮਨ ਬੁੱਧੀ ਜਜਮੈਂਟ ਨਹੀਂ ਲਾ ਸਕਦੀ। ਗੁਰੂ ਮਹਾਰਾਜ ਨੇ ਫਰਮਾਇਆ ਬਈ ਜਿਸ ਉੱਚੇ ਦੀ ਮੈਂ ਗੱਲ ਕਰਦਾ ਉਸ ਉੱਚੇ ਨੂੰ ਐਂ ਤੂੰ ਵੇਖ ਨਹੀਂ ਸਕਦਾ ਕਿਉਂਕਿ ਸਾਡੀ ਮਨ ਬੁੱਧੀ ਛੋਟੀ ਹੈ, ਅਸੀਂ ਉਹਨੂੰ ਸਮਝ ਨਹੀਂ ਸਕਦੇ, ਬੜੀ ਔਖੀ ਗੱਲ ਹੈ। ਫਿਰ ਦੱਸੋ ਮਹਾਰਾਜ ਜੀ ਕੁਛ ਤਾਂ ਪਤਾ ਦੱਸੋ। ਉਹਨਾਂ ਨੇ ਇੱਕੋ ਗੱਲ ਜਵਾਬ ਤਾਂ ਇਹ ਵੱਡਾ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ, ਜੇ ਤੂੰ ਉਹਨੂੰ ਜਜਮੈਂਟ ਲਾਣਾ ਆਸ਼ੀਰਵਾਦ ਬਈ ਇੰਨਾ ਉੱਚਾ ਹੋਲਾ ਜਿੰਨਾ ਉਹ ਉੱਚਾ ਹੈ ਫਿਰ ਉਹਨੂੰ ਤੂੰ ਆਪ ਹੀ ਵੇਖਣੀ ਵੀ ਉਹ ਕਿੱਡਾ ਕਰ। ਤੇ ਇਹੀ ਮੈਂ ਬੇਨਤੀ ਉਹਨੂੰ ਕੀਤੀ ਕਿ ਜਿਨ ਬਈ ਤੂੰ ਆਪ ਹੀ ਅੰਦਾਜ਼ਾ ਲਾ ਲਾ ਜਿਹਨੂੰ ਵੇਖਣ ਲਈ ਐਡੇ ਉੱਚਾ ਹੋ ਕੇ ਜਾਣਾ ਪਏਗਾ ਉਹਨੂੰ ਸਮਾਂ ਵੀ ਓਨਾ ਹੀ ਲੱਗੇਗਾ, ਤੂੰ ਆਪ ਹੀ ਜਜਮੈਂਟ ਲਾ ਲਾ। ਮੇਰੇ ਕਹਿਣ ਦੀ ਕਿਹੜੀ ਗੱਲ, ਜਦ ਤੂੰ ਅਨੁਭਵ ਚ ਜਾਏਗਾ। ਗੁਰੂ ਮਹਾਰਾਜ ਨੇ ਤਿਰਕੁਟੀ ਦੀ ਡਾਇਮੈਂਸ਼ਨ ਵੀ ਲਿਖੀ ਇੰਨੀ ਲੰਮੀ ਇੰਨੀ ਚੌੜੀ, ਸਵਾਮੀ ਜੀ ਮਹਾਰਾਜ ਦੇ ਸਾਰ ਵਚਨ ਲਿਖਿਆ ਪਿਆ ਇਤਨੇ ਪਲੰਘ ਜਿੱਥੇ ਗਿਣਤੀ ਸਾਡੀ ਖਤਮ ਹੁੰਦੀ ਹੈ, ਨੀਲ ਦਹਿ ਨੀਲ ਪਦਮ ਦਹਿ ਪਦਮ ਕਹਿ ਦਿੰਦੇ ਹਾਂ ਅਸੀਂ, ਇਹ ਸਾਰੀ ਗਿਣਤੀ ਜਿੱਥੇ ਖਤਮ ਹੁੰਦੀ ਉਹਨੂੰ ਅਸੀਂ ਪਲੰਘ ਕਹਿੰਦੇ, ਸੰਤਾਂ ਦੀ ਬੋਲੀ ਚ ਉਹਨੂੰ ਪਲੰਘ ਕਹਿੰਦੇ। ਕਹਿੰਦੇ ਇਹ ਤਿਰਕੁਟੀ ਦੀ ਰਚਨਾ ਜਿਹੜੀ ਇੱਕ ਪਲੰਘ ਦੀ ਹੈ, ਤੇ ਹੁਣ ਤੂੰ ਅੰਦਾਜ਼ਾ ਲਾ ਲਾ ਵੀ ਕਿੰਨੇ ਪਲੰਘ ਉੱਚਾ ਹੋਏਗਾ। ਇਹ ਤਿਰਕੁਟੀ ਦੀ ਗੱਲ ਆ, ਜੇ ਅਸੀਂ ਦੂਜੀ ਮੰਜ਼ਿਲ ਤੇ ਗਏ ਹਾਂ, ਤੀਜੀ ਪਈ ਹੈ, ਚੌਥੀ ਪਈ ਹੈ, ਫਿਰ ਅਸੀਂ ਪੰਜਵੀਂ ਤੇ ਜਾਣਾ, ਉਸ ਤੋਂ ਅੱਗੇ ਅਲਖ ਲੋਕ ਹੈ, ਅਗਮ ਲੋਕ ਹੈ, ਫਿਰ ਅਨਾਮੀ ਦੇਸ਼ ਆ, ਅਸੀਂ ਉੱਥੇ ਜਾਣਾ, ਅਸੀਂ ਉੱਥੋਂ ਉਤਰ ਕੇ ਆਏ ਹੋਏ ਹਾਂ। ਉਸ ਪਾਤੀ ਗੁਰੂ ਮਹਾਰਾਜ ਸਵਾਮੀ ਜੀ ਮਹਾਰਾਜ ਕੀ ਫਰਮਾਉਂਦੇ ਨੇ ਕਿ ਮੈਂ ਆਰਤੀ ਕਰਦਾ ਸਵਾਮੀ ਜੀ ਨੂੰ ਮਿਲਣ ਵਾਸਤੇ, ਤਨ ਮਨ ਇਕਾਗਰ ਚਿੱਤ ਕਰਕੇ ਮੈਂ ਉਹਦੀ ਆਰਤੀ ਲੱਗਿਆ ਕਰ। ਜਿਹੜਾ ਇੰਨੀ ਉਚਾਈ ਦਾ ਮਾਲਕ ਹੈ, ਖੰਡਾਂ ਬ੍ਰਹਿਮੰਡ ਜਿਹੜੇ ਉਹਨਾਂ ਦੇ ਕੰਟਰੋਲ ਚ ਨੇ, ਜਦੋਂ ਮੈਂ ਉਹਦੀ ਵੱਲ ਤਵੱਜੋ ਕਰਦਾ ਉਹਨੂੰ ਮਿਲਣ ਲੱਗਦਾ, ਗਿਣਤੀ ਤੋਂ ਮੈਨੂੰ ਆਉਂਦੀ ਨਹੀਂ ਪਰ ਮੈਂ ਬੇਨਤੀ ਕਰਦਾ ਸੱਚੇ ਪਾਤਸ਼ਾਹ ਮੇਰੀ ਬੇਨਤੀ ਆਪਦੇ ਚਰਨਾਂ ਮਨਜ਼ੂਰ ਕਰ। ਸੋ ਅੱਜ ਅਸੀਂ ਉਸ ਵੱਡੇ ਦਿਨ ਚ ਜਿਨ੍ਹਾਂ ਨੇ ਲੱਖਾਂ ਕੁਰਬਾਨੀਆਂ ਕੀਤੀਆਂ ਸੰਤਾਂ ਮਹਾਤਮਾ ਨੇ, ਹੋਰ ਸੰਤ ਮਹਾਤਮਾ ਆਏ ਜਿਨ੍ਹਾਂ ਨੇ ਸੰਤਾਂ ਦੇ ਦਰਸ਼ਨ ਕਰਨ ਪਿੱਛੇ ਕਿਤਨੀਆਂ ਕੁਰਬਾਨੀਆਂ ਕੀਤੀਆਂ, ਜਿਹਦੀ ਕੋਈ ਗਮ ਤਾਂ ਨਹੀਂ, ਸਾਡੀ ਗਿਣਤੀ ਜਾ ਨਹੀਂ ਸਕਦਾ, ਸਾਡੀ ਬੁੱਧੀ ਉੱਥੇ ਕੰਮ ਨਹੀਂ ਕਰਦੀ, ਉਹਨੂੰ ਮਿਲਣ ਲਈ ਕੀ ਫਰਮਾਉਂਦੇ ਨੇ ਸੰਤ ਮਹਾਤਮਾ ਕਿ ਮੈਂ ਬੜੀ ਨਿਮਰਤਾ ਨਾਲ ਰਾਧਾ ਸਵਾਮੀ ਦਿਆਲ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜਿੰਨੀ ਉੱਚੀ ਹੈਸੀਅਤ ਦੇ ਮਾਲਕ ਹੋ ਮੈਂ ਤਾਂ ਤੁਛ ਚੀਜ਼ ਹੈ, ਆਪ ਦੇ ਬਰਾਬਰ ਕਿਣਕਾ ਵੀ ਨਹੀਂ, ਪਰ ਕਿਰਪਾ ਕਰੋ ਕਿ ਮੈਂ ਤੁਹਾਨੂੰ ਸਮਝਣ ਲਈ ਮੈਨੂੰ ਮੇਰੀ ਬੁੱਧੀ ਕੰਮ ਕਰੇ ਔਰ ਮੈਂ ਤੁਹਾਨੂੰ ਸਮਝ ਸਕਾਂ ਇੰਨੀ ਉਚਾਈ 'ਤੇ ਜਾਣ ਲਈ ਕਿਸ ਤਰ੍ਹਾਂ ਸਫ਼ਰ ਕਰਾਂ, ਮੈਨੂੰ ਉਹ ਹੈਸੀਅਤ ਬਖਸ਼ਣਾ
ਉਹ ਤਾਕਤ ਬਖਸ਼ਣਾ ਕਿ ਮੈਂ ਤੇਰੇ ਚਰਨਾਂ ਨਾਲ ਜੁੜ ਪਾ। ਸੋ ਬਈ ਸਵੇਰੇ ਕੇਸਗੜ੍ਹ ਦੇ ਮੈਦਾਨ ਚ ਜਿੱਥੇ ਦਸਮ ਪਾਤਸ਼ਾਹ ਨੇ ਪੰਜ ਸਿੰਘਾਂ ਦੇ ਸੀਸ ਮੰਗੇ, ਉਹਦੀ ਛੋਹ ਅੱਜ ਵੀ ਸਿੰਘਾਂ ਚ ਪ੍ਰਾਪਤ ਰਹਿਣੀ। ਉਹਨਾਂ ਨੇ ਦੱਸੀ ਹੈ ਕਿ ਕੌਣ ਖਾਲਸਾ, ਖਾਲਸਾ ਬਣਾਇਆ ਉਹਨਾਂ ਨੇ, ਖਾਲਸੇ ਦਾ ਵਰਣਨ ਕੀਤਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੂੰ ਨਿਵਾਸ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿਨ੍ਹਾਂ ਨੇ ਸਿਰਜਣਾ ਕੀਤੀ ਖਾਲਸੇ ਦੀ, ਕੋਈ ਕਹਿੰਦੇ ਜਦੋਂ ਇਹ ਟੇਢਾ ਕੰਮ ਕਰੇਗਾ ਕੋਈ, ਮੈਂ ਇਹਦੀ ਪ੍ਰਤੀਤ ਨਹੀਂ ਕਰਨੀ। ਅਸੀਂ ਕਿਰਪਾਨ ਇੱਕ ਪਹਿਨ ਕੇ ਬਈ ਬੜੀਆਂ ਡੀਂਗਾਂ ਲੱਗ ਜਾਂਦੇ ਮਾਰਨ, ਸੰਤ ਮਹਾਤਮਾ ਨੇ ਗਰੀਬੀ ਧਾਰਨ ਕੀਤੀ, ਇੱਥੋਂ ਤੱਕ ਕਹਿਤਾ ਕਿ ਜੋ ਕੋਈ ਮੁਝ ਕੋ ਗੁਰੂ ਉੱਚਰ ਹੈ, ਨਰਕ ਕੁੰਡ ਮੈਂ ਛਿਮ ਛਿਮ ਪਦ ਹੈ, ਮੈਂ ਤੋ ਪਰਮ ਪੁਰਸ਼ ਕੋ ਦਾਸਾ, ਦੇਖਣਾ ਜਗ ਤਮਾਸ਼ਾ, ਮੈਂ ਤਮਾਸ਼ਾ ਦੇਖਣਾ, ਮੈਂ ਤੋ ਬਈ ਉਸ ਪਰਮ ਪਿਤਾ ਦੇ ਨੌਕਰ ਹੈ, ਦਾਸ ਹੈ ਮੈਂ ਉਹਦੇ, ਜੋੜੇ ਝਾੜਨ ਵਾਲਾ ਉਹਦੇ ਦਰਵਾਜ਼ੇ ਤੇ, ਜਿਸ ਤਰ੍ਹਾਂ ਅਸੀਂ ਕੁੱਤੇ ਨੂੰ ਰੋਟੀ ਪਾ ਦਿੰਦੇ ਹਾਂ, ਉਹ ਕਿਤਨੀ ਨਿਮਰਤਾ ਨਾਲ ਉੱਥੇ ਬੈਠਣ ਦਾ ਸਬਰ ਸੰਤੋਖ ਨਾ, ਮੈਂ ਬੈਠਾ ਕਿ ਕਿਸ ਵਕਤ ਮੇਰੇ ਸਤਿਗੁਰੂ ਰਹਿਮਤ ਕਰਕੇ ਦਿਆਲਤਾ ਦੇ ਜ਼ਰੀਏ ਮੈਨੂੰ ਅਪਣਾਉਣਗੇ ਔਰ ਮੈਨੂੰ ਜ਼ਰੂਰ ਕੰਠ ਲਾਏ, ਅਵਗਨ ਸਭ ਮੇਟੇ ਦਿਆਲ ਪੁਰਖ ਬਖਸ਼ਣ ਦਾ। ਉਹਦੇ ਪ੍ਰਤੀ ਗੁਰੂ ਮਹਾਰਾਜ ਨੇ ਫਰਮਾਇਆ ਸਾਰੇ ਹੀ ਗੁਨਾਹ, ਕਿਉਂਕਿ ਅਸੀਂ ਦਿਨ ਰਾਤ ਗੁਨਾਹ ਦੇ ਪੁਤਲੇ ਹਾਂ। ਮੈਂ ਉਹ ਗਿਣਤੀ ਕਰਕੇ ਆਪ ਗੁਨਾਹ ਦੱਸ ਨਹੀਂ ਸਕਦਾ ਕਿ ਕਿਤਨੇ, ਮਗਰ ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਰਿਹਾ, ਤੂੰ ਦਿਆਲ ਪੁਰਸ਼ ਹੈ, ਤੂੰ ਰਹੀਮ ਹੈ, ਤੂੰ ਰਾਜ਼ਕ ਹੈ, ਮੈਨੂੰ ਖਾਣ ਪੀਣ ਨੂੰ ਵੀ ਬਖਸ਼ਦਾ ਹੈ, ਮੇਰੇ ਤੇ ਹਰ ਰਹਿਮਤਾਂ ਤੂੰ ਕਰਦਾ। ਸੋ ਅਸੀਂ ਉਸ ਦਿਹਾੜੇ ਦੀ ਆਗਮਨ ਵਿੱਚ ਆਪਣੇ ਸਤਿਗੁਰਾਂ ਦੀ ਯਾਦ ਵਿੱਚ ਬਈ ਗੁਰੂ ਮਹਾਰਾਜ ਦੇ ਇਸ ਦਰਬਾਰ 'ਚ ਆਪਣੀ ਹਾਜ਼ਰੀ ਭਰਨ ਲਈ ਗੁਰੂ ਮਹਾਰਾਜ ਦੀ ਬਾਣੀ ਲੈ ਰਹੇ, ਪੜ੍ਹ ਰਹੇ। ਖਿਆਲ ਨੂੰ ਮੇਰੀ ਮੈਂ ਬੇਨਤੀ ਕਰਦਾ ਹੈ, ਸਨਿਮਰ ਬੇਨਤੀ ਕਿ ਸਭ ਨੇ ਬਈ ਆਪਣੇ ਖਿਆਲ ਨੂੰ ਜੋੜ ਕੇ ਜ਼ਰੂਰ ਆਪਣਾ ਧਿਆਨ, ਕਿਉਂਕਿ ਅਗਰ ਅਸੀਂ ਇੱਕ ਨਿਮਕ ਜਿਨ ਇੱਕ ਛਿੰਨ ਧਿਆਇਓ ਖਾਲ ਫਾਸ ਕੇ ਬੀਚ ਨਾ ਆਇਓ, ਤੇ ਸਭ ਪਾਤਸ਼ਾਹ ਦਾ ਉਹਨਾਂ ਦਾ ਫਰਮਾਨ ਹੈ ਜਿਨ੍ਹਾਂ ਨੇ ਕੱਲ੍ਹ ਦੇ ਦਿਵਸ ਤੇ ਖਾਲਸੇ ਦੀ ਸਿਰਜਣਾ ਕੀਤੀ, ਜਿਹਦੇ ਪ੍ਰਤੀ ਕੁਛ ਅਕਸ਼ਰ ਮੈਂ ਬਿਆਨ ਕੀਤੇ ਨੇ ਕਿ ਮੇਰਾ ਬਣਾਇਆ ਹੋਇਆ ਖਾਲਸਾ, ਉਹਦੇ ਵਿੱਚ ਮੈਂ ਸਦਾ ਵਸਦਾ, ਉਹਦੇ ਵਿੱਚ ਰਹਿਣਾ, ਰਹਿਣੀ ਰਹੇ ਸਿੱਖ ਜੋ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਮੈਂ ਉਹਦਾ ਗੁਲਾਮ ਹੈ ਜੋ ਰਹਿਣੀ ਰਹੇ। ਬਈ ਰਹਿਣੀ ਕੀ ਹੈ? ਬਈ ਜਿਸ ਤਰ੍ਹਾਂ ਸੰਤ ਮਹਾਤਮਾ ਨਾਮ ਦੀ ਬਖਸ਼ਿਸ਼ ਕਰਦੇ, ਸਵੇਰੇ ਉੱਠ ਕੇ ਦਾਤਨ ਕੁਰਲਾ ਕਰਕੇ ਇਸ਼ਨਾਨ ਹੋ ਸਕੇ ਤਾਂ ਠੀਕ, ਬਹੁਤ ਅੱਛਾ, ਨਹੀਂ ਤਾਂ ਮੂੰਹ ਹੱਥ ਧੋ ਕੇ ਪੰਜ ਇਸ਼ਨਾਨੀ ਕਰਕੇ ਚੌਂਕੜੀ ਧਾਰਨ ਕਰਕੇ ਬੈਠਣਾ, ਸਿਮਰਨ ਨਾਲ ਜੁੜਨਾ। ਕਿਸ ਸਿਮਰਨ ਨਾਲ? ਜਿਹੜਾ ਪੂਰੇ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਪੰਜ ਅਕਸ਼ਰਾਂ ਦੇ ਵਿੱਚ, ਵਰਨਾਤਮਕ ਜਿਹਨੂੰ ਕਹਿੰਦੇ ਨੇ, ਅਕਸ਼ਰਾਂ ਚ ਬਿਆਨ ਹੋਣ ਵਾਲਾ ਜਿਹੜਾ ਨਾਮ ਹੈ, ਵੀ ਉਹਦੇ ਸਿਮਰਨ ਨਾਲ ਜੁੜਨਾ, ਉਹਦੇ ਸਰੂਪ ਨੂੰ ਨਮਸਕਾਰ ਪਰਨੂੰ ਕਰਨਾ, ਫਿਰ ਚੌਂਕੜੀ ਦੇ ਵਿੱਚ ਉਸ ਸਿਮਰਨ ਦੇ ਵਿੱਚ ਜੁੜਨਾ। ਜਦ ਸਾਡਾ ਮਨ ਕੰਸੋਲੀਡੇਟ ਹੋ ਇਕੱਤਰ ਹੋਏਗਾ, ਉਸ ਵਕਤ ਕੀ ਹੋਏਗਾ? ਪੈਰ ਦੇ ਅੰਗੂਠੇ ਤੋਂ ਸਾਡੀ ਸੁਰਤ ਦਾ ਸਿਮਟਾ ਗੁਦਾ ਚੱਕਰ ਤੇ ਆਏਗਾ, ਪਰ ਫਿਰ ਇੰਦਰੀ ਚੱਕਰ ਦੂਸਰਾ ਸਥਾਨ ਹੈ ਉੱਥੇ ਜਾਏਗਾ, ਫਿਰ ਨਾਭੀ ਚੱਕਰ ਚ ਆਏਗਾ, ਉਸ ਤੋਂ ਬਾਅਦ ਹਿਰਦੇ ਚੱਕਰ ਚ ਆਏਗਾ, ਫਿਰ ਕੰਠ ਚੱਕਰ ਚ ਜਾਏਗਾ ਜਿੱਥੇ ਪ੍ਰਾਣਾਂ ਦੀ ਗੰਢ ਪਈ ਹੋਈ ਹੈ, ਸਾਡੀ ਜੜ ਚੇਤਨ ਦੀ ਗੰਢ ਹੈ, ਉਹ ਰਿਲੀਜ਼ ਹੋਏਗੀ, ਖੁੱਲੇਗੀ, ਫਿਰ ਅਸੀਂ ਥਰਡ ਆਈ ਤੇ ਜਾਵਾਂ। ਇਸ ਰਸਤੇ ਦਾ ਧਿਆਨ ਕਰਨਾ, ਜਦੋਂ ਸਾਡਾ ਇਹ ਕੋਰਸ ਪੂਰਾ ਹੋ ਜਾਏਗਾ, ਸਾਡੀ ਸੁਰਤ ਪ੍ਰਾ ਬਾਣੀ ਚ ਚਲੀ ਜਾਏਗੀ, ਜਿਸ ਪ੍ਰਤੀ ਗੁਰੂ ਮਹਾਰਾਜ ਨੇ ਫਰਮਾਇਆ ਕੇਤਕ ਨਾਮ ਜਪੇ ਤੇਰੀ ਜੇਬਾ, ਸਤਨਾਮ ਮੇਰਾ ਪਰਾ ਪੂਰਬਲਾ। ਉਹ ਪ੍ਰਾ ਬਾਣੀ ਜਿਹੜੀ ਆ, ਅਸੀਂ ਅਪਰਾ ਬਾਣੀ ਬੋਲ ਰਹੇ ਇਸ ਵਕਤ, ਜਿਹੜੀ ਜ਼ਬਾਨ ਨਾਲ ਬੋਲੀ ਜਾਂਦੀ, ਉਹ ਅਨਰਿਟਨ ਲਾ, ਅਨਸਪੋਕਨ ਲੈਂਗੁਏਜ, ਜਿਹਦਾ ਜ਼ਬਾਨ ਨਾਲ ਬਿਆਨ ਨਹੀਂ ਹੋ ਸਕਦਾ, ਉਹ ਲਿਖਣ ਪੜ੍ਹਨ ਚ ਆ ਨਹੀਂ ਸਕਦੀ, ਉਹ ਪ੍ਰਾ ਬਾਣੀ ਹੈ। ਫਿਰ ਅਸੀਂ ਉਸ ਬਾਣੀ ਚ ਜਾਵਾਂਗੇ,
क्योंकि जेड़ी बाणी जबान ना बोली जाती उन्हें बैखड़ी बाणी करके कर फिर कंठ च चले जाने असि उस वक्त उन्हें त्रै लोग सब कुछ इन्हीं माए अखर खिर जाएंगे वो अखर इनमें नहीं उठे अखरा का कोर्स खत्म हो गया फिर की हुंदा इहदे अंदर एक धुनी उत्पन्न होंगी भई वह जोत जगनी जड़ी मस्तक ते उत्ते कई साधु बनाई फिरदे ने पंजाब च तो ऐसा रिवाज नहीं दूजिया स्टेटा दे विच लोग तुसी देखदे हो बाजारा च तुरे फिरदे कई साधु मस्तक दे उत्ते संदूर नाल या केसर नाल जोत बनाउंदे ने वो जोत भी एक्चुअली अंदर है अंदर तो देखी जाती नहीं उन्होंने तो बाहर ही बना लेंगे ने विखाते ने लोगों भी इतने जोत जगती भी फिर असि उस जोत वेखन जाने उस जोत की बिचों पलटू साहब भी लिखते ने कि निकसे एक आवाज उस ज्योति के मैं उस जोत के आवाज उत्पन्न होंगी वो इन्नी सुरीली है कि जिस वक्त सानू सुनाई दी सानू मस्ती दी शक्ल धारण करा दी सानू उपर नू खचा कर दी ठीक हो जिस वक्त असी उस आवाज नू सुनदे आ साडी जो आत्मक अवस्था है वो लिव दी स्टेज च जांदी लिव लगदी उस तो बाद समाधि लगदी भई वो फिर जो कैंडल है वो दीपक है जड़ा वो सानू देखन चाहता इस वक्त वो दीवा जग जाता सानू तरलोकी की सूझ हो जाती तरलोकी जो कुछ हो रहा है इनू दिखना शुरू हो जाता असि बैठते चौकड़ी मारते पाठ भी करते पाठ संपूर्ण हो जाता भी कदे कोई बंदा हाथ खड़ा करके कवे कि मैं पाठ किया मेरे अंदर वो आवाज आई भाई मैनू जोत का दर्शन होया नहीं मिलेगा क्योंकि पढ़न नाल भई वह चीज प्राप्त नहीं होंगी जिस वक्त असं शरीर विचों पैर दे अंगूठे तो अपनी सुरत नूं उठा के अखां दे पिछे लियावांगे उस जो दीपक दा दर्शन होएगा जिस वक्त उदों उस सिमरन दे जरिए फिर पवन सूझी होगी त्रिलोकी दी सूझ आ जाएगी पता लग जाएगा भी इहदे मन च की है त्रिलोकी च की कुछ हो रहा है पता लग जाएगा किसी नूं 5 साल हो गए किसी ने अजे लेना ही है नाम जिन्हों 5 साल हो गए 10 साल हो गए क्योंकि मेहनत साढ़े को हुई नहीं संतान ने झूठ लिखा नहीं कोई बंदा कहे भी उन्हें जोत वेखी क्योंकि मेहनत नहीं तन मन तन उन्होंने कहा जिन्होंने वेखी वह कहते मैं तेन तन मन चढ़ावा वैसे तो कबीर साहब ने बयान किया पहले दाता सिख पाया जिन तन मन अर्पा शीस पाछे दाता गुर पया जिन नाम किया बख्शीश ये जानता है जदों प्यार दे अंदर उत्पन्न होंदा बाणी संतां नी सुनदा सत्संग शामिल होंदा उस प्यार दे विच आके कहिंदा सच्चे पातशाह मैनूं नाम दी बख्शिश कर दे वो कहिंदे तैनूं तन मन धन देना पएगा ये जुगात लगूगी तां तैनूं तन भी देना पएगा मन भी ते तन भी ये मेरा हो जाएगा तेरा नहीं होना किसी ने अगर कोई इतिहास पढ़िया राजे जनक नूं जिस वक्त अष्टापकर उन्होंने गुरु से नाम की बख्शिश की उस वक्त उन्हें टंडोरा पटवाया हुआ सी कि मैनू समा नहीं इतने इतिहास सुनदा इतने सत्संग सुन मैं नहीं सुन सकता मैं राजा है मैं इंसाफ भी करना कचहरी भी करनी हैव नो टाइम मेरे को वक्त नहीं है इन्ना गल्लां सुनने का मैनू उतने देर दे विच नाम मिलना चाहिए कि घोड़े ते काठी पाई होवे लगामा उन्हूं दित्तियां होन रकाब च पैर रखिया जावे ते दूजी लत घोड़े की पिठ ते लिजाण नूं जिन्ना समा लगता इतनी देर च मैनू नाम मिले ये तो वध मेरे को समा नहीं अगर मैनू नहीं ये दे सकेगा और कोई बंदा कलेम करेगा कि मैं तेनू नाम दे दूं ते उन्हूं सिर उतारना पएगा सिर देना पएगा सब डरदे है सभा उत्ते लगी हुई है सब बंदे सोचते कि समा बड़ा थोड़ा है ज्ञान तो मैं इनू करा दू पुरानी किताब जा लिखे टिपकड़ी जा किताब लिखे भी सुरत अपनी तो अंदर गई नहीं दूसरे दी कैसे चल जाएगी ले जा नहीं सकता सब डरते पैर पीत हो बैठे साधु महात्मा जेड़ा उस चीज का अधिकारी है जेड़ा अंदर जाता है ओनू निरपय हो जाता अवस्था निरपय है
ਡਰਦਾ ਨਹੀਂ ਹੋ, ਸੀਸ ਤੋਂ ਇੱਕ ਵਾਰ ਦੇਣਾ, ਮੌਤ ਇੱਕ ਵਾਰ ਹੋਣਾ। ਹੁਣ ਅਸ਼ਟਾ ਬੱਕਰ ਉਸ ਵਕਤ ਦਾ ਪੂਰਨ ਮਹਾਤਮਾ ਸੀ, ਉਹਨੇ ਵੇਖਿਆ ਕਿ ਸਭਾ ਦੇ ਵਿੱਚ ਤੋਂ ਕੋਈ ਵੀ ਨਹੀਂ ਜਾ ਰਿਹਾ, ਬੜੇ ਬੜੇ ਰਾਜੇ ਜਿਨ੍ਹਾਂ ਦੇ ਮੋਢੇ ਫਰਕ ਰਹੇ, ਡੌੜੇ ਫਰਕ ਰਹੇ ਆ, ਹਿੰਮਤ ਨਹੀਂ ਪੈ ਰਹੀ ਵੀ ਜਾਈਏ, ਕਿਵੇਂ ਰਾਜੇ ਨੇ ਸਿਰ ਲਾ ਦੇਣਾ। ਹੁਣ ਰਾਜੇ ਜਨਕ ਦੀ ਇਹ ਜੋ ਇੱਛਾ ਹੈ ਉਹਦੇ ਮੁਤਾਬਕ ਸਭ ਲੋਕ ਭੈਭੀਤ ਹੋ ਕੇ ਬੈਠੇ ਹੋਏ। ਅਸ਼ਟਾਪਦ ਬੱਕਰ ਨੇ ਦੇਖਿਆ ਕਿ ਅਕਸਰ ਜਿਹੜਾ ਸੱਚ ਹੈ ਉਹ ਤੋਂ ਦੱਸਣਾ ਪਏਗਾ। ਉੱਠ ਕੇ ਉਹਨਾਂ ਦੇ ਸਰੀਰ ਚੱਟ ਫਲ ਪੈਂਦੇ ਸੀ, ਅਸ਼ਟਾ ਬੱਕਰ ਹੀ ਉਹਨਾਂ ਦਾ ਨਾਂ ਤਾਂ ਸੀ। ਉਹ ਉੱਠ ਕੇ ਆਪਣੀ ਜਗ੍ਹਾ ਤੋਂ ਜਿੱਥੇ ਸਟੇਜ ਲੱਗੀ ਹੋਈ ਸੀ ਉਸ ਪਾਸੇ ਨੂੰ ਚੱਲ ਪਏ। ਸਾਰੀ ਸਭਾ ਹੱਸਣ ਲੱਗ ਗਈ। ਹੁਣ ਸਭਾ ਜਿਸ ਵਕਤ ਹੱਸ ਰਹੀ ਹੈ ਉਹ ਅਸ਼ਟਾ ਬੱਕਰ ਪਰਵਾਹ ਨਹੀਂ ਕਰ ਰਹੇ, ਸਟੇਜ ਤੇ ਪਹੁੰਚ ਗਏ ਤੇ ਰਾਜੇ ਨੂੰ ਜਾ ਕੇ ਕਹਿੰਦੇ, ਰਾਜਨ ਇਹ ਸਭਾ ਚਮੈਰਾ ਨੀ ਇਕੱਠੀ ਕੀਤੀ ਹੈ, ਕਾਹ ਨਹੀਂ ਕੀਤੀ? ਲੋਕ ਬੜੇ ਹੈਰਾਨ, ਰਾਜਾ ਵੀ ਹੈਰਾਨ ਵੀ ਇਹ ਚਮੈਰਾ ਨੀ ਸਭਾ ਹੈ। ਕੋਈ ਰਾਜਾ ਹੈ, ਕੋਈ ਆਪਣੇ ਆਪ ਨੂੰ ਬੜਾ ਅਮੀਰ ਤਨਾੜ ਕਹਿ ਰਿਹਾ, ਕੋਈ ਬੜਾ ਗਿਆਨੀ ਹੈ, ਚਮੈਰ ਕੈਸੇ? ਉਹ ਕਹਿੰਦਾ ਮੇਰੇ ਚਮੜੇ ਦੀ ਪਰਖ ਕਰ ਰਹੇ, ਮੇਰੇ ਗਿਆਨ ਨੂੰ ਤਾਂ ਕੋਈ ਨਹੀਂ ਦੇਖ ਰਿਹਾ, ਇਸ ਕਰਕੇ ਇਹ ਸਭ ਚਮੈਰਾ ਨੀ ਸਭਾ। ਖੈਰ ਰਾਜੇ ਨੇ ਆਪਣੀ ਸ਼ਰਤ ਬਿਆਨ ਕੀਤੀ ਕਿ ਮੈਨੂੰ ਨਾਮ ਲੈਣਾ, ਮੇਰੀ ਤਮੰਨਾ ਹੈ ਤੋ ਮੈਂ ਲੈਣਾ ਇਤਨੇ ਟਾਈਮ ਚ ਹੈ। ਉਹਨੇ ਕਹਿੰਦਾ, ਅਸ਼ਟਾ ਬੱਕਰ ਜੀ ਕਹਿਣ ਲੱਗੇ ਕਿ ਤਨ ਮਨ ਧਨ ਦੀ ਜੁਗਾਤ ਦੇਣੀ ਪਏਗੀ ਤੈਨੂੰ, ਨਾਮ ਤਾਂ ਮੈਂ ਤੈਨੂੰ ਦੇ ਦਾ। ਹੁਣ ਸੋਚਦਾ ਵੀ ਤਨ ਮਨ ਧਨ ਕੀ ਮਤਲਬ, ਇਹ ਤਾਨਾ ਮੇਰਾ ਹੋ ਜਾਏਗਾ ਤੇਰਾ ਨਹੀਂ। ਤੂੰ ਜਿਸ ਵਕਤ ਮੈਨੂੰ ਇਹ ਵਚਨ ਦੇਗਾ ਉਸ ਵਕਤ ਜੋ ਮੈਂ ਤੇਰੇ ਤਨ ਤੋਂ ਕਰਾਉਣਾ ਚਾਹੂੰ ਉਹੀ ਕਰਾਊਂ, ਤੈਨੂੰ ਮੰਨਣਾ ਪਏਗਾ। ਸੋਚ ਕੇ ਕਹਿਣ ਲੱਗਿਆ ਵੀ ਨਾਮ ਤੋਂ ਜ਼ਰੂਰ ਲੈਣਾ, ਚਲੋ ਤਨ ਮੇਰਾ ਤੁਹਾਡਾ ਹੋ ਗਿਆ, ਮਨ ਵੀ ਮੇਰਾ ਮੈਂ ਤੁਹਾਨੂੰ ਦੇ ਦਿੱਤਾ। ਤਾਨੇ ਸਭ ਜੋ ਕੁਛ ਮਹਿਲ ਮਾੜੀਆਂ ਤੁਸੀਂ ਲੈ ਲਓ। ਹੁਣ ਅਸ਼ਟਾ ਬੱਕਰ ਜੀ ਕਹਿੰਦੇ ਕਿ ਹੁਣ ਸਭ ਕੁਛ ਮੇਰਾ ਹੋ ਗਿਆ, ਹੋ ਗਿਆ ਜੀ, ਮੰਨ ਲਿਆ ਵੀ ਮੈਂ ਹੋ ਗਿਆ। ਉਹ ਸਭਾ ਦੇ ਜੋੜੇ ਜਿੱਥੇ ਪਏ ਉੱਥੇ ਚੱਪ, ਕਿਉਂਕਿ ਸਰੀਰ ਤੋਂ ਜੋ ਕੰਮ ਮੈਂ ਮਰਜ਼ੀ ਲੈਣਾ, ਮੇਰਾ ਹੋ ਗਿਆ ਨਾ? ਹਾਂਜੀ ਹੋ ਗਿਆ, ਤੇ ਫਿਰ ਜੋੜਿਆਂ ਚ ਚੱਲੋ। ਹੁਣ ਇੱਕ ਸਕਿੰਟ ਸੋਚ ਆਈ ਕਿ ਮੈਂ ਰਾਜਾ ਸਭਾ ਦੇ ਜੋੜਿਆਂ ਚ ਕੈਸੇ ਗਾ? ਕਹਿੰਦੇ ਬਈ ਨਾਮ ਤੋਂ ਲੈਣਾ, ਨਾਮ ਲੈਣਾ ਤੂੰ ਜਾਣਾ ਪਏਗਾ, ਨਹੀਂ ਲੈਣਾ ਤਾਂ ਘਰ ਨੂੰ ਜਾ। ਹੁਣ ਜੋੜਿਆਂ ਚ ਜਾਂਦਾ ਪਰ ਬੜਾ ਸ਼ਰਮਸਾਰ ਹੈ, ਸੋਚਿਆ ਕੋਈ ਗੱਲ ਨੀ, ਦੇਖਦੇ ਆ ਮਹਾਤਮਾ ਕੀ ਕਰਦਾ, ਚਲੋ ਇੰਨੀ ਕੀ ਗੱਲ ਹੀ ਆ ਨਾ, ਮੈਂ ਜੋੜਿਆਂ ਚਲਾ ਗਿਆ। ਹੁਣ ਜੋੜਿਆਂ ਚ ਜਾ ਕੇ ਧਿਆਨ ਕਰਦਾ, ਮੇਰੀਆਂ ਰਾਣੀਆਂ, ਮੇਰੀ ਪ੍ਰਾਪਰਟੀ, ਮੈਂ ਇਸ ਸਭਾ ਦਾ ਮਾਲਕ ਸੀ, ਬੜੇ ਬੜੇ ਰਾਜੇ ਮੈਨੂੰ ਸਲਾਮ ਕਰਦੇ, ਵਜ਼ੀਰ ਮੇਰੇ, ਨੌਕਰ ਮੇਰੇ, ਤੇ ਮੈਂ ਤਾਂ ਕੌਡੀ ਦਾ ਬਣਾ ਰਿਹਾ। ਹੁਣ ਅਸ਼ਟਾ ਬੱਕਰ ਕਹਿਣ ਲੱਗੇ, ਕਿਉਂਕਿ ਉਹ ਜਾਣਦੇ ਅੰਤਰ ਕੀ ਬਿੱਧ ਸਭ ਕੁਛ ਜਾਣੇ, ਉਹ ਸਾਰੀ ਜਾਣਦੇ ਨੇ ਵੀ ਇਹਦਾ ਮਨ ਹੁਣ ਕੀ ਕਹਿ ਰਿਹਾ, ਕੀ ਕਰ ਰਿਹਾ, ਸੋਚ ਤੋਂ ਰਿਹਾ, ਇਹ ਤਾਂ ਮਹਿਲ ਮਾੜੀਆਂ ਦੇ ਸੁਪਨੇ ਲਾ ਗਿਆ ਲੈਣ। ਕਹਿੰਦੇ ਤੂੰ ਸਭ ਕੁਛ ਆਪਣਾ ਆਪ ਮੈਨੂੰ ਦੇ ਚੁੱਕਿਆ, ਹੁਣ ਆਪਣੇ ਮਹਿਲਾਂ ਚ ਤੇ ਇਹਨਾਂ ਸੰਗਤਾਂ ਦਾ ਧਿਆਨ ਮਤ ਕਰੋ, ਆਪਣੇ ਮਨ ਨੂੰ ਕੰਸੋਲੀਡੇਟ ਕਰੋ, ਇੱਕ ਜਗ੍ਹਾ ਤੇ ਇਕਾਗਰ ਚਿੱਤ ਕਰੋ, ਇਹ ਸਭ ਕੁਛ ਮੈਨੂੰ ਤੂੰ ਦੇ ਚੁੱਕਿਆ, ਸੰਕਲਪ ਕਰਤਾ, ਸੋਚਿਆ ਕਰ ਤੋ ਦਿੱਤਾ। ਉਹਨਾਂ ਨੇ ਜਿਸ ਵਕਤ ਦੇਖਿਆ ਵੀ ਇਹਦਾ ਮਨ ਕੰਸੋਲੀਡੇਟ ਹੋ ਗਿਆ, ਇਹ ਸਭ ਕੁਛ ਸੁਰੈਂਡਰ ਕਰਤਾ, ਇਹਦੀ ਕੋਈ ਤਮੰਨਾ ਰਹੀ ਨਹੀਂ ਬਾਕੀ, ਤੇ ਉਹਨੂੰ ਕਿਹਾ ਬਈ ਮੰਗਾਓ ਕੌੜਾ, ਸਭਾ ਚ ਉਹਨੂੰ ਉੱਥੋਂ ਜੋੜਿਆਂ ਚੋਂ ਬੁਲਾਇਆ, ਇਧਰ ਆਓ। ਘੋੜੇ ਦੇ ਉੱਤੇ ਉਹਨੂੰ ਕਿਹਾ ਵੀ ਰਕਾਬ ਚ ਪੈਰ ਰੱਖ, ਲਗਾਮ ਪਕੜ, ਜਿਸ ਵਕਤ ਸਟੇਜ ਕਰਵਾ ਲਈ ਤੇ ਉਹਨੂੰ ਕਿਹਾ ਵੀ ਮੇਰੀ ਵੱਲ ਦੇਖ, ਜਿਸ ਵਕਤ ਅੱਖਾਂ ਚ ਅੱਖਾਂ ਪਈਆਂ ਉਸ ਵਕਤ ਦੂਜਾ ਪੈਰ ਉੱਪਰ ਕੀ ਜਾਣਾ ਸੀ, ਮੂਰਛਿਤ ਹੋ ਗਿਆ, ਕਿਉਂਕਿ ਸੁਰਤ ਸਿਮਤਾ ਕਰ ਗਈ। ਜਦ ਤੱਕ ਸਰੀਰ ਚ ਸੁਰਤ ਹੈ ਉਤਨੀ ਦੇਰ ਸਰੀਰ ਕੰਮ ਕਰਦਾ, ਜਦੋਂ ਸੁਰਤ ਸਿਮਟ ਕੇ ਸਮਾਧੀ ਚ ਚਲੀ ਗਈ ਉਸ ਵੇਲੇ ਕੁਛ ਵੀ ਨਹੀਂ ਕਰ ਸਕਦਾ।
ਜਿੱਥੋਂ ਗੱਤੀ ਹੈ ਮੁਰਛਤ ਹੋ ਗਿਆ ਕਪਾਟ ਖੁੱਲ ਗਏ ਵਜਰ ਕਪਾਟ ਜੀ ਦਾ ਨਾਂ ਹੈ ਜਿੱਥੇ ਥਰਡ ਆਈ ਦੇ ਵਿੱਚ ਬਰੀਕ ਸੁਰਾਖ ਹੈ ਜਿਹਦੇ ਜ਼ਰੀਏ ਸਾਡੀ ਸੁਰਤ ਉੱਪਰ ਚੜ੍ਹਦੀ ਹੈ ਉਹਦੇ ਵਿੱਚ ਦੀ ਅੰਦਰ ਗਿਆ ਅੰਦਰ ਖੰਡ ਪਰ ਵੰਡ ਨਜ਼ਰ ਆਏ ਤੇ ਰਾਜਾ ਜਨਕ ਅਸ਼ਟਾਬਕਰ ਜੀ ਦੇ ਚਰਨਾਂ ਤੇ ਟੈਪ ਗਿਆ ਤੇ ਸੱਚੇ ਪਾਤਸ਼ਾਹ ਮੈਨੂੰ ਬਖਸ਼ ਸੋਹਣੇ ਨਾਮ ਇਸ ਤਰ੍ਹਾਂ ਲਿਆ ਤੇ ਇਸ ਕਰਕੇ ਸਵਾਮੀ ਜੀ ਮਹਾਰਾਜ ਜਾਂ ਹੋਰ ਮਹਾਤਮਾ ਕਹਿੰਦੇ ਮੈਂ ਤਨ ਮਨ ਦੀ ਭੇਂਟ ਤੈਨੂੰ ਚੜਾਵਾਂ ਕਿਉਂਕਿ ਤੂੰ ਮੇਰੀ ਸੁਰਤ ਨੂੰ ਅੰਦਰ ਕਰ ਦਿੱਤਾ ਤੂੰ ਮੈਨੂੰ ਖੰਡ ਬ੍ਰਹਮੰਡ ਦਿਖਾਤੇ ਤੂੰ ਮੇਰਾ ਅੰਦਰ ਰੋਸ਼ਨ ਕਰਤਾ ਤੂੰ ਮੈਨੂੰ ਜੋਤ ਵਿਖਾਤੀ ਮੈਨੂੰ ਤਿਲਕੁਟੀ ਵਿੱਚੋਂ ਦੀ ਹੋ ਕੇ ਦਸਵਾਂ ਦੁਆਰ ਵੀ ਵਿਖਾਇਆ ਜਿੱਥੇ ਰੋਚਨੀਆਂ ਰੋਸ਼ਨੀਆਂ ਜਿਹਦਾ ਜ਼ਿਕਰ ਸੰਤ ਮਹਾਤਮਾ ਕਰਦੇ ਨੇ ਕਿ ਕਿੱਥੇ ਲੋਹੇ ਲੋਹੇ ਆਕਾਰ ਜਿਵ ਜਿਵ ਹੁਕਮ ਅਤੇ ਮਿਹਨਤ ਕਰ ਵੀ ਉੱਥੇ ਇਤਨੀਆਂ ਰੋਸ਼ਨੀਆਂ ਨੇ ਕਿ ਉਹ ਦਰਖਤਾਂ ਨੂੰ ਸੂਰਜ ਚੰਦ ਲੱਗੇ ਹੋਏ ਨੇ ਇਤਨੀਆਂ ਰੋਸ਼ਨੀਆਂ ਨੇ ਉੱਥੇ ਰੋਸ਼ਨੀ ਰੋਸ਼ਨੀ ਹੈ ਜਦੋਂ ਅਸੀਂ ਸੱਚਖੰਡ ਜਾਂਦੇ ਸੁਰਤ ਸਾਡੀ ਚੜ੍ਹਦੀ ਹੈ ਅਗਰ ਇੱਕ ਝਲਕ ਬਿਜਲੀ ਦੇ ਚਮਕਣ ਦੀ ਸਾਡੇ ਸਾਹਮਣੇ ਅੱਖਾਂ ਦੇ ਆਉਂਦੀ ਹੈ ਅਸੀਂ ਡਰ ਕੇ ਭੱਜ ਕੇ ਅੰਦਰ ਨੂੰ ਵੜਦੇ ਹਾਂ ਸਾਨੂੰ ਮਨ ਪੈਰ ਪੀਤ ਹੋ ਜਾਂਦਾ ਵੀ ਉੱਥੇ ਕਰੋੜਾਂ ਸੂਰਜ ਜਿੱਥੇ ਇਕੱਠੇ ਚਮਕਣਗੇ ਉੱਥੇ ਕੀ ਦਸ਼ਾ ਹੋਏਗੀ ਕਹਿ ਤੂੰ ਦਿੰਦਾ ਕਿ ਮਹਾਰਾਜ ਜੀ ਮੇਰਾ ਅੰਦਰ ਖੋਲ ਕੇ ਮੈਨੂੰ ਵਿਖਾਓ ਉਹ ਕਹਿੰਦੇ ਤੂੰ ਥੋੜਾ ਤਕੜਾ ਹੋ ਸਹਿਣ ਸ਼ਕਤੀ ਤੇਰੇ ਅੰਦਰ ਆ ਜਾਏਗੀ ਜੋ ਤੂੰ ਅਭਿਆਸ ਕਰਦਾ ਕਰਦਾ ਇਸ ਕਾਬਲ ਹੋ ਜਾਏਗਾ ਕਿ ਤੂੰ ਰੋਸ਼ਨੀ ਨੂੰ ਚੱਲ ਸਕੇ ਤੈਨੂੰ ਮੈਂ ਦਿਖਾਊ ਕੀ ਸਵਾਮੀ ਜੀ ਫਰਮਾਉਂਦੇ ਨੇ ਜੇ ਕਰਨੀ ਮੈਂ ਆਪ ਕਰਾਊ ਔਰ ਪਹੁੰਚਾਊ ਤੁਰ ਦਰਬਾਰ ਤੇਰੇ ਕੋਲੋਂ ਨੀ ਹੋਣੀ ਕਰਨੀ ਹੈ ਕਰਨੀ ਤੈਨੂੰ ਮੈਂ ਕਰਾਊ ਫਿਰ ਤੈਨੂੰ ਉਸ ਦਰਬਾਰ ਚ ਪਹੁੰਚਾਊ ਜਿੱਥੇ ਇੰਨੀਆਂ ਰੋਸ਼ਨੀਆਂ ਨੇ ਸਤਪੁਰਸ਼ ਦਾ ਤੈਨੂੰ ਦਰਸ਼ਨ ਕਰਾਊ ਤੈਨੂੰ ਵਿਖਾਊ ਮੈਂ ਕੀ ਹੈਸੀਅਤ ਮੈਂ ਵਜੂਦ ਮੇਰਾ ਕੀ ਏ ਤੈਨੂੰ ਫਿਰ ਪਤਾ ਲੱਗੇਗਾ ਜੇ ਤਾਂ ਮੈਂ ਤੈਨੂੰ ਦਿਖਦਾ ਵੀ ਰੋੜਿਆ ਖੋੜਿਆ ਪੈਂਦਾ ਆ ਝੱਗਾ ਮਾੜਾ ਜਿਹਾ ਪਾਟਿਆ ਜਿਹਾ ਲਈ ਫਿਰਦਾ ਤੇ ਗੱਲਾਂ ਕਿੱਡੀਆਂ ਹੋ ਰਹੀਆਂ ਬਈ ਹੋ ਰਹੀਆਂ ਕਿਉਂ ਹੋ ਰਹੀਆਂ ਸਤਿਗੁਰੂ ਮਹਾਨ ਪੂਰਾ ਸਤਿਗੁਰੂ ਸਿਰ ਤੇ ਹੈ ਇਹ ਨਹੀਂ ਕਰ ਰਿਹਾ ਉਹ ਕਿਉਂਕਿ ਸਤਿਗੁਰੂ ਪੂਰਾ ਹੀ ਪੂਰੇ ਕੀ ਆ ਸਭ ਕੁਛ ਪੂਰਾ ਉਹਨੇ ਜਿਹਦੇ ਤੇ ਦ੍ਰਿਸ਼ਟੀ ਕੀਤੀ ਜਿਹਦੇ ਮਸਤਕ ਤੇ ਹੱਥ ਰੱਖਿਆ ਉਹਨੇ ਉਹਨੂੰ ਸੱਚਖੰਡ ਦੇ ਜਾਣ ਦੇ ਕਾਬਲ ਕਰਦਾ ਉਹਦੀ ਸੁਰਤ ਉੱਪਰ ਚੜ ਗਈ ਉਹਨੂੰ ਪਤਾ ਲੱਗੇ ਕਿ ਸਮਾਧੀ ਕੀ ਚੀਜ਼ ਹੈ ਵਰਨਾ ਅਸੀਂ ਸਾਰੀ ਜ਼ਿੰਦਗੀ ਪਾਠ ਕਰ ਕਰਕੇ ਮਰ ਗਏ ਸਾਨੂੰ ਪਤਾ ਨਾ ਲੱਗਿਆ ਸਾਡੀ ਸੁਰਤ ਦਾ ਸਮਟਾਵ ਨਾ ਹੋਇਆ ਸਾਡੀ ਦੇਹ ਸੋਨੀ ਨਹੀਂ ਹੋਈ ਅਸੀਂ ਇੱਥੇ ਕੀ ਆਉਣਾ ਸੀ ਬਾਹਰ ਸਾਡੇ ਸੂਤ ਹੀ ਨਹੀਂ ਆਉਂਦੇ ਗੋਡੇ ਜੱਟ ਹੀ ਅਸੀਂ ਕਹਿੰਦੇ ਕਿ ਸਾਡਾ ਗੋਡਾ ਦੁੱਖ ਗਿਆ ਬਈ ਜਿਹੜਾ ਸ਼ਬਦ ਨਾਲ ਜੁੜਦਾ ਉਹਦਾ ਸਰੀਰ ਸਥਿਰ ਹੋ ਜਾਂਦਾ ਹਿਲਦਾ ਨਹੀਂ ਜਿੱਥੇ ਮਰਜ਼ੀ ਬਿਠਾ ਦੇ ਉਹਨੂੰ ਪਤਾ ਹੀ ਨਹੀਂ ਹੈ ਉਹਦੀ ਚੂੰਡੀ ਵੱਢ ਲਓ ਉਹ ਕਹੇਗਾ ਮੈਨੂੰ ਕੋਈ ਪਤਾ ਹੀ ਕੀ ਤੂੰ ਕਰਨਾ ਮੇਰੀ ਸੁਰਤ ਇੱਥੇ ਲੱਗੀ ਹੋਈ ਉੱਥੇ ਸ਼ਬਦ ਦੀ ਧੁਨਕਾਰ ਹੋ ਰਹੀ ਉੱਥੇ ਸ਼ਬਦ ਆ ਰਿਹਾ ਉੱਥੇ ਰੋਸ਼ਨੀਆਂ ਆ ਰਹੀਆਂ ਇਸ ਕਰਕੇ ਉਹਦੇ ਮਸਤਕ ਦੇ ਉੱਤੇ ਨੂਰ ਹੈ ਉਹ ਸਤਿਗੁਰ ਆਪ ਨੂਰ ਦੀ ਵਰਸ਼ਾ ਕਰ ਰਿਹਾ ਅੰਮ੍ਰਿਤ ਵਰਸ਼ਾ ਕਰ ਰਿਹਾ ਸਤਸੰਗ ਦੇ ਵਚਨ ਅੰਮ੍ਰਿਤ ਦੀ ਵਰਸ਼ਾ ਹੈ ਸੋ ਅਸੀਂ ਬੜੇ ਭਾਗਾਂ ਵਾਲੇ ਬਈ ਅੱਜ ਗੁਰੂ ਮਹਾਰਾਜ ਦੇ ਦਿਹਾੜੇ ਤੇ ਉਹਦੀ ਕਥਾ ਸੁਣਦੇ ਸੁਣਦੇ ਸੁਰਤ ਸ਼ਬਦ ਮਾਰਗ ਜੋ ਸਵਾਮੀ ਜੀ ਮਹਾਰਾਜ ਨੇ ਪ੍ਰਚਲਿਤ ਕੀਤਾ ਉਹਦਾ ਜ਼ਿਕਰ ਸੁਣ ਕੇ ਅੰਮ੍ਰਿਤ ਕਥਾ ਦੇ ਜ਼ਰੀਏ ਸਾਡੀ ਸੁਰਤ ਦਾ ਸਮਟਾ ਇੱਥੇ ਹੋਣ ਲੱਗਿਆ ਮਨ ਨੂੰ ਤਕੜਾ ਰੱਖਣਾ ਔਰ ਖਿਆਲ ਨੂੰ ਕੰਸੋਲੀਡੇਟ ਕਰਨਾ ਮਨ ਨੂੰ ਬਾਹਰ ਸੰਸਾਰ ਚ ਬਹਿਣ ਨਹੀਂ ਦੇਣਾ ਕਿਉਂਕਿ ਦੁੱਖ ਸੁੱਖ ਦੇ ਜ਼ਰੀਏ ਕੋਈ ਬੰਦਾ ਇਸ ਸੰਸਾਰ ਚ ਸੁਖੀ ਨਹੀਂ ਕੋਈ ਕਿਸੇ ਗੱਲ ਚ ਪੀੜਤ ਹੈ ਕਿਸੇ ਦਾ ਮਨ ਦੁਖੀ ਹੈ ਕਿਸੇ ਦਾ ਤਨ ਦੁਖੀ ਹੈ ਤਨ ਤਰ ਸੁਖੀਆ ਕੋਈ ਨਾ ਦੇਖਾ ਜੋ ਦੇਖਾ ਸੋ ਦੁਖੀਆ ਵੀ ਜਿਹੜਾ ਤਨ ਚ ਆ ਗਿਆ ਉਹ ਕੋਈ ਸੁਖੀ ਇਸ ਸੰਸਾਰ ਚ ਹੈ ਨਹੀਂ ਕਿਸੇ ਨੂੰ ਕੋਈ ਤਕਲੀਫ਼ ਕਿਸੇ ਨੂੰ ਕੋਈ ਤਕਲੀਫ਼ ਮਨ ਦੇ ਜ਼ਰੀਏ ਵੀ ਕੋਈ ਸੰਸਾਰੀ ਜੀਵਾਂ ਚ ਉਹ ਸੁਖੀ ਹੋਏਗਾ ਜਿਹੜਾ ਨਾਮ ਦੇ ਜ਼ਰੀਏ ਗੁਰੂ ਮਹਾਰਾਜ ਨੇ ਫਰਮਾਇਆ ਕਿ ਦੁਖੀਆ ਸਭ ਸੰਸਾਰ ਹੈ ਸੁਖ ਕਿਸੇ ਨੂੰ ਮਿਲ ਨਹੀਂ ਰਿਹਾ ਹੋਰ ਮਹਾਤਮਾ ਵੀ ਕਹਿੰਦੇ ਹੈ ਕਿ ਸਾਰਾ ਸੰਸਾਰ ਦੁਖੀ ਹੈ ਕੋਠੇ ਚੜ ਕੇ ਵੇਖਿਆ ਤਾਂ ਘਰ ਘਰ ਇੱਕੋ ਅੰਗ ਜਿਹਨੂੰ ਵੀ ਵੇਖਦੇ ਹੋਈ ਦੁਖੀ ਜਿਹਨੂੰ ਵੇਖਦੇ ਹੋਈ ਦੁਖੀ ਕੋਈ ਧੀ ਵੱਲੋਂ ਔਖਾ ਹੈ ਕੋਈ ਪੁੱਤ ਵੱਲੋਂ ਔਖਾ ਹੈ ਕੋਈ ਪੈਸੇ ਵੱਲੋਂ ਔਖਾ ਹੈ ਕੋਈ ਸਰੀਰ ਵੱਲੋਂ ਔਖਾ ਹੈ ਕੋਈ ਰਿਸ਼ਤੇਦਾਰਾਂ ਵੱਲੋਂ ਔਖਾ ਹੈ ਵੀ ਔਖੀ ਸਾਰੀ ਦੁਨੀਆਂ ਹੀ ਹੈ ਕਿਸੇ ਨੂੰ ਪੈਸੇ ਪੂਰੇ ਨਹੀਂ ਆ ਰਹੇ ਕੋਈ ਇਸ ਗੱਲ ਚ ਦੁਖੀ ਹੋਇਆ ਪਿਆ ਵੀ ਪੈਸੇ ਤਾਂ ਬਹੁਤ ਨੇ ਚੋਰ ਲੈ ਜਾਣਗੇ ਇਹਨਾਂ ਨੂੰ ਰੱਖਾਂ ਕਿੱਥੇ ਰਾਤ ਨੂੰ ਨੀਂਦ ਨਹੀਂ ਆਉਂਦੀ ਚੋਰ ਲੈ ਜਾਣ
ਉਹ ਇਸ ਗੱਲ ਚ ਦੁਖੀ ਹੋਇਆ ਪਿਆ। ਇੱਕ ਦੁਖੀ ਹੋਇਆ ਪਿਆ ਵੀ ਮੇਰੇ ਕੋਲ ਦਵਾਈ ਜੇਬ ਚ ਨੀ, ਮੈਂ ਰੋਟੀ ਕਿੱਥੋਂ ਖਾਣੀ, ਸੁਖੀ ਤਾਂ ਕੋਈ ਵੀ ਨਹੀਂ। ਅਗਰ ਕਹੋ ਕੋਈ ਸੁਖੀ, ਪੈਸੇ ਵਾਲਾ ਕੋਈ ਸੁਖੀ ਹੈ? ਉਹ ਪ੍ਰਾਪਰਟੀ ਰਾਖੀ ਕਰ ਕਰਕੇ ਮਰ ਗਿਆ। ਉਹ ਚੋਰ ਲੈ ਜਾਂਦੇ, ਉਹ ਵਿਚਾਰਾ ਪਿਆ ਦੁਖੀ ਵੀ ਮਸਾਂ ਇਕੱਠੀ ਕੀਤੀ, ਚੋਰ ਹੀ ਲੈ ਗਏ ਰਾਤ ਨੂੰ। ਸੋ ਬਈ ਅਸੀਂ ਸੰਸਾਰ ਦੇ ਵਿੱਚ ਵਿਚਰ ਰਹੇ ਜਿੱਥੇ ਕੋਈ ਬੰਦਾ ਸੁਖੀ ਨਹੀਂ। ਗੁਰੂ ਮਹਾਰਾਜ ਦੀ ਬਾਣੀ ਦਾ ਆਸਰ ਲੈਂਦੇ ਹੋਏ ਅਸੀਂ ਆਪਣੇ ਮਨ ਨੂੰ ਕੰਸੋਲੀਡੇਟ ਕਰਕੇ ਬਈ ਸਭ ਨੇ ਜੁੜਨਾ। ਜਿੰਨਾ ਕੁ ਸਮਾਂ ਸਾਨੂੰ ਮਿਲਿਆ, ਦੋਨੋਂ ਅੱਖਾਂ ਦੋਨੋਂ ਕੰਨ ਖੁੱਲ ਕੇ ਅੰਤਸ਼ਕਰਨ ਦੇ ਵਿੱਚ ਉਹਨਾਂ ਅੰਮ੍ਰਿਤ ਵਚਨਾਂ ਨੂੰ ਲੈ ਕੇ ਜਾਣਾ, ਤਾਂ ਕਿ ਸਾਡੀ ਸਮਾਧੀ ਲੱਗ ਜਾਏ ਜਿਹੜੀ ਗੁਰੂ ਮਹਾਰਾਜ ਫਰਮਾਉਣ ਲੱਗੇ। ਹੁਣ ਸਵਾਮੀ ਜੀ ਦੀ ਅਜੇ ਇੱਕ ਕੜੀ ਤੇ ਫਿਰਦੇ ਹਾਂ ਅਸੀਂ, ਸ਼ਬਦ ਆਇਆ ਜਿਹਦੇ ਚ 10 ਕੜੀਆਂ ਘੱਟੋ ਘੱਟ, ਜਿਨ੍ਹਾਂ ਚ ਸਾਡੀ ਸੁਰਤ ਨੂੰ ਖਿੱਚ ਕੇ ਉੱਪਰ ਲਿਜਾਣਾ। ਅਸੀਂ ਉਹਨਾਂ ਦੀ ਤਾਲੀਮ ਨੂੰ ਗ੍ਰਹਿਣ ਕਰਕੇ ਵੀ ਅੱਜ ਤੋਂ ਹੀ ਪ੍ਰੈਕਟਿਸ ਸ਼ੁਰੂ ਕਰਕੇ ਬਈ ਸਮਾਧੀ ਦੀ ਅਵਸਥਾ ਧਾਰਨ ਕਰਨੀ, ਜਿਹਦਾ ਜ਼ਿਕਰ ਅਗਲੀਆਂ ਪੰਕਤੀਆਂ ਵਿੱਚ ਆਏਗਾ, ਔਰ ਅਸੀਂ ਅੰਦਰ ਆਪਣੇ ਲੈ ਕੇ ਜਾਣਾ। ਸੋ ਅਸੀਂ ਬੜੇ ਧੰਨਵਾਦੀ ਹਾਂ ਸਤਿਗੁਰ ਦੇ ਦਰਬਾਰ ਵਿੱਚ, ਸਤਿਗੁਰ ਦਾ ਸ਼ੁਕਰਾਨਾ ਕਰਦੇ ਹੋਏ ਸਭ ਸੰਤਾਂ ਅੱਗੇ ਬੇਨਤੀ ਕਰਦੇ ਕਿ ਅਸੀਂ ਅੱਜ ਹੀ ਇਹ ਸੰਕਲਪ ਲੈਣਾ ਕਿ ਅਸੀਂ ਉਸ ਸਮਾਧੀ ਦੇ ਜ਼ਰੀਏ ਆਪਣੀ ਸੁਰਤ ਨੂੰ ਸਤਿਗੁਰ ਦੇ ਚਰਨਾਂ ਨੂੰ ਜਾ ਕੇ ਲਪੇਟਣਾ, ਸਤਿਗੁਰ ਦੀਆਂ ਖੁਸ਼ੀਆਂ ਲੈਣਾ ਜੀ। ਕਰੂੰ ਆਰਤੀ ਰਾਧਾ ਸੁਆਮੀ, ਤਨ ਮਨ ਸੁਰਤ ਲਗਾਏ। ਹੁਣ ਰਾਧਾ ਸੁਆਮੀ ਦਿਆਲ ਦੇ ਅੰਦਰ ਆਪਣੇ ਸ਼ੇਰ ਦੇ ਵਿੱਚ ਉਸ ਸਟੇਜ ਨੂੰ ਕਹਿੰਦੇ ਮੈਂ ਆਰਤੀ ਕਰ ਰਿਹਾ, ਉੱਥੇ ਜੁਗਾਤਕੀ ਦਿੱਤੀ ਜਿਹੜੀ ਰਾਜਾ ਜਨਕ ਤੋਂ ਅਸ਼ਟਾਭਕਰ ਜੀ ਨੇ ਮੰਗੀ, ਤਨ ਮਨ ਧਨ ਦੇਣਾ ਪਏਗਾ। ਮੈਂ ਕਹਿੰਦੇ ਆ ਤਨ ਮਨ ਧਨ ਦੀ ਜੁਗਾਤ ਚੜਾਉਣੀ ਕਿ ਸਭ ਕੁਝ ਸੱਚੇ ਪਾਤਸ਼ਾਹ ਤੇਰਾ, ਪਰ ਜਿਹੜੀ ਗੱਲ ਤੂੰ ਦੱਸਦਾ ਮੈਨੂੰ ਉੱਥੇ ਲੈ ਚੱਲ, ਮੈਨੂੰ ਕੁਛ ਨੀ ਚਾਹੀਦਾ। ਹੁਣ ਇਹ ਵੈਰਾਗ ਅੰਦਰ ਜਾਗ ਪਿਆ ਕਿ ਮੈਂ ਤਾਂ ਮਾਲਕ ਨੂੰ ਮਿਲਣ ਆਇਆ ਸੀ, ਮਗਰ ਅਸੀਂ ਪੈਸੇ ਦੀ ਕੌਡੀ ਬਦਲੇ ਜਾਏ। ਅਸੀਂ ਉੱਥੇ ਕੌਡੀ ਦੱਸਦੇ ਸੰਤ ਮਹਾਤਮਾ ਕਿ ਕੌਡੀਆਂ ਦੀ ਰਾਖੀ ਕਰਦਾ ਸਾਰੀ ਜ਼ਿੰਦਗੀ, ਜਵਾਕਾਂ ਨੂੰ ਮੋਢਿਆਂ ਤੇ ਚੱਕੀ ਫਿਰਦਾ, ਕਦੇ ਸਤਿਗੁਰ ਲਈ ਵੀ ਕਦੇ ਫਿਕਰ ਹੋਈ ਤੈਨੂੰ ਕਿ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇ ਦੇ, ਮੇਰਾ ਸਭ ਕੁਛ ਲੈ ਲਾ। ਇੱਥੇ ਹੁਣ ਦੱਸਿਆ ਜਾ ਰਿਹਾ ਕਿ ਮੈਂ ਸਭ ਕੁਛ ਚੜਾ ਰਿਹਾ ਤੈਨੂੰ ਕਿ ਸਭ ਕੁਛ ਲੈ ਲਾ, ਮਗਰ ਅਗਰ ਸਾਨੂੰ ਇੱਕ ਪੰਜੀ ਮੱਥਾ ਟੇਕਣਾ ਪੈਂਦਾ ਸੰਗਤਾਂ ਦੀ ਸੇਵਾ ਵਾਸਤੇ। ਸਤਿਗੁਰੂ ਤਾਂ ਕਹਿ ਰਹੇ ਗੁਰਨੀ ਬੁਕਾ ਤੇਰੇ ਧਨ ਕਾ, ਉਹਨ ਪੇ ਧਨ ਹੈ ਭਗਤੀ ਨਾਮ ਕਾ, ਉਹ ਤੇਰਾ ਉਪਕਾਰ ਕਰਾਵੇ ਭੁੱਖੇ ਪਿਆਸੇ ਕੋ ਦਿਲਾਵੇ। ਬਈ ਜਦੋਂ ਕਿਤੇ ਮਹਾਰਾਜ ਜੀ ਹੱਸ ਕੇ ਫਰਮਾਇਆ ਕਰਦੇ ਸਨ ਕਿ ਜਦੋਂ ਸੰਤਾਂ ਦੀ ਵਾਰੀ ਆਉਂਦੀ ਹੈ, ਇੱਕ ਤੁੱਕੀ ਲਿਆਉਂਦਾ ਪਾਰਟੀ ਵੀ 2 ਰੁਪਈਆਂ ਦਾ ਨੋਟ, ਜਿਹਨੂੰ ਕੋਈ ਨੀ ਲੈਂਦਾ, ਬਾਜ਼ਾਰ ਚ ਚੱਲਦਾ ਨੀ, ਉਹਦਾ ਸੌਦਾ ਕੋਈ ਨੀ ਦਿੰਦਾ ਵੀ ਇਹ ਮੈਂ ਨੀ ਲੈਂਦਾ ਨੋਟ। ਉਹ ਵਾਰੀ ਕਿਹਦੀ ਆ ਗਈ? ਸੰਤਾਂ ਦੀ। ਉਹ ਲਿਜਾ ਕੇ ਨੋਟ ਚੌੜਾ ਕਰਕੇ ਸੰਤਾਂ ਮੂਹਰੇ ਧਰ ਦਿੰਦਾ ਵੀ ਇਹ ਲਓ ਮਹਾਰਾਜ ਜੀ, ਆ ਤੁਹਾਨੂੰ ਮੈਂ ਮੱਥਾ ਟੇਕਦਾ। ਬਈ ਇਟ ਇਜ ਸ਼ੇਮ ਫਾਰ ਅਸ, ਬੜੀ ਸ਼ਰਮ ਦੀ ਗੱਲ ਹੈ, ਬਾਜ਼ਾਰ ਚ ਤਾਂ ਕੋਈ ਲੈਂਦਾ ਨੀ ਤੇ ਸੰਤਾਂ ਨੂੰ। ਉਹ ਕਹਿੰਦੇ ਕੋਈ ਗੱਲ ਨੀ, ਰੱਖ ਕੋਈ ਨੀ, ਸੰਗਤਾਂ ਤੇ ਲਾ ਦੇ, ਜੇ ਤੂੰ ਲਿਜਾਣਾ ਹੈ ਤੈਨੂੰ ਪੈਸੇ ਦੀ ਬਹੁਤ ਭੁੱਖ ਪਈ ਹੋਈ ਸਾਡੇ ਕੋਲ ਲੈ ਲਾ, ਸਾਡੇ ਕੋਲ ਸੰਗਤਾਂ ਦੇ ਬੜੇ ਪੈਸੇ ਨੇ, ਤੇਰੀ ਭੁੱਖ ਜੇ ਹਟ ਸਕਦੀ ਹੈ ਮੈਂ ਤੈਨੂੰ ਦੇ ਦਿੰਦਾ, ਉਹ ਥੱਬਾ ਪੜ ਕੇ ਵੀ ਚੋਲੀ ਕਰ ਤਾਂ ਤੈਨੂੰ ਆ ਦੇ ਦਿੰਦਾ, ਤੂੰ ਲੈ ਜਾ। ਤੂੰ ਇਸ ਦੁੱਖੀ ਪਿੱਛੇ ਇੰਨਾ ਦੁਖੀ ਹੋ ਰਿਹਾ ਆਪਣੇ ਮਨ ਨੂੰ ਕਰ ਰਿਹਾ, ਮੈਂ ਇਹਨੂੰ ਕੀ ਖਾਣਾ ਹੈ ਤੇ ਖਾ ਤਾਂ ਤੂੰ ਵੀ ਨੀ ਸਕਦਾ ਇਹਨੂੰ, ਇਹ ਤਾਂ ਸੰਸਾਰ ਦੇ ਕਾਰਜ ਚਲਾਉਣ ਵਾਸਤੇ ਇੱਕ ਮਾਲਕ ਨੇ ਖੇਡ ਦੀ ਰਚਨਾ ਕੀਤੀ ਹੋਈ ਹੈ, ਹੋਰ ਕੋਈ ਗੱਲ ਨਹੀਂ, ਤੇਰੇ ਕਿਸੇ ਕੰਮ ਆਉਣੀ ਨਹੀਂ। ਅਗਰ ਤੇਰੇ ਕੋਲ ਉਹਨਾਂ ਦੀ ਖੁਸ਼ੀ ਖਰੀਦੀ ਜਾ ਸਕਦੀ ਇਹਦੇ ਬਦਲੇ ਤਾਂ ਹੋਰ ਤੂੰ ਕੀ ਭਾਵਨਾ। ਕਬੀਰ ਸਾਹਿਬ ਤੋਂ ਕੋਈ ਨਾਮ ਲੈਣ ਗਿਆ ਤਾਂ ਕੁੜੀ ਘਰ ਬੈਠੀ ਸੀ, ਕਬੀਰ ਸਾਹਿਬ ਬਾਹਰ ਗਏ ਹੋਏ ਸਨ। ਉਹ ਕੁੜੀ ਪੁੱਛਦੀ ਹੈ ਵੀ ਭਾਈ ਕਿਵੇਂ ਆਇਆ? ਕਹਿੰਦਾ ਮੈਂ ਇੱਕ ਕਬੀਰ ਸਾਹਿਬ ਦਾ ਘਰ ਹੈ, ਹਾਂ ਮੇਰਾ ਬਾਪੂ ਹੈ। ਤੇ ਤੂੰ ਨਾਮ ਲੈਣਾ? ਕਿ ਹਾਂ ਮੈਂ ਨਾਮ ਲੱਭਿਆ, ਜਾ ਪਾਣੀ ਤਾਣੀ ਪੀ ਲਾ, ਤੈਨੂੰ ਮੈਂ ਪਿਆ ਦਿੰਦੀ। ਇੱਕ ਛਿਲ ਚੁੱਕ ਲਿਆ, ਇੱਕ ਛੁਰੀ ਚੁੱਕ ਲਈ, ਛਿਲ ਰੱਖ ਲਈ, ਪਾਣੀ ਦੀ ਗੜਵੀ ਲਿਆਂਦੀ, ਉੱਤੇ ਪਾਣੀ ਪਾ ਕੇ ਛਿਲ ਤੇ ਫੇਰੀ, ਜਦ ਛੁਰੀ 2-4 ਵਾਰ। ਉਹ ਪੁੱਛਦਾ ਵੀ ਬੀਬੀ ਇਹ ਕੀ ਕਰੇਗੀ?
कहनी तू नाम लेना है ना। अगे हां मेरा बापू आऊगा तेरा सिर वड्डू ना तेन तकलीफ ना हो आत्म तिखी कर देना। वो बड़ा फिक्र लगी भी मैं नाम लेना है कि मैं सिर देना है आ दस कुड़ी की गल कर दी मेरे को। वो डरदा भज तुरिया गां कबीर साहब उस गली च आ रहे वो पुछ दिया है भलिया मानसा कि तेन भजे जाने की गल है। वो कहना की तुम दसा बाबा और मैं कबीर दे घर गया ओदी कुड़ी छुरी चक ली एक मैं नाम लेना सी ते मैं उथे गया सी ओदी मेरा बापू तेरा सिर वड्डू उथे कबीर साहब फरमाउंदे ने तन लोह की खोपड़ी हर हीरियां दी खान जे सिर दित्या हरी मिले तो भी सच पता है जे भले मानस आ लोह दी खोपड़ी ना तेन नाम मिल जाए तो तू की भाल दे। उथे बयान कीता कबीर साहब ने सो असी बई कह तो दिने अक्षरां दी पेंट कीती प्रैक्टिकली जे ओ कहिंदा अज रात नूं जाना नहीं इत्थे रहना ना कहिंदा मैनूं घरे गाला पैणा मैनूं मेरा बाबा गुस्से हो जाएगा मैं तेरे को नहीं रहता कोई होर गल दस। हालांकि नाम लैण वेले ओनूं सौंप दिता तन मन धन सब सौंप गुर ते शर्त लाई ओने इहने दे वी दिता। ओह कहिंदा मेरे को आपदा हैगा तू चिंता ना कर मैनू तेरे तन मन धन की जरूरत नहीं मेरे को आवदा है तेरा मैं की करना पर तू देता वचन कीता इनू मेरा समझ के आपदे को रख वरत पर मेरा समझ के वरत उन्हें नहीं लैना इहदे वचन नू वेख रहा। सो असी इन्ने सेल्फिश हो चुके हैं कि साडे कोलों जवानी वचन की पालना भी नहीं हो सकती उन्हें की करना ओदे को तां असीं रोज फरियाद करदे सच्चे पातशाह पैसे दौड़ा तोड़ा आ गया कृपा कर मैनूं दे दे ते हालांकि दे उहनूं सब कुछ आया वचन दे जरिए क्या माल तेरा जो कहिंदा मैनूं रात नूं मैं अज यार मैं होर किते जाना नहीं तेरे कोल रहूं इहदा किथे मुसीबत मेरे गल पै गई अल्लाह दा तुरिया फिरदा साध अज कहिंदा मैं तेरे कोल रहूं दा इहनूं रोटी दा सिखाउण मैनूं तां आप जनानी जुतियां मार के रोटी दिंदी ता दस मैं इनू कथों देनी ता मेरा मंजा ये तोड़ू रात नू नाले दे चुके उन्हों ता फिर उन्हों रात नहीं कटो ना देखो साड़ी पोजिशन की है असी ओदे ना पूरे उतर रहे भी ओ ता अपने बिर दी लाज रख रहे वो आदा नहीं मैं तेन देता तो मैं तेरी राखी करूं फिक्र ना कर चिंता ना कर मैं तेरा लैंदा नहीं ता तू चुके आ मेरे भी लै जा पिछा कोई गल नहीं मैनू कोई दरेक नहीं मैनू पता है काम किसे होना है। जी थाल बना सात शब्द का अलख ज्योत फहराए हुण उस सत दा शब्द जेड़ा सच्चा शब्द है गुरु महाराज जी शब्द की व्याख्या की है गुरुमंत्र हीनस जो प्राणी तिरग जन्म भ्रष्ट ने कुकरे सुकरे गर्द काके तुल सरपना पिछले को गुरुमंत्र नहीं कहते उस शब्द का थाल बनाया जेड़ा संता ने बख्शिश की ये अंदर बखाया भी तेरे अंदर फिर की कहते ने उस जोत दे अंदर आरती करने लई जेड़ी अंदर जोत है ਉਹਦੀ ਆਰਤੀ ਕਰਨ ਲਈ ਉਸ ਥਾਲ ਦੇ ਵਿੱਚ ਉਸ ਸ਼ਬਦ ਦੇ ਜ਼ਰੀਏ ਕਮਾਇਆ। ਅਸੀਂ ਆਟੇ ਦਾ ਦੀਵਾ ਬਣਾ ਕੇ ਉਹ ਚ ਭੁਰਾ ਕੇ ਘਿਓ ਪਾ ਕੇ ਮੂਰਤ ਤਸਵੀਰ ਜਿਹੜੀ ਦੇਵੀ ਦੀ ਹੈ ਕਿਸੇ ਨੇ ਕਿਸੇ ਦੇ ਘਰ ਕੋਈ ਲੱਗੀ ਹੋਈ ਅਸੀਂ ਉਹਦੇ ਮੂਹਰੇ ਆਰਤੀ ਕਰਦੇ ਹਾਂ ਅੱਖਾਂ ਮੀਚੀਆਂ ਜੈ ਜਗਦੀਸ਼ ਹਰੇ ਜੈ ਜਗਦੀਸ਼ ਹਰੇ ਨਾ ਜਗਦੀਸ਼ ਨੂੰ ਪਤਾ ਲੱਗਿਆ ਨਾ ਇਹਦੇ ਪੱਲੇ ਕੁਝ ਪਿਆ ਅਸੀਂ ਬਕਰਦਾਰ ਕਰ ਰਹੇ ਸੰਤਾਂ ਦੇ ਵਚਨ ਨੂੰ ਅਸੀਂ ਸੁਣ ਨਹੀਂ ਰਹੇ ਵਰਨਾ ਇਹਨੂੰ ਅਕਲ ਆ ਜਾਂਦੀ ਇੱਕ ਦਿਨ ਚ ਇਹਨੂੰ ਪਤਾ ਲੱਗਦਾ ਵੀ ਇਹ ਜੋਤ ਨਾ ਤਾਂ ਜੋਤ ਵਾਲੇ ਨੂੰ ਪਹੁੰਚੀ ਤੇ ਨਾ ਮੇਰੇ ਅੰਦਰ ਜਗੀ ਹੁਣ ਕਹਿੰਦੇ ਉਸ ਸ਼ਬਦ ਦਾ ਥਾਂ ਬਣਾ ਕੇ ਉਸ ਜਿਹੜੀ ਅਲਖ ਲੋਕ ਦੇ ਅੰਦਰੋਂ ਉਤਪੰਨ ਹੋ ਕੇ ਆਈ ਹੋਈ ਜੋਤ ਹੈ ਉਹਦੇ ਅੰਦਰ ਉਸ ਥਾਲੀ ਨੂੰ ਘੁਮਾਇਆ ਇਹ ਆਰਤੀ ਕਰ ਰਹੇ ਸਵਾਮੀ ਜੀ ਮਹਾਰਾਜ ਜੀ ਹੈਲੋ ਹੈਲੋ ਬੇਟੇ ਠੀਕ ਆ ਭਈ ਆਪਣਾ ਕੋਈ ਸੇਵਾਦਾਰ
आईया संगतां नूं पानी तां पिआओ। आशीर्वाद सी आरती पवखंडना तेरी आ भई ये आरती लगे गुरु महाराज वाली दसन स्वामी जी फिर मारे ने उधर गुरु नानक देव जी महाराज अपनी आरती सुनाते ने हूं कंपेरिजन कर लेना के वट इज अवर एक्चुअल पोजिशन असी साड़ी असलियत सासी किस आरती च फसे हुए ये आरती करनी है जी। हंस सभी आरत करे सान मुख दर्शन पाए। और सारे ही हंस ने सारिया सुरत जी देह धारण करके सतगुर के दरबार च आईया भी वो हंस रूप हो गई। हूं की करते ने कि तन मन चढ़ाया पहले चढ़ाया हुआ तो ऑलरेडी एवं चेता करा रहे भी इतने चढ़ाया कि भाई अपना नहीं समझिया तू सतगुरु का समझ गए बैठो बाबा जी ने बैठा लो पिछे चढ़ाना सोना लिया दो ठीक आए बापू जी आशीर्वाद तन भाग। हां जी हंस सभी आरत करे सन्मुख दर्शन पाए। सारे ही हंस कहते आरती करे ने सन्मुख होके भी अजी मनमुख है उत्थे कहते सन्मुख सामने आ जाना गुरु वाल मुंह ये आरती इस तरह होनी है गुरमुख तो सतगुरु है असी ओदे सामने जा जाने तो सन्मुख होए ओदे सामने होए हुण ओ थाली दे जरिए अपनी सुरत नूं पेश कीता शब्द दे जरिए शब्द नूं लगा के ओदा दर्शन कंसंट्रेशन नाल अपने एकाग्र चित नाल हो रहा है आरती इस तरह करनी है जी। राधा स्वामी दया कर दीना आगम लखाए। हुण की प्रमाण ने कि दया करके राधा स्वामी दयाल ने दीना अलख लखाए। अलख केड़ा सचखंड तो ऊपर दी जिहड़ी स्टेज है कहती विखाती ए सुरत इतों अखा तो उपर चढ़ा के पंज मंजिला सच खंड तक हैं उदू तीन मंजिला उपर ने अलख गम अनामी हूं कहते अलख लोग विखाता क्योंकि ए सुरत शरीर विचों चुक के इतने उपर लिजा के उपरला जरा आकाश मार्ग का सफर है पूरा करा के ओ जरिए कहते अलख विखाता उन्हें सतगुरु ने जदों इन्हें अपना मन तन उन्हें चढ़ाया अजे तो कौड़ी ले फिरता सी ना उथे तो जवानी जमा खर्ची सजा पातशाह मैं तेन तन भन तन मन धन दिना है दिता तो नहीं कौड़े ले फिरता जो उन्हें कह रात न जाए ना अज तेरे इतने काम सेवा तेरी है रात कहना ना कल न मैं कर लू अज तो मैं कल छुट्टी छट्टी लियाऊ अज नहीं मैं रख सकता देखो कितने किन्ना डिफरेंस कहदा पै इन जवानी तो है जो होर कोई माड़ा कर्म आ जाता सामने भी उदो तो सब कुछ हो सकता है मगर सतगुरु दे अगे झट ही मुकर्म कर जाते खड़दा ही नहीं जी। अनहद तोन कंटा बजे शंख बजे मेरे दंग नाम मिल चुके वो ही सत पंक्ति समझ दे की होया जो तन मन चढ़ाया आरती की पहली स्टेज की आई उत्थे घंटा शंख वजे मृदंग बदल कहंदे ने या ढोल नू कहंदे ने वो अंदर ये वजिया वो म्यूजिक म्यूजिकल शेप दे विच जिन्हों सलीशियल म्यूजिक असी कहने ये अंदर इन्हू सुनिया संत महात्मा जिस वक्त इन नाम की बख्शिश करते ने ये कन विच ये आवाजा सुना दें नाम कोई पहली जमात दे न्याणे दे अखर नहीं कोई इदी सुरता
इस संसार चो चुक के आकाश मार्ग दे विचों दी करदे हुए ये सब आवाजा सुना दिंदा। एवें तो नहीं लोग कठे होके इत्थे आए हुए, उत्थे कन्विंस किया उन्हें, लॉजिकली दिखाया अंदर कि तेरी सुरत अंदर जद समता करेगी, तेरे अंदर कंटे संख की आवाज सुनेगी, उत्थे बदल मरदंग की त्रिकुटी की आवाज जड़ी उत्थे संत मत के दूसरे स्थान का नाम त्रिकुटी है भाई, उत्थे बदल मरदंग की आवाज सुनाई इन्हू दिती, वो इतनी मस्ती है उसके अंदर कि लग जाता जी कोई बहाना ला के पानी पूनी पीन का बहाना ला के भाजी जाने खड़ते। सो भाई डिटरमिनेशन का मजमून, श्रद्धा का मजमून है सब कुछ अंदर है घट में सूझे नहीं लाना कैसी जिंदर तुलसी यह संसार को पाया मोती है जिस तरह आख च मोती आ वजन तो दिखता नहीं एनकों की लौट पैंदी भी सतगुरु एनक लाउना ये तो शीशे की कच की एनक टुट टट जानी वो अंदर जड़ी सूक्ष्म एनक है वो थर्ड आई ते आत्मा नु लगती उहदे नाल जदों अंदर जांदा खंड ब्रह्मांड नजरे नूं आ जांदा एवें नहीं आ सकते मन मत ना नहीं आ सकते गुर की मत तू ले आने भगत बिना डूबे बस बड़े बड़े सियाने डुब गए सुख विभाग की मूड़ी अपने आप नूं समझदा पई तू अपना उहदे चरणां दा उधार लैके जो अंदर जुड़ेगा तेरा इथों का भी और परलोक का भी तेरी राखी उस साधु ने कर जी। ओंकार मंडल बंदा मेघनाद गर्जंत। देखो जेडे ज्ञानी लोग ने असी किताबा के जरिए कोई वेद सुनता है कोई होर पुराण सुनता है कोई कुछ सुनता है कोई जपजी साहब पढ़ता है कोई सुखमणि पढ़ता है कहते जो ओंकार की उपासना की उथे की होया बदल मरदंग की आवाज सुनाई दी संत मत संत मार गए अंदर जाना अंदर जुड़ना बहरले पाठ का कोई कंसर्न नहीं क्योंकि असी अखा तो पिछले पास चले जाना असी जीभ ना पाठ करते जीव तो उथे रहती नहीं क्योंकि जब जीव तो उपर उठे दाड़ू तो उपर गए अखा ने पिछले पास कंट्रोल प्वाइंट की है वो शिव नेत्र है जद उथे जावांगे बई उस तो उपर उठते सार ही दीपक जगेगा जब दीपक जग गया दे अंदर तिर पवन सोजी हुई उदों तो लोकी ने इन सोज आ गई सब कुछ पता लग गया कि खंड ब्रह्मांड तो बड़ी दूर की गल है उथों बैठे तो लोकी दे अंदर जो कुछ हो रहा है इन सब को पता लग गया दिस गया संतां दी दया दा मजमून उहदे ते श्रद्धा करना बई भजन नहीं भी हुंदा डोंट माइंड मगर श्रद्धा उहदे च इन्नी होनी चाहीदी कि ओह कोई बंदा नहीं वो तो अंदर खंडा मरमंडा का मालिक है मेरा सतगुरु है यदि इनी श्रद्धा भी होए तो अंत समय सतगुरु आएगा यदि संभाल करेगा और इन्हें जरूर सच खंड पहुंचाएगा वो वचन बन दे वो झूठा नहीं वो वचन बन दे वो इन्हू लेके जाएगा तांते संतां का जो विश्वास है वो इतना डिटरमिनेशन ना होना चाहिए कि संसार सूरज इधरों इधर चढ़ जाए मगर उस विश्वास नहीं छड़ना वो जरूर आएगा तो उन्हें झूठ वचन इन क्या होया नहीं जब प्रैक्टिकली इन्हें समझाते इन्हें सुना भी दिता तो फिर कौल के दी भाई कुताही के दी साडी अगर असी ध्यान लगा के उन्होंने अद्धा घंटा रोज रोज करके वेखी तुम वेखो अपने मन के अंदर जब झाती मार दे भाई कसूर तो साडा ही रह जाता जे पुछो भी अठ दिन कंटीन्यूसली किया नहीं जी अठ मिनट भी नहीं हुआ तो फिर इट इज वेरी डिसअपॉइंटिंग साडा कसूर होने के नाते फिर भी असी गुरु को दोष लगाता कि एवं तेरा अखर ही गलत है पता नहीं तुम्हें कितों की देता है सिरदर्दी भाई नहीं ऐसी गल नहीं करके देख लो वो चौंकड़ी ना चौंकड़ी मड़ा के बैठ के ही देख लो भी जिथे तक वो जाता है उन्नी दूर तक असि कि चिर पहुंचे तो डिफरेंस डेफिनेटली इट इज देयर क्योंकि शब्द की शक्ति इतनी है कि बैठन दे योग कर दिंदा शब्द की चढ़ाई ये अंदर लिया दिंदा प्रैक्टिकली इन विखा दिंदा कि भी किवें तू अंदर जुड़े
कैसे ओदे अंदर जुड़े। ठीक है नॉलेज इज ग्रेट पावर, असि भाई नॉलेज एम ए करन लई बी ए करन लई या होर कोई डिग्रियां करन लई बड़ी मेहनत करदे, इन्ने सफर भी कर लैंदे, मगर नाम लई अगर कहीए भाई तू अद्धा घंटा ला ही लिया कर कदे, भाई नाम की वेला पैता सोया बुरे काम गुट खड़ोया। होर काम किन्ने ने उन्हां च बड़ा टाइम डिवोट करता है। टीवी का कोई प्रोग्राम कोई नवा सीरियल लग जाए रोटी भी छड़ देने असि कहने ठहर जा जरा खाने रोटी आ सीरियल वे भाई कितना बाहर मुखी असि बाहर आ रहे भाई अंदर वड़न लई अगर कोई किसी महात्मा ने वचन दिता है देखो प्रैक्टिकली वो जरूर तुहानू मिलेगा। कदे हो नहीं सकता भी वो तुहानू मिले ना, जरूर मिलेगा। वो भी टीवी आले समय पिछों दी वो भी गुजर रहा है मगर वो तुहाडे नाल वचनबान दो जरूर तुहाडा आके ध्यान करेगा मिलो जरूर जी। सुन मंडल सुन सारंगी किंगरी बजे अनूप। सुन मंडल दसवें द्वार नू कहंदे ने भाई सुन मन यानी स्वामी जी ने इतनी निरपैता नाल बाणी उच्चारण की कि जेड़ा लेमैन है जिन्हें अज ही अजय सत्संग सुनने की कोशिश की भाई तुम सानू डिस्टर्ब बड़ा कर रहे मुंडियो है तुम जा तो 10 मिनट रुक जाओ तो जी समाप्ति कर देने क्योंकि साडा रस तुम गुआ रहे कड़ी क मगर इधर तो कड़ी क मगर उधर। हुण सुन मंडल जिहड़ा दसवां द्वार उत्थे की हो रहा है कहिंदे सारगी वज रही है इहनू सुनेगी इहदे अंदर बंद करके खामोशी च फस्ट यू हैव टू अचीव साइलेंस दैन देर विल बी वॉयस ऑफ साइलेंस। जदों तुसीं अपने आप चुप दे मंडल दे विच प्रवेश करोगे उत्थे कहिंदे उहदे च कोई आवाज उठ रही उत्पन्न हो रही उस आवाज च क्योंकि पहलो अखां मीच के कन्न जदों उस पासे तवज्जो कर दे बिल्कुल खामोशी की स्टेज आ जाएगी वाइब्रेशन हट जाएगी मन की उदो की होगा उस खामोशी के कोई आवाज उत्पन्न हो रही वो कड़ी आवाज है वो सतगुरु के शब्द ही है सूक्ष्म ढंग ना वज रहे हो किसी नू बीन दी तुनी सुन रही अगे दस दिंदे स्वामी जी महाराज कि गां की होगा असि अजे दसवें द्वार च गए संत मत की तीसरी मंजिल है असि अजे उदे च गए अज दो मंजिलां होर स्वामी दसणगे उस तों बाद 3 मंजिलां गुप्त ने जिहड़ियां दसू संत महात्मा जिस वक्त नाम दी बख्शिश करदा उदों हुण समझाउंदा है कि तेरे अंदर आ कुछ हो रहा भी करदे ने तों कदे कोई दसी नहीं है गल संत महात्मा कोल अज ही आए अज ही इन्हें गुप्त राज भी दसी जांदा उह बैठा जी। कोट पान सब रोम एक ऐसा पुरुष सरूप। करोड़ा सूरज कदा उजारा है ऐसा पुरुष अनूप उथे है जेड़ा उस स्थान का मालिक है कहने करोड़ा सूरजा का मालिक है उसके प्रकाश ही इतना है। अजे दसवें द्वार च असि गए हैं संत महात्मा दसदे कि उत्थे 12 बजे सूरज का प्रकाश है जिन्हें दिन दे वक्त जितनी रोशनी है दसवें द्वार च अखां बंद हुई है समाधि की अवस्था है उत्थे कितना प्रकाश कितना 12 बजे सूरज जिवें चढ़े हुए का प्रकाश अंदर ऐसे इन्हू नजर आएगा। सो ये दया कृपा का मनमोहन है जदों असीं लवांगे नाम संत महात्मा की दया नाल लवांगे उस वक्त ये सानू वेखण नू नजर आएगी जी। कंवलन की क्यारी बनी पवर करे गंजार। उते कंवल फुलां दी कहंदे क्यारी खिली हुई है ये जेड़ा मन पवर रूप बन के कहंदे उते गूंजेगा इनू रस आएगा अंदर मंजिल दर मंजिल आकाश मार्ग के जरिए भी सुरत समाधि वाल चढ़नी शुरू होगी। सेत सिंघासन बैठ कर देखे पुरुष समार
ਉੱਥੇ ਸੇਜ ਵਿਛੀ ਹੋਈ ਹੈ, ਵਿਛਾਉਣਾ ਵਿਛਿਆ ਹੋਇਆ, ਗੱਦੀ ਵਿਛੀ ਹੋਈ ਹੈ, ਉੱਥੇ ਜਾ ਕੇ ਬੈਠੇਗਾ, ਉੱਥੋਂ ਦੇ ਰੰਗ ਰਾਗ ਵੀ ਇਹ ਸੁਣੇਗਾ, ਉੱਥੇ ਜਾਏਗਾ, ਸੁਰਤ ਚੜੇਗੀ ਇਹਦੀ, ਰਹੇਗਾ ਤੇ ਇਸ ਸਰੀਰ ਦੇ ਵਿੱਚ ਚੌਂਕੜੀ ਧਾਰਨ ਹੋਈ ਹੋਈ ਹੋਏਗੀ, ਮਗਰ ਅੱਖਾਂ ਦੇ ਪਿਛਲੇ ਪਾਸੇ ਉੱਪਰ ਤੀਸਰੇ ਸਥਾਨ ਤੇ ਜਿਹਨੂੰ ਸੁਨ ਮੰਡਲ ਗਿਆ, ਦਸਵਾਂ ਦੁਆਰ ਵੀ ਉਹਨੂੰ ਕਹਿੰਦੇ, ਉਸ ਸਥਾਨ ਤੇ ਕਹਿੰਦੇ ਉਸ ਕਿਆਰੀ ਜਿਹੜੀ ਕੌਲਾਂ ਦੀ ਖਿੜੀ ਖਿੜੀ ਹੋਈ ਹੈ, ਉਹਨੂੰ ਜਾ ਕੇ ਦੇਖੇਗਾ, ਉਹਦਾ ਆਨੰਦ ਮਾਣੇਗਾ ਜੀ। ਦੀਨ ਬਾਂਸਰੀ ਮਦਰ ਧੁਨ ਵਾਜੇ ਪੁਰਸ਼ ਹਜੂਰ, ਕਹਿੰਦੇ ਬਾਂਸਰੀ ਦੀ ਧੁਨ, ਬੀਨ ਦੀ ਧੁਨ ਉਸ ਹਜ਼ੂਰ ਦੇ ਉਸ ਅਸਥਾਨਾਂ ਦਾ ਤੇ ਕਹਿੰਦੇ ਵੱਜਦੀ, ਇਹਨੂੰ ਸੁਣੇਗੀ, ਵੇਖ ਲੇਗਾ ਆਪਣੇ ਆਪ ਜਾ ਕੇ ਅਨੁਭਵ ਦੇ ਜ਼ਰੀਏ। ਕੋਈ ਉਹ ਸਥਾਨ ਐਸਾ ਨਹੀਂ ਵੀ ਉੱਥੇ ਜਾ ਕੇ ਕੋਈ ਸੁਣ ਸੁਣ ਜੰਗਲ ਚਲਾ ਜਾਏਗਾ, ਉਹ ਬੜੇ ਆਨੰਦਮਈ ਉਹ ਸਥਾਨ ਨੇ, ਉਹਨਾਂ ਨੂੰ ਜਾ ਕੇ ਦੇਖੇਗਾ, ਉੱਥੇ ਬੰਸਰੀ ਦੀ ਧੁਨੀ ਸੁਣੇਗਾ, ਬੀਨ ਦੀ ਆਵਾਜ਼ ਵੀ ਇਹਨੂੰ ਸੁਣਾਈ ਦੇ ਜੀ। ਸੁਨ ਸੁਨ ਹੰਸਾ ਮਗਨ ਹੋਏ, ਪੀਏ ਅਮੀਰਾਸ ਮੂਰ, ਜਿਵੇਂ ਇਹਦੀ ਸੁਰਤ ਹੰਸ ਰੂਪ ਹੋ ਕੇ ਅੰਦਰ ਨੂੰ ਚੜ ਰਹੀ ਹੈ, ਉੱਥੇ ਸ਼ਬਦ ਦਾ ਰਸ ਮਿਲ ਰਿਹਾ, ਉੱਥੇ ਕਹਿੰਦੇ ਅਨੂਪ ਕਿਸਮ ਦਾ ਰਸ ਇਹਨੂੰ ਪ੍ਰਾਪਤ ਹੋਏਗਾ, ਉਹ ਸਲੈਸ਼ੀਅਲ ਮਿਊਜ਼ਿਕ ਵੀ ਸੁਣੇਗਾ, ਉਸ ਜਗ੍ਹਾ ਦਾ ਸਥਾਨ ਵੀ ਉਹਨਾਂ ਦੀ ਰੌਣਕ ਵੀ ਜਾ ਕੇ ਵੇਖੇਗਾ, ਇਹਦੀ ਸੁਰਤ ਪ੍ਰੈਕਟੀਕਲੀ ਅਨੁਭਵ ਦੇ ਵਿੱਚ ਫੀਲ ਕਰੇਗੀ, ਕਿਉਂਕਿ ਇਹ ਜਿਹੜਾ ਮਜ਼ਮੂਨ ਹੈ ਫੀਲ ਕਰਨ ਦਾ ਜੀ। ਰੰਗ ਮਹਿਲ ਸਤ ਪੁਰਸ਼ ਕਾ ਸੋਭਾ ਆਗਮ ਅਪਾਰ, ਉਸ ਪੁਰਸ਼ ਦਾ ਕਹਿੰਦੇ ਅਨੂਪ ਕਿਸਮ ਦਾ ਸਰੂਪ ਹੈ, ਉੱਥੇ ਰੰਗ ਵੀ ਅਜੀਬ ਕਿਸਮ ਦੇ ਤੁਹਾਨੂੰ ਮਿਲਣਗੇ ਜੀ। ਹੰਸ ਜਹਾਂ ਆਨੰਦ ਕਰੇ, ਦੇਖੇ ਬਿਮਲ ਬਹਾਰ, ਉੱਥੇ ਹੰਸ ਰੂਪ ਜਿਹੜੀਆਂ ਸੁਰਤਾਂ ਪਹੁੰਚ ਜਾਂਦੀ ਨੇ, ਹੰਸ ਰੂਪ ਹੋ ਜਾਂਦੇ ਨੇ, ਉੱਥੇ ਕਹਿੰਦੇ ਆਨੰਦ ਕਿਸਮ ਦਾ ਆਨੰਦ ਅਨੁਭਵ ਕਰ ਜੀ। ਅਬ ਆਰਤ ਪੂਰਨ ਪਈ, ਮਨ ਪਾਇਆ ਬਿਸਰਾਮ, ਹੁਣ ਕਹਿੰਦੇ ਮੇਰੀ ਆਰਤੀ ਇਹ ਪੂਰੀ ਹੋ ਗਈ, ਉੱਥੇ ਜਾ ਕੇ ਕਹਿੰਦੇ ਵਿਸ਼ਰਾਮ ਦੀ ਸਟੇਜ ਬਣ ਗਈ, ਕਿਉਂਕਿ ਅਸੀਂ ਸੱਚ ਖੰਡ ਅੱਧੀ ਦਾ ਜ਼ਿਕਰ ਇੱਥੇ ਬਾਹਰ ਸੁਣਦੇ ਸੁਣਦਿਆਂ ਦੇ ਸਾਡੇ ਕੰਨ ਵੀ ਥੱਕ ਗਏ, ਹੁਣ ਕਹਿੰਦੇ ਅੱਜ ਗਏ ਉੱਥੇ, ਉੱਥੇ ਵੇਖਿਆ ਕਿਸ ਕਿਸਮ ਦਾ ਆਨੰਦ ਉਸ ਸੱਚਖੰਡ ਦੇ ਵਿੱਚ ਪ੍ਰਾਪਤ ਹੈ। ਸੰਤ ਮਹਾਤਮਾ ਸੰਤ ਦਿਵਾਲੀ ਨਿਤ ਕਰੇ ਸੱਚਖੰਡ ਕੇ, ਉੱਥੇ ਜਾ ਕੇ ਵੀ ਦਿਵਾਲੀ ਕਰਦੇ, ਉੱਥੇ ਦੀਵੇ ਜਗਦੇ, ਸੂਰਜ ਜਗਦੇ ਵੇਖ, ਦੀਵੇ ਉੱਥੇ ਖੜੇ, ਸੂਰਜ ਜਗਦੇ ਬਈ, ਕਿਰਨ ਕਿਰਨ ਪ੍ਰਕਾਸ਼, ਇੰਨਾ ਪ੍ਰਕਾਸ਼ ਹੈ ਉੱਥੇ, ਤੇ ਲੋਹੇ ਲੋਹੇ ਆਕਾਰ, ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਜਿਹਨਾਂ ਨੂੰ ਸਤਿਗੁਰ ਦੀ ਦਇਆ ਕਿਰਪਾ ਮਿਲਦੀ ਹੈ ਬਈ, ਉਹ ਬੈਠੇ ਹੀ ਆ ਸਮਾਧੀ ਦੇ ਜ਼ਰੀਏ ਅੰਦਰ ਪ੍ਰਕਾਸ਼ ਵੀ ਵੇਖਦੇ, ਉਹਨਾਂ ਦੀ ਸੁਰਤ ਉਸ ਆਕਾਸ਼ ਮਾਰਗ ਦੇ ਵਿੱਚੋਂ ਦੀ ਕ੍ਰੋਸ ਕਰਦੀ, ਸੁਰਤ ਉੱਪਰ ਚੜ੍ਹਦੀ, ਔਰ ਉਹ ਆਨੰਦ ਵੀ ਫੀਲ ਕਰਦੀ ਅਨੁਭਵ ਦੇ ਵਿੱਚ ਜੀ। ਰਾਧਾ ਸਵਾਮੀ ਚਰਨ ਪਰ ਕੋਟ ਕੋਟ ਪਰ ਨਾਮ, ਕੀ ਵਰਮਾਉਂਦੇ ਨੇ ਕਿ ਰਾਧਾ ਸਵਾਮੀ ਦਿਆਲ ਦੇ ਚਰਨ ਦੇ ਉੱਤੇ ਮੇਰਾ ਕਰੋੜਾਂ ਕਰੋੜਾਂ ਪ੍ਰਕਾਸ਼ ਸਰੂਪ ਪ੍ਰਣਾਮ, ਮੇਰਾ ਉੱਥੇ ਬਈ ਕਹਿੰਦੇ ਕਰੋੜਾਂ ਪ੍ਰਣਾਮ ਮੇਰਾ, ਕੋਟ ਕੋਟ ਡੰਡੌਤ ਪ੍ਰਣਾਮ ਜਿਹਨੂੰ ਕਹਿੰਦੇ ਨੇ, ਉਹ ਮੇਰਾ ਉਸ ਵਕਤ ਹੋ ਰਿਹਾ, ਕਿਉਂਕਿ ਬਈ ਉੱਥੇ ਰਾਧਾ ਸਵਾਮੀ ਦਿਆਲ ਦਾ ਜੋ ਦਰਸ਼ਨ ਮੈਨੂੰ ਹੋ ਗਿਆ, ਔਰ ਮੈਨੂੰ ਆਨੰਦਮਈ ਸਟੇਜ ਕੋਈ ਦੱਸ ਰਿਹਾ। ਰਾਧਾ ਸਵਾਮੀ ਚਰਨ ਪਰ ਕੋਟ ਕੋਟ ਪਰ ਨਾਮ,
ਸੰਗਤਾਂ ਔਖੀਆਂ ਤਾਂ ਜ਼ਰੂਰ ਹੋਈਆਂ ਹੋਣਗੀਆਂ ਕਿਉਂਕਿ ਕੁਝ ਸੰਗਤਾਂ ਬਾਹਰੋਂ ਵੀ ਆਈਆਂ ਨੇ। ਇੱਕ ਪੜ੍ਹਨ ਲਈ ਉਪਸਥਿਤ ਹੋਏ ਆ, ਖਿਮਾ ਕਰਨਾ, ਸਤਿਗੁਰ ਅੱਗੇ ਵੀ ਫਰਿਆਦ ਆ ਵੀ ਸੱਚੇ ਪਾਤਸ਼ਾਹ ਜੈਸੇ ਵੀ ਆ ਅਸੀਂ ਤੇਰੇ ਆ, ਕਿਰਪਾ ਕਰਕੇ ਜੈਸੀ ਵੀ ਸਾਡੇ ਕੋਲੋਂ ਪੜ੍ਹੀ ਜਾ ਰਹੀ ਹੈ ਉਹਨੂੰ ਮਨਜ਼ੂਰ ਕਰ। ਸੁਖਾਰੀ ਸੰਤ ਮਹੱਲਾ ਪੰਜਵਾਂ। ਕੋਲ ਕੁਮਾਈ ਲਾਲ ਨਾ ਗੁਰਮਨ ਦੀਨਾ, ਕੋਲ ਕੁਮਾਈ ਲਾਲ ਨਾ ਗੁਰਮਨ ਦੀਨਾ। ਗੁਰੂ ਮਹਾਰਾਜ ਦੀ ਬਾਣੀ ਲੈ ਰਹੇ ਹੋ, ਸਵਾਮੀ ਜੀ ਮਹਾਰਾਜ ਦੀ ਬਾਣੀ ਸੀ ਭਾਈ। ਸੰਤ ਸਾਰੇ ਹੀ ਬਾਣੀ ਇੱਕੋ ਕਿਸਮ ਦੀ ਬੋਲਦੇ ਨੇ। ਕੀ ਫਰਮਾਉਂਦੇ ਨੇ? ਕੋਲ ਕਮਾਈ ਲਾਲਣਾ ਗੁਰਮਨ ਦੀਨਾ। ਇਹ ਸੱਚੇ ਪਾਤਸ਼ਾਹ ਮੈਂ ਤੈਨੂੰ ਆਪਣਾ ਮਨ ਅਰਪਣ ਕੀਤਾ, ਮੈਂ ਤੇ ਤੂੰ ਕੁਰਬਾਨ ਜਾਂਦਾ। ਕੋਲ ਕਮਾਈ ਇਹ ਲਾਲ ਜੀ ਮੈਂ ਤੈਨੂੰ ਆਪਣਾ ਆਪ ਕੁਰਬਾਨ ਕਰਦਾ। ਹੁਣ ਇਹ ਸਤਿਗੁਰੂ ਦੇ ਪਿਆਰਿਆਂ ਦਾ ਮਜ਼ਮੂਨ ਹੈ ਜਿਹਨਾਂ ਨੇ ਆਪਣੀ ਜਾਨ ਤਨ ਮਨ ਪ੍ਰਾਣ ਸਤਿਗੁਰੂ ਦੇ ਚਰਨਾਂ ਦੇ ਨਿਸ਼ਾਵਰ ਕੀਤੇ ਨੇ। ਮੈਂ ਤੈਥੋਂ ਕੋਲ ਕਮਾਉਣਾ, ਮੈਂ ਤੈਥੋਂ ਵਾਰਨਾ ਕਰਦਾ ਆਪਣਾ ਆਪ, ਕਿਉਂਕਿ ਮੈਂ ਹੁਣ ਤੈਨੂੰ ਮਨ ਦੇ ਦਿੱਤਾ। ਹੁਣ ਮੇਰੀ ਐਗਜਿਸਟੈਂਸ ਕੋਈ ਰਹੀ ਨਹੀਂ, ਮੈਂ ਤੇਰੇ ਚਰਨਾਂ ਚ ਸਮਾ ਗਿਆ, ਮੈਂ ਤੈਨੂੰ ਮਨ ਦੇ ਦਿੱਤਾ ਆਪਣਾ ਜੀ। ਸੁਨ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਸ਼ਬਦ ਦੀ ਸਵਾਮੀ ਜੀ ਮਹਾਰਾਜ ਐਕਸਪਲੇਨੇਸ਼ਨ ਦਿੰਦੇ ਨੇ ਕਿ ਤੇਰਾ ਸ਼ਬਦ ਸੁਣ ਕੇ ਮੇਰਾ ਮਨ ਭਿੱਜ ਗਿਆ, ਮੇਰਾ ਮਨ ਬਾਹਰ ਫੈਲਾ ਕਰਨ ਹਟ ਗਿਆ। ਵਾਈਬ੍ਰੇਸ਼ਨ ਜਿਹੜਾ ਕਰਦਾ ਸੀ ਕਦੇ ਇੱਧਰ ਭੱਜਦਾ ਸੀ ਕਦੇ ਉੱਧਰ ਭੱਜਦਾ ਸੀ, ਹੁਣ ਟਕਾ ਦੀ ਅਵਸਥਾ ਹੋ ਗਈ। ਇਸ ਕਰਕੇ ਮੈਂ ਤੈਥੋਂ ਕੋਲ ਕਮਾਉਂਦਾ ਆਪਣੇ ਆਪ, ਮੈਂ ਕੁਰਬਾਨ ਜਾਂਦਾ ਤੇਰੇ ਤੋਂ। ਤੂੰ ਅਜੀਬ ਹੈ, ਤੇਰੇ ਜਿਹਾ ਕੋਈ ਮੈਨੂੰ ਹੋਰ ਦਿਖਦਾ ਨਹੀਂ ਜੀ। ਏ ਮਨ ਪੀਨਾ ਜਿਉ ਜਲ ਮੀਨਾ, ਲਾਗਾ ਰੰਗ ਮੁਰਾਰਾ। ਜਿਸ ਤਰ੍ਹਾਂ ਮੱਛੀ ਪਾਣੀ ਦੇ ਅੰਦਰ ਭਿੱਜ ਗਈ, ਉਹ ਤੋਂ ਬਗੈਰ ਉਹ ਰਹਿ ਨਹੀਂ ਸਕਦੀ, ਉਹ ਪਾਣੀ ਨੂੰ ਹੀ ਆਪਣਾ ਸੁਖ ਮੰਨਦੀ ਹੈ। ਕਹਿੰਦੇ ਇਸ ਤਰ੍ਹਾਂ ਹੀ ਤੇਰਾ ਆਨੰਦ ਜੋ ਮੇਰੇ ਅੰਦਰ ਆ ਗਿਆ ਤੇਰਾ ਚਰਨ ਸਪਰਸ਼ ਕਰਕੇ, ਮੈਂ ਉਸ ਤਰ੍ਹਾਂ ਆਪਣੇ ਆਪ ਆਨੰਦ ਫੀਲ ਕਰਦਾ, ਆਪਣੇ ਆਪ ਨੂੰ ਆਨੰਦਮਈ ਜੀਵਨ ਮੇਰੇ ਦੇ ਵਿੱਚ ਪਲਟਾ ਹੋ ਗਿਆ। ਮੈਂ ਤੇਰੇ ਚ ਕੰਸੋਲੀਡੇਟ ਹੋ ਗਿਆ, ਤੇਰੇ ਚ ਅਬਜ਼ਾਰਬ ਹੋ ਗਿਆ ਮੈਂ। ਜਿਸ ਤਰ੍ਹਾਂ ਮੱਛੀ ਪਾਣੀ ਚ ਅਬਜ਼ਾਰਬ ਹੋਈ ਪਈ, ਇਸ ਤਰ੍ਹਾਂ ਮੇਰਾ ਮਨ ਹੋ ਗਿਆ। ਅਸੀਂ ਹੁਣ ਜਦ ਸੋਚਦੇ ਹਾਂ ਆਪਣੇ ਆਪ ਨੂੰ ਬਈ ਜਿਵੇਂ ਮੱਛੀ ਪਾਣੀ ਨਾਲ ਮਿਕਸ ਹੋਈ ਪਈ, ਅਬਜ਼ਾਰਬ ਹੋਈ ਪਈ, ਮੱਛਲੀ ਨੂੰ ਕੱਢ ਕੇ ਪਾਣੀ ਚ ਬਾਹਰ ਰੱਖ ਦਿਓ, ਤੜਫ ਕੇ ਪ੍ਰਾਣ ਦੇ ਦਿੰਦੇ। ਕਦੇ ਸਾਡੀ ਅਵਸਥਾ ਐਸੀ ਬਣੇ, ਕਦੇ ਹੋ ਨਹੀਂ ਸਕਦਾ ਮਾਲਕ ਦੇ ਦਰਸ਼ਨ ਨਾ ਹੋਣ ਔਰ ਮਾਲਕ ਆਪਣੇ ਆਪ ਚਰਨਾਂ ਦੇ ਵਿੱਚ ਇਹਨੂੰ ਸਮਾਵੇ ਨਾ। ਅਫਸੋਸ ਇਸੇ ਗੱਲ ਦਾ ਰਹਿ ਜਾਂਦਾ ਜੇ ਗੱਲਾਂ ਕਰਕੇ ਬਈ ਪੂਰਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੱਧੇ ਏਕ ਨਾ ਲਾ ਕੇ ਜੋ ਬਾਸ ਪਹੁੰਚਾਈ ਬੰਸਰੀ ਦੇ ਵਿੱਚ ਫੂਕ ਮਾਰਦੇ ਵਿੱਚ ਥੋੜਾ ਖੜਦੀ, ਉਹ ਪਰਲੇ ਪਾਸੇ ਨਿਕਲ ਜਾਂਦੀ। ਇਸ ਤਰ੍ਹਾਂ ਸਾਡੇ ਇਸ ਕੰਨ ਚ ਵੜਦੀ ਹੈ ਤੇ ਇਸ ਕੰਨ ਚ ਜਾ ਰਹੀ। ਬਈ ਉਹਨੂੰ ਹਿਰਦੇ ਅੰਦਰ ਧਾਰਨ ਕਰਕੇ ਉੱਥੇ ਪਕੜ ਲੈਣਾ। ਜਦ ਹਿਰਦੇ ਦੇ ਅੰਦਰ ਧਾਰਨ ਕਰਾਂਗੇ ਬਈ ਹਿਰਦਾ ਉਹਦੇ ਵਰਗਾ ਹੋ ਜਾਏਗਾ, ਉਹ ਸਤਿਗੁਰੂ ਦੀ ਮੂਰਤ ਦੇ ਅੰਦਰ ਗੁਰ ਕੇ ਸ਼ਬਦ ਜਿਹੜਾ ਉਹ ਇਹਦੇ ਅੰਦਰ ਮੂਰਤ ਧਾਰਨ ਅੰਦਰ ਹੋ ਜਾਏਗੀ, ਇਹਦੇ ਅੰਦਰ ਮੂਰਤ ਆ ਕੇ ਟਿਕ ਜਾਏਗੀ, ਉਹਨੂੰ ਵੇਖ ਵੇਖ ਪਸਤ ਵਿਸਮਾਦ ਰੂਪ ਚ ਚੜਦਾ ਚਲਾ ਜਾਏਗਾ ਜੀ। ਕੀਮਤ ਕਹੀ ਨਾ ਜਾਈ ਠਾਕਰ, ਤੇਰਾ ਮਹਿਲ ਅਪਾਰਾ। ਇਸ ਚ ਪਾਤਸ਼ਾਹ ਮੈਂ ਤੇਰੀ ਕੀਮਤ ਕਹਿ ਨਹੀਂ ਸਕਦਾ, ਤੇਰੇ ਮਹਿਲ ਅਪਾਰ ਨੇ, ਉਹਨਾਂ ਮਹਿਲਾਂ ਵਰਗੇ ਕੋਈ ਹੋਰ ਮਹਿਲ ਵੀ ਨਹੀਂ। ਮੈਂ ਬਣਾਈ ਜਾਂਦਾ ਕੋਠੀ ਬਣਾਈ, ਸਟੋਨ ਲਾ ਲੇ, ਪੱਥਰ ਲਾ ਲੇ, ਰੰਗ ਬਿਰੰਗੇ ਡਿਜ਼ਾਇਨ ਵੀ ਪਾ ਲੇ, ਪਰ ਉਹ ਰਸ ਨਹੀਂ ਜਿਹਦੀ ਸੁਰਤ ਅੰਦਰ ਸਮਟਾ ਕਰਦੀ, ਉਹਨੂੰ ਪਤਾ ਲੱਗਦਾ ਕਿ ਇੱਥੇ ਰਸ ਹੈ ਕਿ ਅੰਦਰ ਜਾ ਕੇ। ਵੀ ਅੰਦਰ ਇਹ ਤੂੰ ਬਹੁਤ ਸੁੰਦਰ ਮਾਲ ਹੈ, ਜਿੱਥੇ ਉਹ ਸਤਿਗੁਰੂ ਦਾ ਮਿਲਾਪ ਹੁੰਦਾ, ਜਿਹੜੇ ਅਸੀਂ ਬਾਹਰ ਬਣਾਉਣੇ ਕਾਪੀ ਕਰਨੇ ਵੀ ਇੱਥੇ ਸੁੱਖ ਪਾਵਾਂਗੇ, ਨਹੀਂ ਸੁੱਖ ਉੱਥੇ ਹੈ ਇੱਥੇ ਨਹੀਂ। ਇਹ ਤਾਂ ਗਰਮੀ ਪੈਂਦੀ ਤਪਸ਼ ਦੇ ਨਾਲ ਸਾਨੂੰ ਸਾੜਦੇ ਫੂਕਦੇ ਹੈ, ਵੀ ਉੱਥੇ ਠੰਡਕ ਹੈ, ਬੜੀ ਕੰਸੋਲੀਡੇਸ਼ਨ ਹੈ ਮਨ ਦੀ, ਬੜਾ ਵਿਸ਼ਰਾਮ ਹੈ।
बड़ा सुख है उत्थे अंदर। जदों असीं अंदर उहदे शीश महलां दे अंदर जाने उहदे वर्गा होर कोई महल बाहर नहीं जी। सगल गुना के दाते स्वामी बिनियो सुनियो एक दीना। तू सारे गुणा का मालिक है स्वामी जी, इसके पातशाह तू मेरे अंदर एक गुण पैदा कर देता, तू अपार है। उसकी महिमा बोल रहे स्वामी जी महाराज गुरु महाराज जी। देहे दर्श नानक बलिहारी जीड़ा बल बल कीना। पातशाह मैनु अपना वो जो अनमोल दर्शन देना, मैं अपना तन मन तेरा कर दिता, मैं अपने आप की एग्जिस्टेंस तेरे विच अब्जॉर्ब करती कंज्यूम करती। माई एग्जिस्टेंस स्टैंड्स नो वेयर नाउ, मैं तेरा रूप हो गया तेरी दया कृपा के जरिए, मैं तेरे शब्द विच अपने आप नू मर्ज कर दिता जी। दे दर्श नानक बलिहारी जीड़ा बल बल कीना। सच्चे पातशाह मैनु अपना कीमती दर्शन दो, मैं तन मन तेरा कर दिता। हुण मेरी अपनी एग्जिस्टेंस कोई नहीं, तेरे दर्शन दी प्यास दे विच मैं प्रार्थना करदा कि तू मैनु अपना कर ले जी। ए तन मन तेरा सब गुण तेरे खनिए बिबा दर्शन तेरे, खनिए बिबा दर्शन तेरे। मेरे दर्शन तो कुर्बान में हुए हैं, मेरी जीव टुकड़े टुकड़े की बार तुम वार दिया तेरे तो जी। दर्शन तेरे सुन प्रभ मेरे निमक दृष्ट पेख जीमा जी। अमृत नाम सुनी जे तेरा कृपा करे तपीवा। तेरा नाम अमृत कह के मैं याद करना है, लोग भी कहते ने मैं सुन रहा है तेरे उस अमृत में मैं पीवा जी। आस प्यासी पिर के ताई ज्यो चातरक बूंदे रे। जिस तरह स्वांति बूंदी नू पा के चातरक गदगद हो उठता, इस तरह तेरे नाम नाल मैं भी प्रफुल्लित हो रहा जी। कौ नानक जीड़ा बलिहारी दे दर्श प्रभ मेरे। नानक जी महाराज फरमाउंदे ने कि सच्चे पातशाह मैनू दर्शन दिओ, जिस तरह चातरिक उस बूंद नाल संतुष्ट हुंदा है मैं भी तेरे नाम नाल संतुष्ट हां, तेरे चरणा नाल मैं संतुष्ट हां, इस करके मैनू दर्शन दी कृपा करो, मैनू दर्शन दे के निहाल करो। कौ नानक जीवड़ा बलहारी दे दर्श प्रभ मेरे। इना ही स्वीकार करो क्योंकि डंगर पानी का समा भी हो रहा है, संगता बारहों सफर चो आई है भाई। सब का बहुत धन्यवाद करते हुए असि गुरु महाराज के चरणा च फरियाद करते बेनती करते सब ने एकागर चित हो के भी मेरे नाम जी नवाज जी साध संगत जी अज सोमवार का ध्यान है, विसाख महीने की संग्राम, गुरु दरबार वालों सब संगत लख लख वधाई हो गई। एक परंपरा बन के रह गई है कि हर महीने संग्राम के मौके पर संतां दी चलाई हुई परंपरा के मुताबिक सत्संग होंदा, और कुछ संगतां आके अपनी हाजरी पाउंदियां ने दरबार के अंदर और सतगुरु की खुशी की कामना करदियां ने संगतां। भई संतां दी बाणी किसे परथाए हर समा बोलते आए और बोलते रहनगे, हुण भी बोलते ने। कोई कली फॉर्मेलिटी नहीं कि असी विसाख के महीने आए उत्थे प्रसाद वरतेगा लंगर वरतेगा और छक के असी अपने घर चले जावांगे, सिर्फ इन्ना ही परपज नहीं। अगर गहराई च देखदे आ गुरु नानक देव जी महाराज नू वेखिए
ਉਹਨਾਂ ਦੇ ਕੌਤਕ ਨੂੰ, ਕਿਉਂਕਿ ਉਸ ਵਕਤ ਪੰਡਿਤ ਲੋਕ ਤੀਰਥਾਂ ਦੀ ਯਾਤਰਾ ਨੂੰ ਬੜੀ ਮਾਨਤਾ ਦਿੰਦੇ ਸਨ। ਸੂਰਜ ਗ੍ਰਹਿਣ ਦਾ ਮੌਕਾ ਸੀ, ਆਪ ਜੀ ਹਰਿਦੁਆਰੀ ਗਏ, ਉਸੇ ਜਾ ਕੇ ਕੀ ਵੇਖਿਆ ਕਿ ਲੋਕ ਚੰਦਰਮਾ ਨੂੰ ਪਾਣੀ ਦਿੰਦੇ ਨੇ, ਪਹਿਲਾਂ ਇਸ਼ਨਾਨ ਕਰਦੇ ਨੇ, ਫਿਰ ਸੂਰਜ ਨੂੰ ਮੂੰਹ ਕਰਕੇ ਉਹਨੂੰ ਪਾਣੀ ਚੜਾਉਂਦੇ ਨੇ। ਵੇਖਿਆ ਕਿ ਕਿੱਡੀ ਕੁਰੈਤ ਕਰਦੇ ਨੇ, ਸੂਰਜ ਕਿਤਨੀ ਦੂਰ ਹੈ, ਅਸੀਂ ਇੱਥੇ ਹੈ, ਸਾਡਾ ਪਾਣੀ ਉੱਥੇ ਪਹੁੰਚ ਕੇ ਕੀ ਕਰੇਗਾ। ਸੰਗਤਾਂ ਦੀ ਤਵੱਜੋ ਨੂੰ ਡਾਇਵਰਟ ਕਰਨ ਲਈ ਵੀ ਕੌਤਕ ਕੀਤਾ ਕਿ ਪੱਛਮ ਵੱਲ ਮੂੰਹ ਕਰਕੇ ਗੰਗਾ ਵਿੱਚੋਂ ਪਾਣੀ ਭਰ ਕੇ ਕਿਸੇ ਬਰਤਨ ਦੇ ਜ਼ਰੀਏ ਤੇ ਪੱਛਮ ਵਾਲੇ ਪਾਸੇ ਨੂੰ ਜਿੱਧਰ ਸੂਰਜ ਛਿਪਦਾ ਉਸ ਪਾਸੇ ਨੂੰ ਪਾਣੀ ਚੜਾਉਣਾ ਸ਼ੁਰੂ ਕਰ ਦਿੱਤਾ। ਪੰਡਿਤ ਲੋਕਾਂ ਨੇ, ਹੋਰ ਜਿਹੜੇ ਯਾਤਰੀ ਸੀ ਉਹਨਾਂ ਨੇ ਵੇਖਿਆ ਕਿ ਅਜੀਬ ਮਹਾਤਮਾ ਹੈ, ਸਾਰਾ ਸੰਸਾਰ ਸੂਰਜ ਵਾਲੇ ਪਾਸੇ ਨੂੰ ਮੂੰਹ ਕਰਕੇ ਚੜ੍ਹਦੇ ਨੂੰ ਪਾਣੀ ਚੜਾਉਂਦੇ ਨੇ ਵੀ ਸੂਰਜ ਨੂੰ ਪਹੁੰਚੇ ਔਰ ਸਾਡੇ ਪਿੱਤਰਾਂ ਨੂੰ ਪਹੁੰਚੇ। ਹੁਣ ਸੰਤਾਂ ਦਾ ਤਾਂ ਪ੍ਰਯੋਜਨ ਸਿਰਫ ਇਹ ਸੀ ਉਹਨਾਂ ਦੀ ਤਵੱਜੋ ਆਪਣੀ ਵੱਲ ਖਿੱਚਣ ਤੋਂ, ਇਹੀ ਉਹ ਚਾਹੁੰਦੇ ਸੀ। ਜਦ ਸੰਗਤਾਂ ਦੀ ਤਵੱਜੋ ਉਹਨਾਂ ਵੱਲ ਹੋਈ ਤੇ ਸਵਾਲ ਉਹਨਾਂ ਨੂੰ ਕੀਤਾ ਗਿਆ ਵੀ ਭਲਿਆ ਪੁਰਸ਼ਾ, ਅਸੀਂ ਤਾਂ ਸੂਰਜ ਨੂੰ ਪਾਣੀ ਚੜਾ ਰਹੇ ਹਾਂ, ਇਹ ਤੂੰ ਕੀ ਕਰ ਰਿਹਾ ਬਈ, ਤੂੰ ਪੁੱਠੇ ਪਾਸੇ ਨੂੰ ਚੜਾ ਰਿਹਾ ਪਾਣੀ, ਇਹ ਪਾਣੀ ਤੇਰਾ ਕਿੱਧਰ ਨੂੰ ਜਾ ਰਿਹਾ। ਕਹਿੰਦੇ ਵੀ ਮੈਨੂੰ ਹੋਰ ਪਤਾ ਨਹੀਂ, ਮੈਂ ਪੰਜਾਬ ਦਾ ਰਹਿਣ ਵਾਲਾ ਹੈ ਔਰ ਮੇਰਾ ਸਵਾਲ ਹੈ ਛੋਟਾ ਜਿਹਾ ਕਿ ਆਪ ਕੀ ਕਰਦੇ ਹੋ। ਲੋਕਾਂ ਨੇ ਦੱਸਿਆ ਕਿ ਅਸੀਂ ਆਪਣਾ ਸੂਰਜ ਨੂੰ ਪਾਣੀ ਚੜਾ ਰਹੇ ਹਾਂ ਕਿਉਂਕਿ ਅੱਜ ਗ੍ਰਹਿਣ ਦਾ ਦਿਨ ਹੈ, ਉਸ ਵਜ੍ਹਾ ਕਰਕੇ ਅਸੀਂ ਆਪਣਾ ਪਾਣੀ ਸੂਰਜ ਨੂੰ ਚੜਾਉਂਦੇ ਹਾਂ, ਸਾਡੇ ਪਿੱਤਰਾਂ ਨੂੰ ਪਹੁੰਚੇਗਾ ਉਹ ਪਾਣੀ। ਕਹਿੰਦੇ ਖੈਰ, ਜੋ ਕੁਛ ਆਪ ਕਰਦੇ ਹੋ ਤੁਹਾਨੂੰ ਪਤਾ ਹੋਏਗਾ, ਮੈਂ ਪੰਜਾਬ ਦਾ ਨਿਵਾਸੀ ਹਾਂ, ਮੇਰੇ ਖੇਤ ਕਰਤਾਰਪੁਰ ਨੇ, ਤੇ ਮੈਂ ਇੱਥੋਂ ਬੈਠਾ ਸੋਚ ਰਿਹਾ ਕਿ ਮੈਂ ਜੇ ਪਾਣੀ ਚੜਾਵਾਂ ਲੋਕਾਂ ਦਾ ਪਾਣੀ ਅਗਰ ਸੂਰਜ ਤੇ ਜਾ ਸਕਦਾ ਕਰਤਾਰਪੁਰ ਦਾ ਆ ਰਿਹਾ, ਬਈ ਮੇਰਾ ਪਾਣੀ ਮੇਰੇ ਖੇਤਾਂ ਨੂੰ ਲੱਗੇਗਾ, ਹੋਰ ਤਾਂ ਕੋਈ ਪਰਪਸ ਨਹੀਂ। ਬੜੇ ਹੈਰਾਨ ਹੋਏ ਲੋਕ ਕਿ ਕਮਾਲ ਦੀ ਗੱਲ ਹੈ ਕਿ ਇਹ ਨਵੀਂ ਪਰੰਪਰਾ ਚਲਾ ਰਹੇ। ਸੋ ਸੰਤਾਂ ਦਾ ਪ੍ਰਯੋਜਨ ਸਿਰਫ ਤਵੱਜੋ ਨੂੰ ਆਪਣੀ ਵੱਲ ਖਿੱਚਣ ਵਾਸਤੇ ਕੋਈ ਕੌਤਕ ਕਰਦੇ ਨੇ। ਇਸੇ ਤਰ੍ਹਾਂ ਹੀ ਸਤਸੰਗ ਦੀ ਪਰੰਪਰਾ, ਸੰਤਾਂ ਨੇ ਉਸ ਗੁਪਤ ਭੇਦ ਨੂੰ ਖੋਲਣ ਵਾਸਤੇ ਸਤਸੰਗ ਰਚਾਏ ਕਿ ਉੱਥੇ ਜਾ ਕੇ ਡਿਸਕਸ ਕਰਕੇ ਅਸੀਂ ਦੱਸਾਂਗੇ ਕਿ ਅਸੀਂ ਸਤ ਨਾਮ ਦੇ ਦੇਸ਼ ਵਿੱਚੋਂ, ਸੱਚਖੰਡ ਵਿੱਚੋਂ ਉਤਰ ਕੇ ਕਿਸੇ ਸਮੇਂ ਇਸ ਮਿਰਤ ਮੰਡਲ ਤੇ ਆਏ ਸੀ, ਵਾਪਸ ਅਸੀਂ ਆਪਣੇ ਦੇਸ਼ ਜਾਣਾ, ਅਸੀਂ ਭੁੱਲ ਗਏ ਮਨ ਮਾਇਆ ਦੇ ਅਧੀਨ ਹੋ ਕੇ, ਮਨ ਬੁੱਧੀ ਦੇ ਅਧੀਨ ਹੋ ਕੇ ਅਸੀਂ ਉਸ ਗੱਲ ਨੂੰ ਭੁੱਲ ਗਏ ਕਿ ਅਸੀਂ ਉੱਥੇ ਜਾਣਾ, ਅਸੀਂ ਇੱਥੇ ਮੁੰਡੇ ਕੁੜੀਆਂ ਦੇ ਰਿਸ਼ਤੇਦਾਰਾਂ ਦੇ ਚੱਕਰਾਂ ਚ ਫਸ ਕੇ ਹੋਰ ਕਿਰਿਆਵਾਂ ਦੇ ਵਿੱਚ ਕਦੇ ਵੇਦ ਪੜ੍ਹ ਲਏ ਤਾਂ ਤਦ ਉੱਥੇ ਕਰਮ ਕਾਂਡ ਦੀ ਥਿਉਰੀ ਹੈ ਕਿ ਜੋ ਕਰਮ ਕਰਾਂਗੇ ਉਹਦੇ ਮੁਤਾਬਕ ਸਾਨੂੰ ਉਹਦਾ ਫਲ ਮਿਲੇਗਾ। ਕਰਮ ਕਾਂਡ ਤਾਂ ਜਿੱਥੋਂ ਤੱਕ ਪਰਪਸ ਹੈ ਉਹ ਠੀਕ ਹੈ, ਹੁਣ ਜਿੱਥੋਂ ਤੱਕ ਕਰਮ ਦਾ ਸਵਾਲ ਹੈ, ਅਗਰ ਅਸੀਂ ਨਾਮ ਜਪਾਂਗੇ ਇਹ ਕਰਮ ਕਰਾਂਗੇ ਤਾਂ ਜ਼ਰੂਰ ਸੱਚਖੰਡ ਜਾਵਾਂਗੇ, ਕਿਉਂਕਿ ਸਾਡਾ ਪ੍ਰਯੋਜਨ ਉਸ ਵਕਤ ਇਹ ਹੋਏਗਾ ਕਿ ਅਸੀਂ ਸਿਮਰਨ ਉਸ ਮਾਲਕ ਦਾ ਕਰਦੇ ਹਾਂ ਜਿਹਦਾ ਸਿਮਰਨ ਕਰਨਾ ਕਰਾਂਗੇ ਉਹਦੇ ਚਰਨਾਂ 'ਚ ਅਸੀਂ ਪਹੁੰਚ ਜਾਵਾਂਗੇ। ਸੋ ਇਸੇ ਤਰ੍ਹਾਂ ਹੀ ਇਹ ਜੋ ਪਰੰਪਰਾ ਚਲਾਈ ਹੋਈ ਸੰਤਾਂ ਦੀ, ਕਿਸੇ ਪ੍ਰਥਾ ਇਹ ਹੈ ਕਿ ਅਸੀਂ ਕਿਸੇ ਸਮੇਂ ਮਾਲਕ ਦੀ ਮੌਜ ਕਰਕੇ ਸੱਚਖੰਡ ਵਿੱਚੋਂ ਕੱਢੇ ਗਏ ਔਰ ਇਹ ਸਭ ਕੁਛ ਹੋਂਦ ਵਿੱਚ ਨਹੀਂ ਸੀ ਉਸ ਵਕਤ, ਨਾ ਪ੍ਰਿਥਵੀ ਸੀ, ਨਾ ਦਰਿਆ ਸੀ, ਨਾ ਪਹਾੜ ਸੀ, ਨਾ ਸੂਰਜ ਸੀ, ਨਾ ਚੰਦ ਸੀ, ਨਾ ਤਾਰੇ ਸੀ। ਗੁਰਬਾਣੀ ਕੱਢ ਕੇ ਅਗਰ ਪੜ੍ਹ ਕੇ ਦੇਖੀਏ ਤਾਂ ਗੁਰੂ ਮਹਾਰਾਜ ਦਾ ਸ਼ਬਦ ਹੈ ਜਿਹਦੇ ਵਿੱਚ ਉਹਦੀ ਪਹਿਲੀ ਪੰਕਤੀ ਅਰਬਦ ਨਰਬਦ ਧੁੰਦੂਕਾਰ ਹੈ, ਵੀ ਪਹਿਲੋਂ ਧੁੰਦ ਦੀ ਅਵਸਥਾ ਦੇ ਵਿੱਚ ਮਾਲਕ ਬਿਰਾਜਮਾਨ ਸੀ ਔਰ ਇਹ ਸਭ ਕੁਛ ਹੋਂਦ ਵਿੱਚ ਨਹੀਂ ਸੀ। ਸੱਚਖੰਡ ਦੇ ਵਿੱਚ ਤਨਕਾਰ ਹੋਈ ਇੱਕ, ਜਿਹਦੀ ਵਜ੍ਹਾ ਨਾਲ ਇਹ ਸਭ ਕੁਛ ਹੋਂਦ ਵਿੱਚ ਯਕਦਮ ਆਇਆ, ਇਹ ਕੋ ਕਵਾਓ ਇਹ ਕੋ ਪਸਾਓ
तिस्ते हुए लख दरिया हो भी एक उदी मंग नाल उदे मन संकल्प उत्पन्न होन दे नाल कि सब कुछ होन विच आया। सो संतां दा प्रयोजन करतारपुर अपने खेतां नूं पानी देन दा नहीं, तो जो सब संगतां दी अपनी वल खिंच के जिस परपज लई असीं आए हां उहदी चेतावनी देना है। स्वामी जी महाराज मीनिया परती जो बाणी उचारदे ने, जिस तरह पंचम पातशाह श्री गुरु अर्जन देव जी महाराज ने बाणी उचारी है बारह मास की, जिस तरह गुरु नानक देव जी ने तुखारी राज दे विच भी बारह मास उचारे ने। मेन परपज है कि इंसान की चेतावनी, इंसान इंसान की तवजो खिंच के ये दसना है कि तू सचखंड का वासी से उतों उतर के तू नीचे आ गया, इतने कर्मकांड की थ्योरी विच फस के उस गल नू भुल गया, ते मुंडे कुड़ियां पालन च लग गया, होर मन इंद्रियां दे घाट ते सुरत तेरी तुरी फिरदी रही और तेरा स्वासा रूपी पूंजी लुट के आखरी समा जद आया उस वक्त तेनू यम ने खिच के कर्मां दे मुताबिक तेरिया जो इच्छावां सी तेनू 84 दे गेड़ विच नीचे पाता, क्योंकि असी कदे नाम जपया ही नहीं। बई वो गल साडी अखां तो बिलकुल ही परे जा चुकी, जब पता ही नहीं जेड़ी गल मां प्यो करदे ने पुत्र धियां भी ओही करदे ने, क्योंकि सहजे ही सिख जांदे। एक अगर व्यापारी नू बिजनेसमैन नू लैने जिहदी दुकान है उहदे पुत्र धियां की करदे ने दुकान ते जांदे ने, सहजे ही सौदा तोलना सिख जांदे ने। भी एक स्वर्णकार है जिहड़ा ज्वैलरी का कम करदा है, उहदे पुत्र धियां बई सोना ढालना गहने बना देना ओदी रुचि बन जाती सहजे ही। स्कूल तो आंदा जदो दुकान ते जांदा उहनू इह पता लग जांदा कि मेरा पिता जी मेरा की करदे ने, किवें ओह गहने बनाउंदे ने, किवें सोना लियाउंदे ने, किस तरह ओह इहदी डेकोरेशन वास्ते इंसान दी दे किवें गहने बनाउंदे ने। तां ते असीं जो कुछ करदे तुरे आ रहे हैं एक सहज अवस्था की परंपरा है जिहदे मुताबिक असीं एक बंदा जिमीदारा खेती करदा है बई ओहदे पुत तियां रोटी लैके जांदे ने उत्थों आउंदे पट्ठे वढ लियाउंदे ने, उन्हां दी रुचि बन जांदी उस काम दी, ओह वड्डे हो के उही काम करनगे क्योंकि उन्हां दा माता पिता ओह काम खेती दा करदे ने, सिख जांदे ने सहज अवस्था विच। इस परती पंजाबी मिसल एक के जिहदा काम उही उहनूं कर सकदा है, दूजा करूं तो उहदे कोल हो नहीं सकदा, इनकम्पलीट होएगा काम, उहदे च उहदी मास्टरी नहीं हो सकदी। तां ते उस गल नूं ध्यान विच रखदे होए बई इस जीवन यात्रा नूं पूरे करदे होए संत तवज्जो इंसान दी सारियां कौमां विच जितने महात्मा होए उहनां ने अपनी वल खिच्चण वास्ते कुछ कौतक कीते, कुछ सामने परंपरा बोल के दस्या भी असीं किस मतलब लई आए और करना की सी, असीं उखड़ के लग किस काम च गए। हुण बैसाख दा महीना जिस तरह बारह मास उचारे उहदा प्रयोजन असल महीने या महीनियां दी कारवाई जो असीं करदे हां, सीजन बदलदे ने, बैसाख दे महीने हाड़ी दी कटाई हुंदी है, उस गल नूं मुख रख के अंतरमुख जो असीं करदे हां उहदा जिक्र करदे ने कि तू इंसान बन के आया अपने कर्म तो तू कुस के तू कुछ होर करन लग गया ते असली परपज तेरा रह गया, आखरी समा आया स्वासा रूपी पूंजी तेरी मुक गई ते नाम जपन तो दुबांजा रह गया और अखीर कर्मां दी थ्योरी दे मुताबिक जैसी तेरी इच्छा हुई उहदे मुताबिक बई तेरा फैसला यमराज ने कीता और तेनू वो जोनी दे दित्ती। पंचम पातशाह फरमाउंदे ने लख 84, क्योंकि सब कुछ होंद विच इको समय आया, इंसान भी बने, लख 84 जोन भी बने, देव गंधर्व आदिक भी बने, होर मझां गाइयां पशु पंछी जितने भी ने, एडी डिटेल आउंदी है कि 30, 27, 14, 9, 4 दी डिटेल है, क्योंकि 84 लख इस तरह बन दे दरख्त आदिक एक तत्व वाले जीव ने 30 लख किस्म की स्पैसी आउंदी, इस तरह 27 लख किस्म दे ओ जीव ने कीड़े मकौड़े जिहदे च पानी और अग्नि का तत्व है बई वह 27 लख किस्म ने, 14 लख किस्म के
जीव तीन तत्व देने जिदे च पंछी अदक आउंदे ने कि उहदे च पानी दा तत्व है, हवा दा भी है और अग्नि दा भी है। चार तत्व दे जीव पशु आदक आउंदे ने जिदे च पाए जानवर आदक ने। इस तरह पंज तत्व दे जीव जड़े ने उहनां च इंसान दी मेन स्पैसी ओ आउंदी है क्योंकि इहदे च बुद्धि एक्सट्रा रखी है। बाकी तत्व सारे डोरमेंट सुते पए हुंदे ने जिवें इस तरह वर्क करदे ने। इंसान नूं समझाण वास्ते अगर कोई महात्मा ने यतन कीता उस बोली च जिस बोली नूं समझदे उहदे च ही सब कुछ एक्सप्लेन कीता, क्योंकि होर मझां गाइयां इंसान दे गुरु नहीं हो सकते, उहदे उस्ताद नहीं बन सकते। तां ते महीने दा प्रयोजन सामने रख के इशारा है कि तू मनुष्य जूनी दे विच आया है, इहदे विच तू पंजे तत्व तेरे अंदर ने, सोच शक्ति तेरे अंदर है क्योंकि बुद्धि तेरी है जिहड़े प्रधान रूप दे विच तेरे पंजां तत्वां नूं गवर्न करदी है। इहदे अंदर अगर तू नाम जप लिया तद तो तू अधिकारी हो गया अपने देश वापस जाण दा, सचखंड जिथे असीं पढ़दे हां बाणी दे अंदर सचखंड वसे निरंकार, बई ओह निरंकार सचखंड विच वसदा है। गुरबाणी दे विच अगर असीं देखदे हां थां थां ते महापुरशां ने पौड़ी का जिक्र किया, मगर सानू उस पौड़ी का पता नहीं कि पौड़ी भाई अंदर तीसरी अख तो लैके जिहड़ी अखा दे पिछले पासे है पंज मंजला ने, पंज पौड़ी दे डंडे ने जिन्हां दे जरिए पंज स्थानां दा जिक्र संत महात्मा करदे ने कि तू उस पौड़ी दे जरिए पहले स्थान ते जाएगा जिथे तन जोत दा दर्शन होएगा। उस तो अगे जब चढ़ के जाएगा तू उन्हां दोनों मंजिलों नूं मिलाण वास्ते बंक नाल दा रस्ता है, वीदी शकल जेड टाइप है, उहदे विचों दी हुंदे हुए दूसरे स्थान ते जाएगा जिसका नाम त्रिकुटी देश है। उस त्रिकुटी देश दे विच प्रकाश कैसा है, पहले स्थान ते घंटे शंख की ध्वनि है उत्ते आवाजा ने जिन्हों सलीसिल म्यूजिक करके कहने ने, दूजे स्थान दे उत्ते बदल मरदंग की आवाज है उत्ते प्रकाश कैसा जैसे चढ़दा सूरज है, लाल रंग का प्रकाश उस स्थान ते है। उस पौड़ी दे उस डंडे ते चढ़े बगैर असी दूजे मंजिल ते जा नहीं सकते। इसी तरह दसवां द्वार जो है वो तीसरी मंजिल संत मत दी है, भई उत्ते किंगरी सारंगी की आवाज है जिदे प्रति गुरु महाराज के बड़े शब्द ने और टेप रिकॉर्डा दे विच तुसी सुनदे हो कि इत किंगरी ध्यान न लागे जोगी। किंगरी केड़ी है, सारंगी, किंगरी सारंगी नूं कहंदे ने, वो तार दा साज तार दा म्यूजिक जो राग है उस स्थान दे विच हो रहा भी उत्ते प्रकाश, जिस तरह असी बैठे हैं हुण 12 बजन दा टाइम आया होया, कितना चिट्टा चानन है, असी नेरे विच जान दे बावजूद उत्ते प्रकाशमयी स्थान है। उस तो अगे असी दो मंजिला होर पार करनी है, पंजी मंजिल सचखंड है जिथे बीन दी आवाज आ रही है। और जिस वक्त संत महात्मा इन इनिशिएट करदे ने दसदे ने कि तेरे अंदर मालिक किस तरह विराजमान है, उस वक्त वही है सारिया स्टेजेस सारे स्वरूप, क्योंकि जप जी साहब अगर असी पढ़ते हाँ पंच प्रवान पंच प्रधान पंच सोए दरा जान पंचा का गुर एक ध्यान, असी रोज पढ़ते हैं मगर परपज पता नहीं लगता भी पंज नाम ने, पंज स्थान ने, पंज स्वरूप ने, उत्थे पंज ही आवाजा ने, भी बन जांदियां चीजा। वो वीआं दा भेद वो महात्मा दिंदा है जिन्हूं उस गल दी सूझ है, जिन्हें अपने सतगुरु को इनिशिएशन लई वो ज्ञान प्राप्त किया और अंदर सुर तो दी समता हो के तालू तो उपर अखां दे पिछले पासे थर्ड आई ते गई शिव ने तरजी नूं कहंदे ने, बई उत्थे सलेशियल म्यूजिक की ये तुरकी बाणी आई जिन सगली चिंत मटाई, वो बाणी तुर तो सलेशियल राग उस अनाद राग दी शकल दे विच साडे अखां दे पिछे हर समय वर रीवरबरेट कर रहा है। वो शब्द दी इन्नी शक्ति है कि साडी सुरत नूं पैर दे अंगूठे तो खिच के अखां दे पिछले पासे लैके आना, जद उत्थे आएगा तो उस सलेशियल राग ने सानू इस कदर जोर नाल उपर खचाई करनी कि असी समाधि च चले जाने। इस तरह मंजिल दर मंजिल असी एक मंजिल तो पंजवीं मंजिल तक पहुंचते हैं। भई अगर छाल मार के कहिए असी
कि कोठे ते सीधे चले जाइए पांच मंजिलां ने जाना असंभव। इस करके संत महात्मा उसका जिक्र करते ने कि तेरे अंदर पांच पौड़ियां ने, पांच स्थान ने संत महात्मा, उन्होंने बई पांच शब्द गुरमंत्र दसते ने। गुरु महाराज अक्सर प्रवाह करते सन गुरबाणी के शब्दों विच बड़ा कुछ है, मगर असी पाठ करते हैं सन तवजो नहीं, सन पता नहीं लग रहा। एनालिसिस करेगा कौन? जेड़ा उस बाणी नू समझदा है, जेड़ा अभ्यासी है, जेड़ा प्रैक्टिस करके रोज उस रस्ते ते चलन की कोशिश करदा। की फरमाया करदे सन गुरबाणी की कोटेशन सी कि पंचों शब्द वजे मत गुरमत, वट भागी अनहद वजया, आनंद मूल राम सब देखिया, गुर शब्दी गोबिंद गजया। भई ये अंदर गोबिंद की गर्ज कदों सुनी? जदों पूरे महात्मा दी उस मत नू असी धारण किया, उन्होंने को इनिशिएशन या नाम लिया। इनिशिएशन कह लो, इंग्लिश का वर्ड है, नाम लेना। नाम दा लेना की है? उही उन्हां स्थानां दा भेद समझना महात्मा को, क्योंकि पौड़ी दे जरिए असी उपर चढ़ना है। भई सीधा कोई जा ना, कोई गया ना किसी ने जा सकना है। ये है कौन? जिस महात्मा तो असी मुसलमाना दी बाणी ला लो, वो भी कहंदे तेरे अंदर पांच नौबतां वज रही ने। मौलाना रूम की बाणी पढ़ के कदे वेख लो। इसे तरह वेदां दे विच नाद करके लिखिया, नाद एक आवाज है जिहड़ी अंदर इहदे अखां तों उपरों नीचे नूं आ रही। उस आवाज नूं पकड़ के जिधरों असी आए उधर वापस जाना है। सानू अफसोस है कि उसका नॉलेज नहीं, सानू इलम नहीं। उस इलम नूं धारण करन पिछे सानू संत महात्मा की संगत करनी पैंदी है, क्योंकि रोज रोज अभ्यास करते ने। वो समझाते ने कि भई भगता, तू मालिक नूं अगर मिलना है तो उहदी इक्को इक युक्ति है कि तेरे है अंदर है, घट में सूझे नहीं, तेनू पता नहीं लग रहा। तेरे घट के अंदर हर समय शब्द हो रहा, जेड़ा सचखंड चो मालिक दे देश चो आ रहा। उस शब्द की डोर नू पकड़ के तू पहली स्थान दे उत्ते जोत दा दर्शन करके फिर तू त्रिकुटी देश। त्रिकुटी उहदा नां क्यों है? कि तीन कौणी है। संत महात्मा ने उहदी लंबाई चौड़ाई भी लिख दिती हुई है। अगर जन्म साखी विच वेखदे आ, मरदाने ने कई क्वेश्चन गुरु महाराज नू कीते ने कि महाराज जी जिस तरह चंद्रमा ते गए, कैलाश पर्वत ते गए कि असि किन्ने उच्चे आ गए? उन्होंने फरमाया असि इन्ने योजन उच्चे आ गए। बई ये ओही दस सकदा जिन्हें वह सफर किया। जिहड़ा अमृतसर गया नहीं, उन्हू कोई पता नहीं कि किन्ने किलोमीटर इथों है, बठिंडे तो किन्ना है, मोगे तो किन्ना है, होर लुधियाने तो किन्ना है। ओही दसेगा, दूजा नहीं दस सकदा। दूजे ने तो रस्ता भी पुछना पएगा, क्योंकि रोज रोज ट्रैफिक करने वाले जिहड़े बंदे ने उन्होंने पता है कि फलानी जगह तो फलौर तो जाके ये सड़क इधर नूं जांदी है, अगे जाके गुराया तो ऐसी होएगी, फिर रस्ते च ब्यास आएगा, स्टेशन पार करते करते असीं अमृतसर दाखल होवांगे। मीलां दे थां तां लिखिया पिया। इसी तरह संत महात्मा दसदे ने कि तेरे अंदर वो माइलस्टोन लगे हुए ने। तू अपने शरीर चो मौलाना रूम भी फरमाउंदे ने, इसी तरह शमस तबरेज भी कहंदे ने कि तू मुर्दा कबर दे विच पिया, क्योंकि अखां तो नीचे नीचे इनू मुर्दा गिणिया गया है। क्योंकि अखां दो दो कन, दो नासा, मुंह इंद्री ते गुदा नौ दरवाजे ने। गुरु महाराज ने बार बार इस चीज का रेफरेंस दिता है कि नौंदर ठाक के तावत राई, दसवें निज कर वासा पाई, तू ध्यान हद शब्द वजे दिन राती, गुरमती शब्द सुनाएंदा। बई तू इस कबर चो जद निकल के अखां दे पिछले पासे आएगा, उथे दसवें दरवाजे दी मोरी जड़ी है, रस्ता है, वो तेन पता लगेगा। दसेगा कौन? अभ्यासी जड़ा अंदर प्रैक्टिस करके जांदा है। बई कोई जादू नहीं, कोई टूणा नहीं, कोई मिसमरेजम नहीं। सब जीव जितने ने, 84 लाख जिया जून दे जीव ने, इंसान ने, देवते ने, गंधर्व ने, उन्हें सब दे अंदर वो रस्ता मालिक ने रखिया, मगर गैब है, गुप्त है। उथे मास्टर की जरूरत है। जब तक असी किसी बच्चे नू स्कूल च दाखल नहीं करते, बई उतनी देर डिग्री मिलना तो बड़ा मुश्किल है। कह कह दी समझ भी नहीं आती, उथे मास्टर की लोड़ है। सिमिलरली इस तरह की है, जब तक असी उस अभ्यासी के चरणा नू पकड़ते नहीं,
सत्संग विच जाके भेद का खोज करते नहीं, उसकी दया रहमत नहीं लेंदे, उतनी देर तक साड़ी सुरत उपर चढ़ नहीं सकती। बल्कि सानू ज्ञान ही नहीं है सुरत उपर ले जाना कि प्रैक्टिकल मजमून है। सो संत महात्मा इस सारे राज नू महीनियां दे रूप विच एक्सप्लेन करते ने, बाहरलियां रुत्तां लैंदे ने, मगर इशारा अंदर करते ने कि बैसाख महीना की है। इंसानी जून 84 लग जिया जून तो जिहड़ी श्रेष्ठ है उस जूनी च आ गया, वह बड़ा बैसाख का महीना है। इस तरह होर महीनिया के नाव प्रति बाणी उच्चारण करके अंदरले राज नू एक्सप्लेन किया संगतां च। हुण स्वामी जी महाराज इस बैसाख के महीने प्रति बाहरली मिसाल लैके ये अंदर दसते ने कि तेरे अंदर की राज भरे पे ने। जिस तरह इंसान की जो बनतर है उसके मुताबिक जिक्र करते नहीं, क्योंकि बाहरों कोई गिनती दे हिसाब ना असी बाहरली गल करांगे। जब उसके अंदर वाली गल बाहरली गल अंदर हुई हुई असी देखते हैं अभ्यास के जरिए, साड़ी सुरत अंदर जाती उस वक्त सानू पता लगता है कि बाहरली नकल अंदर कैसे है। इस प्रति बई दिखाना तो अनुभव के जरिए होंदा है। जब असी प्रैक्टिकल मजमून करांगे अनुभव दे विच उस गल नू वेखांगे पता तो होता लगेगा। मगर जिस तरह साइंटिस्ट जेड़े चंद्रमा ते गए ने उन्हां दी बाणी या एक्सप्लेनेशन वो लिखते ने कि एने जोजन या इन्ने किलोमीटर की उचाई ते चंद्रमा है, असी उहदे ते होया है। प्रैक्टिकली साडे सामने साइंसदानों ने करके विखाता भी इस तरह चंद्रमा इन्नी दूर आ, असी उहदे ते यान चला के देख आए बई भी इस तरह नीला जा रंग है, पत्थर की धरती है, बड़े टोए टिब्बे ने सामने साडे आके साडा भारत वर्ष का बंदा भी उत्थे जा आया। इस तरह ही जेडे महात्मा अंदर जाते ने दसते ने कि जो तू तारू दे उपर आएगा ये शरीर तेरा सुन होएगा। पैरां पार बैठ के देख लो संत महात्मा की कासन है जिदे जरिए नाम की बख्शिश भजन की बख्शिश करते ने। वो दसते ने भाई थोड़ी देर बाद सुन हो जाता, साडा पैर साढ़े सुन हो जाते ने और साड़ी सुरत की विड्राल पैरां ने अंगूठे तो गुदा चक्कर तक आने, क्योंकि अखां दा कंट्रोल गुदा चक्कर च है। उस तो बाद असी इंद्री चक्कर च होके नाभी चक्कर च आने, जिस वक्त मृत्यु होंदी है विड्राल होंदी उहनूं तुसीं वेख सकदे हो जिवें सुरत नीचे नूं फैला करके जा रही। इस तरह वापसी ते उन्हें ही कंट्रोल पॉइंटां ते आउणा। जद असी उपर उस तो जावांगे नाभी तो नाभी दे स्थान ते 2.5 इंच आकार की कुंडली नाड़ी है जिदे अंदर अगर असी प्रवेश कर जाइए सानू दा नॉलेज हो जाए अभ्यास के जरिए। योग अभ्यास वाले करते ने प्रैक्टिस। अज के समय च कलयुग दे विच संतां ने बड़ी दया कृपा करके वह रस्ता छड़ के, क्योंकि इथों तो लैके गुदा चक्कर तो इथों तक आने लई बड़ा लंबा रस्ता है। 6 कंट्रोल पॉइंट ने, उम्र बड़ी छोटी है। पहले युगां दे विच 88,000 वर्ष ऋषिया ने तप तपस्या की, मगर उस स्थान ते तुर ताम ते जान दी बजाय की होया, उन्होंने पहले स्थान ते जोत दा दर्शन उन्हें मिलिया। मैक्सिमम उन्हें तो यह हो चुका, उथे आके उन्होंने इनू सचखंड कहता। मगर अज कलयुग दे समय च जगत गुरु गुरु नानक देव जी महाराज ने जेड़े पहले महात्मा ने पैसे चलाया होया रास्ता चलाया होया डिकलेयर किया होया सी उसे दा जिक्र करदे हुए ये योग अभ्यास वालियां दे 6 चक्कर छड़ के 3rd तो ये अभ्यास शुरू कराया। उथों साढ़े 5 मंजिल दा स्थान है जिथे सचखंड जाना, क्योंकि पहला स्थान जिन्हों ज्योत रंजन करके कहने हैं या संसदल कमल करके कहने, बई उथे 1,000 पंखड़ी दा एक कमल है जिदे विचकार मध्य दे अंदर ज्योत जगदी है, उहदी 1,000 पंखड़ी है। दूजा स्थान त्रिकुटी है जिथे बदल मरदंग की आवाज है, वो दसते ने कि अंदर जब तू चढ़ेगा तेन ये आवाजा मिलनगियां, पहलो नेरा नजर आएगा, मगर कुछ देर बैठन तो बाद की होएगा चुपचाप की अवस्था आ जाएगी। द साइलेंस विल कम, खामोशी आएगी, खामोशी विच एक आवाज उत्पन्न होएगी, उस आवाज नु पकड़ के जिधरों आ रही सानू उधर चढ़ना पेगा। फिर असी 10वें द्वार विच जावांगे जिथे किंगरी सारंगी की आवाज है। इस तरह होर जो उपरले स्थान है उन्होंने आवाज भी उन्होंने एक्सप्लेन की है।
मगर इतने आके असि उन्हू एक्सप्लेन नहीं कर रहे, गुप्त रख रहे, क्योंकि जिस वक्त महात्मा इन नाम की बख्शिश कर रहा है उस वक्त वो सब कुछ दस दिंदा है। तांते एदी गल गुप्त क्यों रखी, क्योंकि साधारण जबान तो अगर कोई व्यक्ति ये गल एक्सप्लेन कर रहा है वो दूसरे नु विखा नहीं सकेगा, पूरे महात्मा तो बगैर ये कार्रवाई नहीं हो सकती, तो फिर की रिजल्ट होगा कि वो उदा विश्वास नहीं बनना कि एवं झूठ बोलता। इस करके आज्ञा की है जेड़ा अंदर जाता है, जिस परती गुरु महाराज ने फरमाया सतपुरुष जिन जानिया सतगुर तिसका नाव तिसके संग सिख उदरे नानक हर गुण गाओ। भई जिन्हें उस राज नु समझ लिया, जिदी सुरत कट दे विच अखां नु उपर चढ़ाई तालू तो उपर आकाश मार्ग हुंदी होई पहली दूजे तीजे चौथे स्थान नु पार करके सचखंड जाई है गई है, भई वो ऑथोराइज है, वो दस सकदा है, क्योंकि वो जिन्हू इनिशिएट करेगा, जिन्हू नाम दी बख्शिश करेगा उन्हू सारा राज समझा देगा, और उदे मुताबिक जदों उदी सुरत अंदर सिमटेगी नवे व्यक्ति दे जिन्हू असी लेमैन करके कहने, भी उदा विश्वास बन जाएगा, अंदर दर्शन भी होएगा, अंदर खंड ब्रह्मंड भी इन्हू दिसनगे, उस रस्ते का पता लगेगा किन्ना चारों फुल है, कितना ब्यूटीफुल रास्ता है जिदे ते सानू तौर के उन्हें सचखंड लेके जाना है। तांते विश्वास अपने आप ऑटोमेटिक उदा बनेगा कि मैंने जो कुछ राज दस्या गया वो पिछली इन्फॉर्मेशन पिछले ग्रंथा विच जो कुछ दस्या गया वेदां च नेत नेत क्या कि है सही मगर देखा नहीं, वो बाकी एक्सप्लेनेशन की दे सकता है। इतनी गल उन्हें अनुभव के अंदर लियांदी कि भी अनाद राग हो रहा है, जद असी तालू के उपर आवाज की सलेशियल म्यूजिक दूजा उदा आकाशवाणी नाम जिन्हू तुरकी बाणी करके क्या ओनू पकड़ के असि उपर जाना है। सो जब तक उस रस्ते का सानू महात्मा पता नहीं दिंदा उतनी देर साड़ी सुरत समता नहीं कर सकती, इथों तक के मन वाइब्रेट करता, मन के अंदर संकल्प विकल्प पैदा हो रहे, वो सानू अंदर जान ही नहीं दिंदा। असि अगर कोशिश भी करते हैं मन ऐसी हिट ला दिंदा, बाजार का ध्यान लिया दिंदा, बैठे सत्संग च असि जब तक मुड़के नहीं आएगा उतनी देर अगे रस्ते ते एक कदम भी कैसे पुटिया जा सकता है। जदों वो सिमरन महात्मा दे देगा पंज नाम दा उदा कोर्स कितों तक है, अखां दे उपर तक ले जान दी शक्ति उदे अंदर है। जदों असी कंसंट्रेशन दे विच जाके बैठांगे साडी सुरत ऑटोमेटिकली पैर दे गूठे तों गुदा चक्कर दे रस्ते हुंदी होई नाभी विच आएगी, नाभी तो हिरदे चक्कर और फिर कंठ चक्कर च आएगी, उस तो बाद अखां दे पिछले पासे थर्ड आई ते उन्हें जाना है, अपने आप रस्ते दा पता लग गया। अगर साडे को व्हीकल है उदे च पेट्रोल है ड्राइविंग सानू आउंदी है उस सड़क ते असी तुर पैने आ तो कोई वजह नहीं कि उस रस्ते नू असी पार ना करिए वो सानू स्टेशन रस्ते च ना आउण, मगर अफसोस कि असी अणजाण हां। अगर सड़क ते चढ़ा भी लई गल तो खड्डे च गिर जांगे, सानू पता ही नहीं कि रस्ता जांदा कितें नू, भई ओ सूक्ष्म रस्ता है अंदर जाना है, उत्थे देह थले रह जांदी, मन सुरत नू नाल लेके अंदर आकाश दे विच उडारी लाउंदा और उस रस्ते नू रिकगनाइज करदा होया अपने रस्ते ते तुरदा जांदा। इन्हें कल्ले अंदर नहीं जाना, वो महात्मा जो बारमुखी सरगुण रूप दे विच अपनी जबान तो इन्ना कुछ दसदा है वो इहदी अगवानी करदा होया इहदे नाल भी जांदा, इनू कल्या नहीं भेजता, कोई रिस्क नहीं उथे, सिर्फ ये उहदी संगत दे विच उस चीज की प्राप्ति करनी और उहदे नाल प्रेम करना है। जब किसी तो कोई चीज लैनी हुंदी भाई धक्के नाल कोई आदमी कहे डांग दे जरिए भी तैनू आउंदा जिहड़ा मैनू दस दादा किवें नहीं, भाई उहदी मर्जी है दसे ना दसे। सो प्यार नाल जिहड़ी चीज असीं किसी तो हासिल कर सकते हैं, जिहड़ा किसी चीज का मास्टर है ज्वेलरी का बनाउण का मास्टर है भी उहदे कोल साल 6 महीने रहना पएगा, वो दस देगा कि इस तरह भाई सोने ढाल वो बेलन दे विच इहदी तार कढ लम्मा इहनू कर फिर उहदे पीसिस करके उहनू डिजाइन दे विच लिया, अपने आप वो चीज बन जाएगी। जब तक उहदी शगिरदी नहीं करदा उतनी देर भाई वो चीज बन नहीं सकदी। सीधा ही अगर सोने दी डली नू कहो कि भाई तू वालियां बन जा, इट्स इम्पॉसिबल नहीं बनगी, भाई उस मास्टर दी गाइडेंस के मुताबिक जब असी जिवें उह कहेगा करांगे वो जरूर रिंग बनेगा, और ये शिंगार वाले समान जड़े उन बनाने की युक्ति मिल जाएगी। तांते असी इंसान का जो सानू जामा मिले उन तस्बीह दे के
स्वामी जी महाराज बैसाख का महीना कह के उदे मुताबिक जोए दे अंदर रस्ते दे स्टेशन ने फिर दसन गए जरा तवज्जो कंसोलीडेट करके अज वसाखी का दिन है और गुरु महाराज दसम पातशाह की बाणी है अगर वेखते हैं कितना कुछ लिखा जो कि मुझको इतने आके गुरु बनने का स्थान नहीं सिर्फ एक मास्टर है जिन्हें PhD की है वो दूजे स्टूडेंट नु अगवानी दे सकता है कई ए लिटरेचर है इस तरह इम्तहान होंगे इस सेमेस्टर दे होंगे तू इस तरह जब करेगा फाइनल एग्जाम बैठेगा तेन PhD मिल जाएगी डिग्री मिल जाएगी। अगर असी अपने मनमत द्वारा किताबा लै भी लैने कोई साडा काम बनना नहीं इस करके इम्पोर्टेंस है। अदरवाइज सीधी गल लॉजिकली अगर असी वेखते हैं कि एक इंसान दूजे इंसान की पूजा क्यों करे भाई वो इंसान के अंदर जी खासियत आ चुकी शब्द की कमाई के जरिए ओदे जरिए ओदी पूजा है। एक दुकानदार है जेड़ा मास्टर है किसी चीज का ओदे कोले शागिर्दी करन दा की मकसद भी ओदे कोल सीखना है जेड़ी उन्हें अचीवमेंट कर ली उन्हों रिंग बनाना आ गया ऐसा स्पेशल जेड़ा और कोई नहीं बना सकता ओदी शागिर्दी करनी पेगी मजबूरी है। अगर कोई होर रस्ता सिंपल होंदा अपने आप हो सकता होंदा तो जरूर गुरु महाराज दस दे मगर कोई होर रस्ता नहीं मत कोई परम पूले संसार गुर बिन कोई ना उतरस पार भई उत्थे मास्टरी शागिर्दी करनी पेगी। तां ते इस बसाख दे महीने दी जो स्वामी जी महाराज सानू एक्सप्लेनेशन दिंदे ने एनालाइज करके दसदे ने कि तेरे अंदर किवें किवें गल है भई वो इहदे विच अंकत है शब्द के अंदर क्योंकि महीना बैसाख दा इस करके असी वो बाणी लै रहे बाणियां तो होर जिहड़ियां मर्जी लै सकदे क्योंकि महात्मा का बड़ा लिटरेचर लिखा पिया गुरु ग्रंथ साहब 1430 पन्ने थ्योरी लिखी हुई है जिहदी एक्सप्लेनेशन करदिआं करदिआं 1430 पन्ने ला के एक लिख के ओहदी एक्सप्लेनेशन वास्ते इन्ना विस्थार किया गया मगर एक दी एक्सप्लेनेशन नहीं हुई 1430 पन्निआं च कदों होएगी जद असी उह तो जुगती लै के इत्थे बैठांगे चौंकड़ी मार के और सुरत नूं इकट्ठा करके उस आकाश बाणी दे नाल अपनी सुरत नूं लगावांगे उदों इक एक्सप्लेन हो जाएगा वो दसेगा कि एक तो पहला की सी हुण एक किवें बनिआ उहदी होंद किस तरह हुई खंड ब्रह्मांड कैसे बने वो दसेगा उहदी शागिर्दी इस करके जरूरत है। सो गुरबाणी जो संत महात्मा उच्चारण करदे ने उहनूं अंदर पिकअप करन वास्ते कंसंट्रेशन ऑफ माइंड अपने मन नूं एकाग्रचित करके रखना और उहदे नाल जुड़न लई भई जो जुगती प्रेरणा दिंदे ने उहदे मुताबिक अंदर चल के प्रैक्टिस करनी और उस गल नूं विश्वास करना। जिहड़ा कोई व्यक्ति उस यान दे उत्ते बैठ के चंद्रमा देख रहा है उहदी गल मननी पैगी। अगर असी कहीए कि असी यान आपे बनाउंदे रहांगे असी चंद्रमा ते जावांगे तूं जा तां मैं भी जा सकदा भई उहदे एक्सपीरियंस तों अगर फायदा उठा लांगे तो सौखे रहांगे। अगर असी मनमत करांगे साडा यान हो सकदा इत्थे कि जाके टुट जाए असां तबाह हो जी। इस करके उस महात्मा की बाणी नूं सानूं मुख रखना पैंदा असी जद वैराग आउंदा उस मालिक नूं मिलण दा उस वक्त असी फट के गुरबाणी नूं उहदा पाठ कर रहे भाई थ्योरी पढ़ रहे हैं रोज की थ्योरी है कि रोटी कैसे बनती है उन्हें लिखा है कि आटा लियो पानी ना उन्हें गुन्नो फिर तवे ते पाओ फिर वो सेक उहदे थले मठा मठा दियो उहदे पासे बदलो भाई रोटी बन जाएगी। अगर असी राशन लैके इकट्ठा कर लैने उस जुक्ति दे जरिए रसोई च जाते नहीं भाई ना रोटी बनेगी ना उहदा स्वाद आएगा। इस तरह महात्मा ने थ्योरी लिखी हुई है थ्योरी नूं समझण लई उस मास्टर की लोड़ है जिहड़े मास्टर ने अंदर जाके उस थ्योरी के मुताबिक वो प्रैक्टिकल एक्सपीरियंस किया और ऑक्सीजन बनानी सीखी। तां ते वो जितनी बाणी है उहदे च सानूं विश्वास करना पएगा बिकॉज देर इज नो अदर आल्टरनेट भी होर कोई जुक्ति नहीं उहदी जगह बदल नहीं कि उहदी थां असीं आ कर लांगे। सतगुरु नूं सब कोई देखदा जितड़ा सगल संसार डिठिया मुक्त ना हो गई जब लग शब्द ना करी विचार उहदे को शब्द लेना पएगा जुक्ति लैनी पएगी फिर असी अभ्यास करांगे। अगर अद्धा घंटा रोज भी लगावांगे एक दिन आएगा कि जी सचखंड दे उन्हां मनारियां दे उत्ते जाके देख लांगे प्रैक्टिकली। गुरु महाराज ने एक सवाल का जवाब दिता किसी ने पूछा जिज्ञासु ने कि जिस महात्मा जिस मालिक की तुम जिक्र करते हो भी उहदा आकार मैनू दस कहो जा। गुरु महाराज ने सोचा कि इहनू जब तक अनुभव के अंदर वो वेखी नहीं जा सकती चीज उन्हें की दसा कि दसा
जिस तरह पंचम पातशाह ने नाम प्रति एक्सप्लेनेशन दिता कि माणक मोती नाम प्रभु नु लगे ना ही सन, चोर पैसे नु चुरा के ले जाते ना, उन्होंने कहा कि इनू सन लग सकती, चोर चुरा के ले जा सकते, मगर माणक और मोती का रेफरेंस आया, नाम की तुलना माणक मोती नाल कीती, भई ये पेरिशेबल चीज है, तबाह होने वाली चीज है, ता मुल कोई नहीं, ये ता कंच की तरह है, मगर वो नाम तो कुछ होर है बताते खुद, जिन्हों अनुभव दे विच जाके पता लगेगा कितनी शक्ति वाली चीज है। सो उन्हों एक्सप्लेन करने लिए बाहरली चीज लैके उन्हें दस्या कि माणक मोती की तरह है। इसी तरह नाम का एक्सप्लेनेशन उस थ्योरी नाल कली रोटी बनाने की जो युक्ति है उहदे नाल रोटी का टेस्ट नहीं आएगा, कदों आएगा जो लैबोरेटरी च उस रसोई च जाके उहदे मुताबिक चीजा कट्ठिया करके बनावांगे, उस वक्त वही उहदा शकल सूरत भी बन की बनी हुई नजर आएगी, उहदा टेस्ट भी आ जाएगा। तांते जो स्वामी जी महाराज दसते ने बई उस थ्योरी नूं चंगी तरह समझ के, क्योंकि बाणी पढ़दे हां असीं, क्योंकि सुनिया मनिया मन कीता पाओ अंतरगत तीर्थ मल लाओ, बई पहले सुनना है फिर उन्हें मनन च लियाना, फिर उसका भय रखना, फिर अंतर दी जड़ी झील मान सरोवर च इशनान होना। असी सुन के इस कन च वाड़ते दूजे कन च कढ देने, आउटराइटली रिजेक्ट कर देने, बई ये मेरा मन नहीं मानता, बई मन तो मनेगा नहीं, कदों मन मनेगा जो अनुभव दे अंदर वो चीज वेख लेगा, सारा संसार कहेगा भी ये गलत है, वो कहेगा नहीं मैं अखा ना देख लिया। दादू महात्मा हुए वो की फरमाते ने, दादू देखिया दीदा सब कोई कैंट सनीदा, सब कुछ सुनी सुनाई गल करदे ने, दादू जी कहंदे ने कि मैं अखा नाल वेख लिया, जिहड़ी गल तुहानू मैं वेखी हुई दसदा उहदे ते विश्वास करके अंदर लग जाओ और तुसीं उस मंजे डेफिनेटली जी। बाणी स्वामी जी महाराज 12 मासा बैसाख मास 11वां वर्णन भेद काल मत और दयाल मत का और प्रगट होना सत लोक का और रचना तीन लोक की और सबब फैसले काल मत का और गुप्त होना संत मते का। बैसाख महीना सिर पर महीने नु सामने रख के बाणी उच्चारण कर रहे हैं। बैसाख का महीना आया, जीव पराया हो गया, दोबारा बैसाख आ गया, पिछला बैसाख आया सी, हुण नवा बैसाख आ गया। इन्हें विश्वास ही नहीं किया संतां दे वचन ते, प्रैक्टिकल कोई उस अभ्यास दे विच लग्या नहीं, इस करके सचखंड नहीं जा सकया। इहदी साख गई क्योंकि इहदा विश्वास चला गया, मनुष्य जन्म ने गवा लिया, स्वासा रूपी पूंजी इहदी लुट गई, ते जीव पराया हो गया क्योंकि मालिक नू प्राप्त करना जरूरी था। की होया काल दे देश सानू रहना पै गया और 84 लाख जिया जून दे विचों इहदी इच्छा दे अधीन इहनू जन्म मिल गया। कहिंदे इहने अपना विश्वास गुआ के इह हुण पराया हो गया, काल दे अधीन हो गया, जाना तां इहने सतपुरश दी गोद च सी, होया कि काल ने अपनी गोद च इहनू ग्रस लिया और बार बार जन्मां दे विच भरमा के इहनू इहदी इह दशा कर दित्ती कि इन्हू पता नहीं कदे सूर कदे कुत्ता गधा बिल्ला आदिक बनता है जी। काल पाख सब जीवन तारी पुरुष दयाल की सोद विसारी। काल जेड़ा मन है, काल का एजेंट है, बई इच्छावा वो पैदा करता है, उठाउंदा है, एक इच्छा पूरी नहीं होंदी 10 होर खड़िया कर दिंदा, उहदे मुताबिक उहदे कहे लग के ये एक्शन करता है। इहदे ते थोड़ी जी बेनती मैं कर देना कि मन एक ऐसी मशीन है जिन्हों थिंकिंग मशीन असी कहने, बई उहदे 4 प्रोसैस है, किस तरह काम किवें करदा, जब तक असी किसी गल नूं समझदे नहीं साडी गल समझ आउणी बड़ी मुश्किल है, संभव है। बई काल की जो बनावट है उहदे 4 हिस्से है, अगर संत महात्मा की कोई गल असी सुनदे उहनू 4 हिस्सों च वंडदे ने कि मन चित
बुद्धि और अहंकार। मन का काम की है टू रिसीव एंड टेस्ट, किसी चीज नु ग्रहण करना उसका टेस्ट लेना। चित्त का काम की है, ये हिस्से नहीं मन दे, चित्त का काम है टू टेक नोटिस ऑफ फॉर्म एंड ब्यूटी, किसी चीज की सुंदरता नु देखना और पेश करना। कितने तीसरी फैकल्टी जेडी बुद्धि ये अंदर है, बुद्धि नु पेश करता है, मन भी पेश करता है उस सुंदरता नु वेख के उदा टेस्ट जेड़ा अनुभव जेड़ा उदे अंदर आया फील किया है वो बुद्धि नु पेश कर रहा है। हुन दोनों ने अपना अपना काम किया, उन्हें उदी ब्यूटी पेश की, उन्हें उदा टेस्ट पेश किया बुद्धि ने कि ये इसका टेस्ट ये है। हुन जेड़ी बुद्धि है उदा काम की है टू डिस्क्रिमिनेट, किसी चीज ते फैसला करना भी ये चंगी है या माड़ी है, उन्हें ये निर्णय करके जे चंगी है तो एक्सेप्ट करने लिए बुद्धि प्रेरणा करेगी, जे माड़ी है तो रिजेक्ट करेगी। वो थर्ड उदी फैकल्टी है, उदी क्वालिटी जेडी है मन दी, वो बनावट दे अंदर तीसरी शक्ति है। वो चौथी शक्ति केड़ी है जिन्हू अहंकार किया, अहंकार का की है टू एक्सीक्यूट ऑर्डर्स, उदे ते हुक्म देना भी चंगी है तो जब माड़ी है उन्हें ग्रहण करो ऑर्डर। जब हो गया, जब बुद्धि दी स्टेज कोई चीज पार कर जाती है, मन बारों चुक के चित बारों चुक के बुद्धि तो एक्सेप्ट करा गया हो, उस वक्त माड़ा होएगा या चंगा होएगा उसका रिजल्ट नहीं भुगतना पड़ेगा, उस गल तो वापस मुड़ नहीं सकते। तो जब भी कोई चीज का फैसला करना बुद्धि दी स्टेज तो उरे उरे अगर हो गया तो ठीक है, जब बुद्धि तो इन्हें फैसला करवा लिया तो भी उस वक्त सानू उस कर्म नू करना पड़ेगा। इस प्रोसेस दे विच असी सारा ही संसार बह जा रहे हैं। हुण की कहंदे ने पराया क्यों हो गया, पराया हो गया कि मन दे के लग लग के पैड़े फैसले कर कर अपना कर्म एडी वड्डी पंड बना ली, जिन्हू भुगतन लई कितने ही समय लगनगे, कितने ही जन्म इनू आना पाएगा। हुण पराया इस करके हो गया, हुण जब पराया हो गया तो उन्हूं की कहंदे ने जीव चंगा भला सी, कर्म माड़ा कर लिया, चोरी कर ली, चोरी दी सजा सानू जद मिली, सानू साडे जड़ा लीगल पोजीशन दे विच असी संसार अपने ग्रस्त मार्ग दे विच उस काम नू करदे सी, वो तो छड़ा के सानू सीखा दे अंदर बंद करता, जेलां बनाईयां होईयां, जिस तरह काल दा वखरा ही देश है दयाल देश तो, इस तरह जेल इक जेल दी न्याई इस जंजरी दीप दे विच काल नू हुकूमत दे दित्ती और जीव सारे उहदे सपुरद करते, उदी करतूत नू वेख के फैसले करी जांदा और जैसी इच्छावां इहदियां उत्पन्न हुंदियां उहदे मुताबिक फैसले करी जांदा, इह उहनां जूनियां दे विच जाके पुगती जांदा। हुण पराए देश दे विच जिथे कोई सुनण वाला नहीं, इक उही सुनण वाला है, वो वेखदा कि मास खाण दी तेरी इच्छा प्रगट होई, चल बघियाड़ दी जूनी लै लै उत्थे जिन्ना मर्जी खा लिया करी, गिद्ध दी जूनी तैनूं दे देने उत्थे जिन्ना मास खा ली तू मर्जी, इंसानी खाना तो नहीं, राक्षस आहार है। इहदा ध्यान आ रहा है कि बड़ा टेस्ट है, विच मसाले पा ले, विच ओह पा लिया, मगर रहेगा तो मास ही ना। उस टेस्ट दे जरिए जो कर्म साडा बन गया, उन्हें फैसला करने वाले नु तो उन्हें दसना है कि छे महीने इस सजा इस कर्म दी है, भी छे महीने सिखां दे पिछे रह के आना ही पाएगा। इस तरह असी पराए होके बार बार जमदे हैं मरदे हैं, जमदे मरदे, क्योंकि नाम असी जपदे नहीं, मनुष्य दे उस जुए वांगू बार बार जमदे हैं मरदे हैं, जमदे मरदे, क्योंकि नाम असी जपदे नहीं, मनुष्य दे उस जुए वांगू दया ते जदों असी लगा दिती, नाम छड़ दिता, होर प्रोसेस अख्तियार कर लिया, उस वक्त सजा दे अधिकारी बन गए। तां ते हुण पराया होके सुख दी आस कित्थों रही, सुख तो रहा ही ना, क्योंकि कोई बगाना गया उहदी जुरिस्डिक्शन ही काल नूं मिल गई, जेड़ा वो अपना देश ही उहदा वखरा ही, इथों निकल के जाण लई इहदे कोल जो साधन सी संतां दा सेवना अभ्यास करना सी उह कीता नहीं, और होर होर कर्म करके बुद्धि इहदी प्रिष्ट होके इहदे कोल गंदा कर्म हो गया जी। सूरत देश अपना देश जड़ी है, उन्हें इस देश नू अपना समझ के माड़े तो माड़े कर्म भी किते,
जद भुली गया अपने देश नू काल ने जो कुछ ए माड़े कर्म से मुताबिक सजा दे के ओह जिया देहा दे के इनू कर्मा दे अधीन इस जेल खाने दे विच रखिया जी। काल राची तेरे लोकी सारी दयाल रचा सात लोक समारी। इत्थे आके बड़ी समझन वाली गल है भी असी सहजे ही कह दें परमात्मा तो एक है। इत्थे हुण स्वामी जी महाराज संता ने गुरु महाराज जी ने उन्हों लिखा है कि दयाल और काल दो ने विचित्र नाटक अगर पढ़ो दसम पातशाह दी बाणी है। असी बाणी दा रेफरेंस इस करके दिने कि बहुत सारे असी पंजाब दे रहण वाले खिसतारी हैं गुरबाणी च विश्वास असी करदे हैं मगर लॉजिकली तो एक्सप्लेनेशन इहदा इह है कि सच नूं सच कहना पएगा झूठ नूं कोई सच कह नहीं सकदा। वो कहंदे ने काल जीव जिन्हों का मास्टर है कंट्रोल जेडे जीवे दे अंदर आए वह काल ही डील करेगा ते जेड़ा दयाल है जेड़ा सचखंड तो थले आया ही नहीं सचखंड तक ही रहा कहंदे उहने अपनी वखरी रचना होगी काल दी रचना वखरी होगी एक तो दो बन गए हूं जी। तीन लोक काल का था चौथा लोक दयाल थाना जेडी तरलोकी है कहने काल दा थाना है उदा थां है उत्थे उदी जुरिस्डिक्शन है काल दी। चौथा लोक जो है सचखंड तो ऊपर जो है वो दयाल दा स्थान है फिनट या इनफिनट कह सकते हो। काल की है काल कोई होगा दा ना काल नहीं काल है टाइम और स्पेस कि कितने समय लिए इतने युगा लिए उस स्थान दे अंदर इनू रहना उस स्थान स्पेस होगी उस उन्ने टाइम लिए कि इतने युगा लिए वो जगह बनी ते दयाल जेड़ा इनफिनिट है वह बई कद मौत आउंदी नहीं टाइम और स्पेस का कोई ओदे ते लपेट नहीं भी वह जितनी फॉरएवर रहन वाली जड़ी गल है वह दयाल है उत्थे काल दी जुरिस्डिक्शन वाला कोई चक्कर नहीं उन्हूं किसे टाइम और स्पेस दे अंदर बंधिया होया नहीं है इस करके उहदा नाम दयाल है वह इनफिनिट है। ये दस दिते ने कि दोनों जड़ियां शक्तियां ने अडो अड वर्क कर दिए ने जावांगे असी उसे रस्ते तो मगर अगर तुसी गुरबाणी च विचित्र नाटक च वेखते हो तो लिखिया है हुण गुरु महाराज नूं अगर अकाली लोग कोई बैठे होण असी खैर कोई कमेंट्री नहीं कर रहे उस गल क्योंकि ये साडा मजमून नहीं साडा मजमून है कि सच नूं समझना रियलाइज करना। गुरु महाराज दसम पातशाह ने लिखा भई जीत मेरी कृपा काल करी मेरी जीत क्यों हुई काल दी कृपा हुई ये जो युद्ध होया ये काल दे देश विच होया। उन्होंने अकाल उसत भी लिखी है 1400 नाम अकाल उसत विच आए ने जेड़े जाप साहब दे अंदर ने दोनों चीजा अड्डो अड ने मगर दोनों ही जद असी ज्योत रंजन तो अपने समन नु शुरू कर रहे भी वह काल दा देश ही काल दे देश दे जो शब्द ने डोर तो नहीं है वह आत्मक उदे विच दी हुंदी हुई चार स्थाना तक काल दी जो चिच्छ ने पंजवे ते दयाल दी जाके नंगना दे से रस्ते पिया तां ते उन्होंने दोनों चीजा की उपासना की इसे करके लिखता कि एदी बड़ी कृपा हुई मेरी जित तां हुई क्योंकि मैं काल दे देश ही वह भी तो इसे देश के दे रहन वाले सन दयाल देश दे विच कोई लड़ाई नहीं कोई युद्ध नहीं कोई झगड़ा नहीं कोई बगड़ा नहीं ये सब काल के चक्कर ही ने उन्होंने अकाल उस्तत की तुम वेखो कि कितने उन्होंने जिस वक्त हवन वगैरह कराए गए उस वक्त जितना कुछ भी ये साजो समान है वह काल की जुरिस्डिक्शन के अंदर है तद उन्होंने कहा भई जीत मेरी कृपा काल के काल की बड़ी कृपा हुई क्योंकि इस देश के अंदर युद्ध करना पाया मैनू तो मेरी जित हुई क्यों कि मैं उसकी उपासना की थी तो खुश हो गया उन्हें मैं वरदान दिता कि जाओ तेरी जीत जी। काल दिया जीवन को
ਧੋਖਾ ਚੌਥੇ ਪਦ ਸੇ ਸਭ ਤੇ ਪਾਰਟੀਸ਼ਨ ਹੋਈ ਪਈ ਹੈ, ਇੱਕ ਬਾਰਡਰ ਬਣਿਆ ਪਿਆ, ਉਸਦੇ ਅੰਦਰ ਅੰਦਰ ਜਿਤਨੇ ਜੀਵ ਰਹਿਣ ਵਾਲੇ ਨੇ ਖਾਲ ਨੇ ਸਭ ਨੂੰ ਧੋਖਾ ਦਿੱਤਾ। ਔਰ ਚੌਥਾ ਪਦ ਜਿਹੜਾ ਹੈ ਦਿਆਲ ਦੇਸ਼ ਵਾਲਾ, ਉਹਨੇ ਉਹਦੇ ਚ ਜਾਣ ਲਈ ਜੀਵ ਨੂੰ ਰੋਕ ਲਿਆ, ਜੀਵ ਦੀ ਬੁੱਧੀ ਉਸ ਪਾਸੇ ਨੂੰ ਕਰ ਕਰਕੇ ਦਿਆਲ ਦੀ ਖਬਰ ਹੀ ਨੀ ਆਉਣ ਦਿੱਤੀ, ਦਿਆਲ ਦੇ ਸਤਸੰਗ ਚ ਉਹਨੂੰ ਵੜਨ ਹੀ ਨਹੀਂ ਦਿੱਤਾ ਜੀ। ਦਿਆਲ ਪੁਰਸ਼ ਕਾ ਭੇਦ ਨਾ ਦੀਨਾ ਕਰਮ ਕਾਂਡ ਮੇ ਜੀਵ ਅਧੀਨਾ। ਕੀ ਕੀਤਾ ਉਹਨੇ, ਦਿਆਲ ਪੁਰਸ਼ ਦਾ ਭੇਦ ਹੀ ਰੋਕ ਲਿਆ, ਦੱਸਿਆ ਹੀ ਨਹੀਂ, ਉਸ ਲੈਵਲ ਤੇ ਜਾਣ ਹੀ ਨਹੀਂ ਦਿੱਤਾ। ਔਰ ਕਰਮ ਕਾਂਡ ਦੇ ਜ਼ਰੀਏ ਆਪਣੇ ਦੇਸ਼ ਦੇ ਵਿੱਚ ਪਛਾਣ ਲਈ ਜੀਵ ਨੂੰ ਇਹਨੇ ਪ੍ਰੇਰਨਾ ਦਿੱਤੀ, ਤੀਰਥਾਂ ਤੇ ਲੈ ਗਿਆ, ਬਰਤ ਆਦਤ ਦੱਸੇ, ਕਰਮ ਕਰ ਕਰਕੇ, ਕਰਮ ਕਰੇਗਾ ਬੈਕੁੰਠ ਚਲਾ ਜਾਏਗਾ, ਇਹ ਕਰੇਗਾ ਤੈਨੂੰ ਇਹ ਫਲ ਮਿਲੇਗਾ, ਇਹਨਾਂ ਦੇ ਅਧੀਨ ਹੀ ਰੱਖ ਕੇ ਇਹਦੀ ਬੁੱਧੀ ਨੂੰ ਗ੍ਰਸ ਲਿਆ ਜੀ। ਵਰਦਾਨ ਲੈ ਲਏ ਕਿ ਫਲਾਨੇ ਕੋਲੇ ਅਗਰ ਉਹਦੀ ਉਪਾਸਨਾ ਦੇਵੀ ਕੋਲੇ ਜਾਵਾਂਗੇ ਸਾਨੂੰ ਇਹ ਵਰਦਾਨ ਮਿਲਣਗੇ, ਕਹਿੰਦੇ ਇਹਨਾਂ ਹੀ ਤਾਕਤਾਂ ਦੇ ਅਧੀਨ ਉਹਨੂੰ ਕਮਾਇਆ ਜੀ। ਆਪਣੀ ਪੂਜਾ ਸਭ ਵੇਦ ਗਾਈ ਜੀਵ ਚਲੇ ਚੌਰਾਸੀ ਪਾਈ। ਹੁਣ ਕੀ ਕੀਤਾ, ਆਪਦੀ ਪੂਜਾ ਹੀ ਹਰ ਸਮੇਂ ਜੀਵ ਤੋਂ ਕਰਾਈ, ਜਦ ਪੂਜਾ ਹੀ ਉਹਦੀ ਹੋਈ ਤਾਂ ਫਿਰ ਨੀਚੇ ਉਤਾਰ ਹੋ ਗਿਆ, ਸਾਨੂੰ 84 ਦੀਆਂ ਜੋਨੀਆਂ ਦੇ ਵਿੱਚ ਜਾ ਕੇ ਸਾਨੂੰ ਉਹ ਜਨਮ ਲੈਣੇ ਪਏ, ਔਰ ਅਸੀਂ ਹੱਥੋਂ ਉੱਥੇ ਜਾ ਕੇ ਸਾਡੀ ਸੁਰਤ ਤੁਕੀ ਹੋਈ ਜੀ। ਤ੍ਰੈ ਗੁਣ ਰਸ ਰੀ ਜੀਵ ਬੰਦਾਨਾ ਬ੍ਰਹਮਾ ਵਿਸ਼ਨੁ ਮਹੇਸ਼ ਪੂਜਾਨਾ। ਜਦੋਂ ਅਸੀਂ ਬਾਣੀ ਪੜ੍ਹਦੇ ਬਈ ਸਵਾਮੀ ਜੀ ਲਿਖਦੇ, ਬੰਜਾ ਨੇ ਬਾਲਕ ਜਾਇਆ ਜਿਨ ਸਗਲ ਜੀਵ ਪਰਮਾਇਆ, ਕਾਲ ਪਾਏ ਬਰਮਾ ਉਤਰਾ, ਕਾਲ ਪਾਏ ਸ਼ਿਵ ਜੀ ਉਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਕਾਲ ਨੇ ਤਿੰਨ ਤਾਕਤਾਂ ਬਰਮ ਵਿਸ਼ਨੂੰ ਮਹੇਸ਼ ਜਾਂ ਸ਼ਿਵ ਜੀ ਪੈਦਾ ਕਰ ਦਿੱਤੇ ਪ੍ਰਕਿਰਤੀ ਦੀ ਮਦਦ ਦੇ ਨਾਲ, ਜਿਨ ਸਾਰੇ ਜੀਵਾਂ ਨੂੰ ਪਰਮਾ ਦਿੱਤਾ, ਪਰਮ ਚ ਰੱਖ ਰੱਖ ਕੇ ਕਰਮ ਕਾਂਡ ਕਰਾਏ, ਔਰ ਜਿਹੜੀ ਦਿਆਲ ਦੇਸ਼ ਦੀ ਹੱਦ ਪਾਰ ਕਰਕੇ ਉਹਦੇ ਅੰਦਰ ਜਾ ਕੇ ਸੁੱਖ ਲੈਣਾ ਸੀ ਉਸ ਤੋਂ ਵੰਚਿਤ ਕਰ ਦਿੱਤਾ ਜੀ। ਦੇਵੀ ਦੇਵਾ ਪੱਥਰ ਪੋਨ ਮੇ ਜੀਵ ਔਰ ਜਾਨੀ। ਕਹਿੰਦੇ ਨੇ ਦੇਵਜਿਆਂ ਦੀ ਉਪਾਸਨਾ, ਦੇਵਤਿਆਂ ਦੀ ਉਪਾਸਨਾ, ਪੱਥਰ ਪਾਣੀ ਦੀ ਉਪਾਸਨਾ ਦੇ ਵਿੱਚ ਇਹਨੂੰ ਲਗਾ ਦਿੱਤਾ ਗਿਆ, ਪਰ ਕੀ ਉਲਝਾ ਲਿਆ, ਬਲਕਿ ਉੱਥੋਂ ਨਿਕਲਣ ਲਈ ਰਸਤਾ ਕੋਈ ਕੱਢਿਆ ਹੀ ਨੀ, ਕੋਈ ਡੰਡੀ ਨਿਕਲੀ ਨੀ ਜਿਹਦੇ ਵਿੱਚੋਂ ਕੋਈ ਜੀਵ ਕਾਲ ਦੇ ਦੇਸ਼ ਚੋਂ ਬਾਹਰ ਜਾ ਸਕੇ ਜੀ। ਆਲ ਤਾਰੇ ਜਗ ਦਸ ਤਾਰਾ ਕਲਾ ਦਿਖਾਏ ਜੀਵ ਤਾਰ ਮਾਰਾ। ਇਹ ਲੋਕ ਖੋਲ ਕੇ ਰੱਖਿਆ ਪਿਆ ਸਵਾਮੀ ਜੀ ਮਹਾਰਾਜ ਨੇ, ਕਾਲ ਨੇ 10 ਅਵਤਾਰ ਬਣਾਏ ਔਰ ਜੀਵ ਨੂੰ ਘੇਰ ਕੇ ਇਹਨਾਂ ਦੇ ਮਤੀ ਕਰਕੇ ਕਹਿੰਦੇ ਘੇਰ ਕੇ ਬਾਹਰ ਲਿਆ, ਕੋਈ ਤੂੰ ਗਾਂ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਕੱਚ ਪੱਚ ਪੈਰਾ ਆਦਿਕ ਜਿਹੜੇ 10 ਅਵਤਾਰ ਹੋਏ ਨੇ ਉਹ ਕਾਲ ਦੇ ਚੱਕਰ ਚ ਹੋਏ ਨੇ ਜੀ। ਆਪੇ ਰਾਮ ਆਪ ਹੁਆ ਰਾਵਣ ਆਪੇ ਕੰਸ ਆਪ ਜਸ ਨੰਦਾ
काल ने कहने आपे राम बन गया आपे रावण बन गया कि युद्ध बना के जीव न परम दे विच ही पाया आपे बावन होया बावन भी काल दा ही अवतार होया जी आपे बल और आपे बावन आपे काश मस तार तारन बल और बावन भी काल दे अवतार हुए ने आपे मच कच दो अवतार वो भी हुए ने कहते वो भी यही होया काल ने की तो कला तार के लोगों प्रेरणा दे के अपने चक्कर च लगाया जो कला बखाई वो सब काल दूसरी जी परसराम याद भगत होए बांदी टेक कहते तुझी वेख लो जो कुछ भी होया अखीर उन्हें उन्हें बनाया जेड़ा इदा पिता सी जेड़ा हरनाक्ष हरनाक्षी करके अपने आप पजाउंदा सी उदे घर प्रहलाद बनया प्रहलाद ने टेक तरी मालिक दी वो फिर नरसिंह रूप धारण करके कहंदे वो कला विखाई उदा ढिड नवा ना पाड़िया सब उल्टे रख के क्योंकि नु वरदान सी ना अंदर मरा ना बाहर मरा ना दिने मरा ना रात नु मरा कोई स्थान ऐसा ना हो जिथे मेरी मृत्यु हो सके कहंदे सब कला काल ने कीती हुण इत्थे कोई संत महात्मा के डरदे थोड़ा ही क्योंकि सच तो सच है भाई रवैये नु कोई ठानी नहीं कह सकता दुखी नु कोई दस रुपये नहीं कह सकता सच्ची सच्ची जो बाणी है संता ने उचार के अपनी मुखारबिन तो वर्णन करके रखती जीव को पेट खोलता सारा जी खंब फाड़ बाहर होए निकला रशक कला दिखाई सकला हुन थम पहलो बना देता थम पाड़ के फिर निकलिया प्रहलाद प्रहलाद की राख कीती कहंदे इस तरह एहो जी कला कर करके काल ने हर समय बखाईया जी चांद सूर और गार गणेशा उजवाए और राहु होए ग्रासा कितना कुछ उन्हें कर करके बखाया गिन गिन के दसी जा रहे ने जो इतिहास दे विच रेफरेंस आउंदे ने उन्हां दे मुताबिक संत बाणी बोल दिंदे ने जी आस आस कलाया नांत असंखा कहां लाग वरनु पेद सवन का ऐसिया हजारे ही कला उन्हें कर करके बखाइया मैं की तन याद करके गिन गिन के तन दसा ये सब काल दे चरित्र ही सन जी काल लिया सब लोकन केरी दयाल पुरुष कोए मरम न हेरी इतों तक कह देता कि काल ने सब दुनिया नु केर लिया भाई दयाल पुरुष का जेड़ा पेत सी वो कहंदा दसन ही नहीं दिता काल ने किसे नु उदी वाकफी लैण ही नहीं दिती जी काल कला पर चांड दिखाई जीव चले सब उसकी राही काल ने ऐसे प्रचंड कला करके बखाई कि जीव सारे उदे राह ते ही तुरने शुरू हो गए जी संतन का कोई भेद ना जाना संत मतारा गुपत शिपाना इतों तक काल ने संतन भेद नहीं दसिया और संत मता इतों तक अवस्था आ गई
ਕਿ ਕੋਈ ਨਾਮ ਨਹੀਂ ਅਗਰ ਕੋਕੇ ਪੰਡਿਤ ਦਾ ਇਸ ਸਮੇਂ ਦੀ ਕੋਈ ਗੱਲ ਸੋਚਦੇ ਆ ਕਿ ਬ੍ਰਹਮ ਵਿਦਿਆ ਨੂੰ ਕੋਈ ਨਾ ਪੜ੍ਹ ਸਕਦਾ ਨੀ ਪੜ੍ਹਾ ਸਕਦਾ ਜੇ ਪਤਾ ਲੱਗ ਜਾਂਦਾ ਸੀ ਕਿ ਇਹਨੇ ਬ੍ਰਹਮ ਵਿਦਿਆ ਪੜ੍ਹੀ ਹੈ ਜੇ ਸੁਣੀ ਉਹਦੇ ਕੰਨਾਂ ਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਇਤਨੇ ਇਤਨੇ ਅਨਰਥ ਹੋਏ ਇਸ ਕਰਕੇ ਕਾਲ ਨੇ ਆਪਣੇ ਚੱਕਰ ਚ ਰੱਖਣ ਲਈ ਬੜੀਆਂ ਬੜੀਆਂ ਕਲਾ ਲੋਕਾਂ ਨੂੰ ਕਰਕੇ ਵਿਖਾਈਆਂ ਜੀ ਸੰਤ ਮਤਾ ਖੋਲ ਕਰ ਅਬ ਗਾਉਂ ਦੇ ਕਰ ਕਾਨ ਸੁਨੋ ਸਮਝਾਉਂ ਸਵਾਮੀ ਜੀ ਮਹਾਰਾਜ ਦਿਆਲ ਪੁਰਸ਼ ਕੀ ਫਰਮਾਉਂਦੇ ਨੇ ਕਿ ਕਾਲ ਦੀ ਕਲਾ ਨੂੰ ਮੈਂ ਚੰਗੀ ਤਰ੍ਹਾਂ ਖੁੱਲ ਕੇ ਬਿਆਨ ਕਰਦਾ ਔਰ ਸੰਤ ਮਤਾ ਵੀ ਤੁਹਾਨੂੰ ਦੱਸਦਾ ਤੁਸੀਂ ਖੋਲ ਕੇ ਕੰਨ ਮੇਰੀ ਗੱਲ ਨੂੰ ਸੁਣੋ ਜੀ ਨਹੀਂ ਪਤਾਲ ਨਹੀਂ ਨਿਰਤ ਆਕਾਸਾ ਪੰਜ ਤਾਤ ਨਹੀਂ ਤੇਰੇ ਗੁਣ ਸਵਾਸਾ ਕਹਿੰਦੇ ਉਸ ਵਕਤ ਦੀ ਮੈਂ ਗੱਲ ਕਰਦਾ ਜਦੋਂ ਕੁਛ ਵੀ ਹੋਂਦ ਵਿੱਚ ਨਹੀਂ ਸੀ ਉਹੋ ਹੀ ਸ਼ਬਦ ਜਪਜੀ ਸਾਹਿਬ ਦਾ ਸ਼ਬਦ ਹੈ ਏਕਾ ਕਵਾਓ ਏਕਾ ਪਸਾਓ ਤਿਸਤੇ ਹੋਏ ਲੱਖ ਦਰਿਆਓ ਬਈ ਜਿਹੜਾ ਸ਼ਬਦ ਗੁਰੂ ਨਾਨਕ ਜੀ ਮਹਾਰਾਜ ਦੇ ਜ਼ਬਾਨ ਤੋਂ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਚ ਅੰਕਤ ਅਰਬਦ ਨਰਬਦ ਤੁਲਤੁਕਾਰਾ ਉਹੀ ਗੱਲ ਲਿਖੀ ਹੋਈ ਹੈ ਕਹਿੰਦੇ ਉਦੋਂ ਕੁਛ ਵੀ ਨਹੀਂ ਸੀ ਜਦੋਂ ਦੀ ਮੈਂ ਗੱਲ ਕਰਦਾ ਫਿਰ ਅੱਗੇ ਦੱਸਦੇ ਨੇ ਵੀ ਕਿਵੇਂ ਸਭ ਕੁਛ ਹੋਇਆ ਜੀ ਨਹੀਂ ਸ਼ਿਵ ਸ਼ਕਤੀ ਨਾ ਪੁਰਸ਼ ਪਰ ਕਿਰਤੀ ਜੋਤ ਨਿਰੰਜਨ ਨਹੀਂ ਪਰ ਕਿਰਤੀ ਨਾ ਕੋਈ ਸੁਗਤ ਪੁਰਸ਼ ਸੀ ਬਈ ਨਾ ਪਰ ਕਿਰਤੀ ਸੀ ਜੋਤ ਨਿਰੰਜਨ ਪਹਿਲੇ ਸਥਾਨ ਦਾ ਨਾਮ ਹੈ ਨਾ ਉਹ ਸੀ ਕੋਈ ਵੀ ਸ਼ਕਤੀ ਉਸ ਵਕਤ ਹੋਂਦ ਵਿੱਚ ਅਜੇ ਆਈ ਨਹੀਂ ਸੀ ਜੀ ਤਾਰਾ ਮੰਡਲ ਸੂਰ ਨਾ ਚੰਦਾ ਪ੍ਰਿੰਡ ਪਿੰਡ ਬ੍ਰਹਿਮੰਡ ਰਚਾ ਨਹੀਂ ਅੰਡਾ ਕਹਿੰਦੇ ਨਾ ਪਿੰਡ ਸੀ ਨਾ ਮਰਵੰਡ ਸੀ ਨਾ ਤਾਰਾ ਮੰਡਲ ਸੀ ਨਾ ਸੂਰਜ ਚੰਦ ਸੀ ਕੁਛ ਵੀ ਨਹੀਂ ਸੀ ਪਿੰਡ ਕਿਹੜਾ ਇਸ ਅੱਖਾਂ ਤੋਂ ਨੀਚੇ ਨੀਚੇ ਤੋਂ ਜੋ ਸਰੀਰ ਹੈ ਇਹਨੂੰ ਪਿੰਡ ਕਿਹਾ ਅੰਡਾ ਇਸ ਤੋਂ ਉੱਪਰਲਾ ਸਥਾਨ ਜਿਹੜਾ ਬ੍ਰਹਮ ਦੇ ਔਰ ਇਸ ਥਰਡ ਆਈ ਦੇ ਦਰਮਿਆਨ ਨੂੰ ਅੰਡਾ ਕਰਕੇ ਕਿਹਾ ਕਹਿੰਦੇ ਉਸ ਵਕਤ ਕੋਈ ਚੀਜ਼ ਵੀ ਰਚੀ ਨਹੀਂ ਗਈ ਸੀ ਅਜੇ ਜੀ ਪੁਰਮ ਨਾ ਸ਼ੇਸ਼ ਨਹੀਂ ਕਾਰਾ ਮਾਇਆ ਬ੍ਰਾਹਮਣ ਈਸ਼ਵਰ ਤਾਰਾ ਕੁਰਮ ਜੀ ਦਾ ਜ਼ਿਕਰ ਆਉਂਦਾ ਸੱਤ ਪੁਰਸ਼ ਦੇ 16 ਪੁੱਤਰ ਸਨ ਰੂਹਾਂ ਦਾ ਖਜ਼ਾਨਾ ਉਹ ਕੁਰਮ ਦੇ ਪੇਟ ਸੀ ਕਹਿੰਦੇ ਨਾ ਉਦੋਂ ਪਿੰਡ ਸੀ ਨਾ ਕੁਰਮ ਸੀ ਨਾ ਕੋਈ ਖੰਡ ਸੀ ਨਾ ਕੋਈ ਬ੍ਰਹਮੰਡ ਸੀ ਕੁਛ ਵੀ ਨਹੀਂ ਸੀ ਹੋਂਦ ਵਿੱਚ ਅਜੇ ਆਇਆ ਨੀ ਉਸ ਸਥਾਨ ਦੀ ਉਸ ਸਮੇਂ ਦਾ ਜ਼ਿਕਰ ਸਵਾਮੀ ਜੀ ਕਰ ਰਹੇ ਨੇ ਜੀ ਆਤਮ ਪਰਮਾਤਮ ਨਹੀਂ ਦੋਈ ਸੁਨ ਮਹਾ ਸੁਨ ਰਾਚਨ ਸੋਈ ਬਈ ਉਸ ਵਕਤ ਕਹਿੰਦੇ ਨਾ ਆਤਮਾ ਸੀ ਨਾ ਪਰਮਾਤਮਾ ਸੀ ਨਾ ਖੰਡ ਸੀ ਨਾ ਬ੍ਰਹਮੰਡ ਸੀ ਨਾ ਸੁਨ ਸੀ ਨਾ ਮਹਾ ਸੁਨ ਸੁਨ ਦਸਵੇਂ ਦੁਆਰ ਨੂੰ ਕਿਹਾ ਦਸਵੇਂ ਦੁਆਰ ਤੋਂ ਅਗਲਾ ਸਥਾਨ ਨੂੰ ਮਹਾਸਵਨ ਕਰਕੇ ਕਿਹਾ ਸੱਚਖੰਡ ਦੇ ਨੀਚੇ ਨੇ ਉਹ ਸਥਾਨ ਕਹਿੰਦੇ ਅਜੇ ਬਣੇ ਨੀ ਸੀ ਕੋਈ ਵੀ ਜੀ ਅੱਲਾ ਖੁਦਾ ਰਸੂਲ ਨਾ ਹੋਤੇ ਪੀਰ ਮੁਰੀਦ ਨਾ ਦਾਦਾ ਪੋਤੇ ਗਰਜ਼ ਕੇ ਨਾ ਬ੍ਰਹਮ ਸੀ ਨਾ ਖੁਦਾ ਸੀ ਨਾ ਪੋਤਾ ਸੀ ਨਾ ਦਾਦਾ ਸੀ ਕੁਛ ਵੀ ਨਹੀਂ ਸੀ ਕੋਈ ਚੀਜ਼ ਹੋਂਦ ਵਿੱਚ ਉਸ ਵਕਤ ਅਜੇ ਆਈ ਨਹੀਂ ਸੀ ਖੇਦ ਪੁਰਾਨ ਕੁਰਾਨ ਨਾ ਕਹਿਤੇ ਮਸਜਿਦ ਕਾ ਬਾਬਾ ਗਨ ਦੇਤੇ
ਉਦੋਂ ਵੇਦ ਸੀ ਨਾ ਗੁਰੂ ਗ੍ਰੰਥ ਸ਼ਰੀਫ ਸੀ, ਕਦੇ ਨਾ ਮਸੀਤ ਸੀ, ਨਾ ਕੋਈ ਉੱਥੇ ਕੋਈ ਬਾਂਗ ਦੇਣ ਵਾਲਾ ਸੀ, ਕਰਜ਼ੇ ਕੇ ਕੁਛ ਵੀ ਨਹੀਂ ਸੀ ਜੀ। ਨਹੀਂ ਤੇਰੇ ਕਾਲ ਸੰਧਿਆ ਨਾ ਨਵਮ ਨਮਾਜਾ ਤੀਰਥ ਵਰਤ ਨੇਮ ਨਹੀਂ ਰੋਜਾ। ਨਾ ਰੋਜ਼ੇ ਸੀ, ਨਾ ਮਸੀਤ ਸੀ, ਨਾ ਨਮਾਜ਼ ਸੀ, ਨਾ ਸੰਧਿਆ ਜਿਹੜੀ ਕਰਦੇ ਸਨ ਲੋਕ, ਨਾ ਉਹਦਾ ਹੀ ਕੋਈ ਹੋਂਦ ਵਿਚ ਸੀ, ਜਦ ਕੋਈ ਕਰਨ ਵਾਲਾ ਹੀ ਨਹੀਂ ਸੀ, ਸਥਾਨ ਹੀ ਕੋਈ ਹੈ ਨਹੀਂ ਸੀ, ਤਾਂ ਕਿੱਥੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਕਰਮੀ ਸਰ ਥੇ ਨਾਈ ਪਾਈ ਯੋਗੀ ਗਿਆਨੀ ਖੋਜ ਨਾ ਪਾਈ। ਕੋਈ ਕਰਨੀ ਕਰਨ ਲਈ ਕੋਈ ਰਿਵਾਜ ਹੀ ਨਹੀਂ ਸੀ, ਨਾ ਉੱਥੇ ਜੋਗੀ ਸੀ, ਨਾ ਉਹ ਕੋਈ ਕਰਨੀ ਸੀ ਜੀ। ਦੋਹਾ ਤਸਵੀ ਹਵਸੀ ਜਾਹਿਦਾ ਨਹੀਂ ਆਵਿਦ ਅਮਬੂਦ ਕੁਤਬ ਤਕੰਬਰ ਔਲੀਆ ਕੋਈ ਨਥੇ ਮੌਜੂਦ। ਇੱਥੋਂ ਤੱਕ ਫਰਮਾਉਂਦੇ ਨੇ ਕਿ ਨਾ ਕੋਈ ਪੂਜਾ ਕਰਨ ਵਾਲਾ ਸੀ, ਨਾ ਕਿਹਦੀ ਪੂਜਾ ਕੀਤੀ ਜਾਵੇ ਹੋਈ ਸੀ, ਕਿਉਂਕਿ ਆਬਦ ਔਰ ਮਹਮੂਦ ਜਿਹੜਾ ਲਿਖਿਆ ਹੈ ਉਹ ਕਹਿੰਦੇ ਨਾ ਕੋਈ ਪੂਜਾ ਕਰਨ ਵਾਲਾ ਸੀ, ਨਾ ਕੋਈ ਪੂਜਾ ਕਰਾਉਣ ਵਾਲਾ ਸੀ, ਗਰਜੇ ਕੇ ਕੁਛ ਵੀ ਨਹੀਂ ਸੀ। ਉਸ ਸਮੇਂ ਦੀ ਹੋਣ ਦੇ ਬਾਰੇ ਸਵਾਮੀ ਜੀ ਮਹਾਰਾਜ ਦੱਸਦੇ ਨੇ ਜੀ। ਸਵਰਗ ਨਰਕ ਦੋਜਕ ਇਰਮ ਅਰਜ ਸਮਾਨਾ ਕੋ ਹੋਏ ਮੁਸਲਮਾਨ ਹਿੰਦੂ ਨਹੀਂ ਜੈਨ ਈਸਾ ਕੋਏ। ਸਾਰੇ ਗਿਣ ਕੇ ਦੱਸਦੇ ਤੇ ਬਈ ਨਾ ਕੋਈ ਦੋਜਕ ਸੀ, ਨਾ ਬਕੁੰਡ ਸੀ, ਨਾ ਕੋਈ ਨਰਕ ਸੀ, ਨਾ ਮੁਸਲਮਾਨ ਸੀ, ਨਾ ਕੋਈ ਈਸਾਈ ਸੀ, ਨਾ ਕੋਈ ਹਿੰਦੂ ਸੀ। ਉਦੋਂ ਹੋਂਦ ਚ ਆਇਆ ਨੀ ਕੁਛ ਵੀ ਅਜੇ, ਉਸ ਸਮੇਂ ਦੀ ਗੱਲ ਕਰਦੇ ਨੇ ਜੀ। ਸਵਰਗ ਨਰਕ ਦੋਜਕ ਇਰਮ ਅਰਜ ਸਮਾਨ ਹੋਏ ਮੁਸਲਮਾਨ ਹਿੰਦੂ ਨਹੀਂ ਜੈਨ ਈਸਾ ਕੋਏ। ਨਾ ਕੋਈ ਮੁਸਲਮਾਨ ਸੀ, ਨਾ ਹਿੰਦੂ ਸੀ, ਨਾ ਕਹਿੰਦੇ ਈਸਾ ਸੀ। ਉਸ ਸਮੇਂ ਦੀ ਜਿਸ ਸਮੇਂ ਉਹ ਗੁਰੂ ਮਹਾਰਾਜ ਦਾ ਸ਼ਬਦ ਉਚਾਰਨ ਹੋਇਆ, ਜਿਸ ਸਮੇਂ ਦਾ ਜ਼ਿਕਰ ਕਰਦੇ ਨੇ, ਅਰਪਦ ਨਰਪਦ ਧੁੰਦੂ ਕਾਰਾ, ਕੁਛ ਵੀ ਨਹੀਂ ਸੀ ਬਈ, ਧੁੰਦ ਕਾਰ ਦੀ ਅਵਸਥਾ ਦੇ ਵਿੱਚ ਮਾਲਕ ਪਿਆ। ਸਵਾਮੀ ਜੀ ਮਹਾਰਾਜ ਨੇ ਬੜਾ ਖੋਲ ਕੇ ਲਿਖਿਆ ਕਿ ਉਸ ਵਕਤ ਧੁੰਦੂ ਕਾਰ ਦੀ ਅਵਸਥਾ ਸੁਣ ਸਮਾਧ ਦੇ ਵਿੱਚ ਉਹ ਮਾਲਕ ਪਿਆ ਸੀ। ਉਸ ਤੋਂ ਬਾਅਦ ਮਾਲਕ ਦੇ ਮਨ ਦੇ ਅੰਦਰ ਕੋਈ ਮੌਜ ਉੱਠੀ, ਸੱਚ ਖੰਡ ਤੱਕ ਇਹ ਰਚਨਾ ਹੋਈ, ਅਲਕਾ ਗਮ ਦੇਸ਼ ਬਣੇ, ਸੱਚ ਖੰਡ ਵਿੱਚ ਆ ਕੇ ਬੜੀ ਜ਼ਬਰਦਸਤ ਧਨਕਾਰ ਹੋਈ, ਜਿਹਦੇ ਜ਼ਰੀਏ ਉਹ ਜਿਹੜਾ ਏਕੋ ਪਸਾਓ ਏਕੋ ਪਵਾਓ ਲਿਖਿਆ, ਇਸ ਤੇ ਹੋਏ ਲੱਖ ਦਰਿਆ, ਉਹ ਕਹਿੰਦੇ ਸਭ ਕੁਝ ਹੋਂਦ ਵਿੱਚ ਫਿਰ ਉਸ ਤੋਂ ਬਾਅਦ ਆਇਆ ਹੈ। ਇਸ ਸ਼ਬਦ ਵਿੱਚ ਸਭ ਕੁਝ ਜ਼ਿਕਰ ਕੀਤਾ, ਅਗਲੇ ਸ਼ਬਦ ਦੇ ਵਿੱਚ ਸਭ ਕੁਝ ਬਿਆਨ ਕਰਦੇ ਨੇ, ਮਗਰ ਅਸੀਂ ਕਿਉਂਕਿ ਬਾਣੀ ਵਿਸਾਖ ਮਹੀਨੇ ਪ੍ਰਤੀ ਲਈ ਹੋਈ ਹੈ, ਅਗਰ ਅਸੀਂ ਉਹਨੂੰ ਹੀ ਕੰਟੀਨਿਊ ਕਰਦੇ ਤਾਂ ਸਾਡਾ ਪਰਪਸ ਨਹੀਂ ਰਹੇਗਾ। ਅਸੀਂ ਕੁਝ ਹੋਰ ਵੀ ਸੁਰਤ ਸ਼ਬਦ ਯੋਗ ਬਾਰੇ ਦੱਸਣਾ ਕਿ ਇਹਦੀ ਕਰਨੀ ਕੀ ਹੈ, ਮਨੁੱਖ ਜਨਮ ਚ ਦਾ ਅਸਲੀ ਡਿਊਟੀ ਇਹਦੀ ਕੀ ਕਰਨਾ ਇਹਨੇ ਕੀ, ਫਿਰ ਉਹ ਸਭ ਕੁਝ ਰਹਿ ਜਾਏ, ਕਿਉਂਕਿ ਸਮੇਂ ਦੇ ਅਸੀਂ ਵਿੱਚ ਚੱਲਣਾ ਹੈ। ਉਸ ਸਮੇਂ ਦੇ ਅੰਦਰ ਸਭ ਕੁਝ ਡਿਸਕਸ ਕਰਦੇ ਹੋਏ ਭਾਈ ਉਸ ਸਮੇਂ ਦੀ ਪ੍ਰੋਪਰ ਵਰਤੋਂ ਔਰ ਜੋ ਕੁਛ ਅਸੀਂ ਦੱਸਣਾ ਚਾਹੁੰਦੇ ਉਹਦੇ ਮੁਤਾਬਕ ਹੀ ਉਹਦੇ ਚ ਸਾਨੂੰ ਰਹਿਣਾ ਪਏਗਾ। ਕਿਉਂਕਿ ਅਗਲੀ ਜੋ ਅਗਲੇ ਮਹੀਨੇ ਦੀ ਕਥਾ ਹੈ, ਅਗਲੇ ਮਹੀਨੇ ਦੇ ਸਤਸੰਗ ਚ ਅਸੀਂ ਜ਼ਰੂਰ ਬੇਨਤੀ ਕਰਾਂਗੇ, ਸਾਨੂੰ ਇਜਾਜ਼ਤ ਦਿਓ ਤਾਂ ਕਿ ਅਸੀਂ ਕੋਈ ਹੋਰ ਬਾਣੀ ਵੀ ਲੈ ਸਕੀਏ, ਸਾਡੇ ਵਕਤ ਦੀ ਪ੍ਰੋਪਰ ਯੂਟੀਲਿਟੀ ਜਿਹੜੀ ਹੋ ਸਕੇ ਜੀ। ਬਾਹੂ ਦੀ ਬਾਣੀ ਨਕਲ ਟਾਈਮ ਤੋਂ ਭੱਜਿਆ ਜਾ ਰਿਹਾ, ਵਕਤ ਇਜਾਜ਼ਤ ਨਹੀਂ ਦਿੰਦਾ ਕੁਛ ਵੀ, 11:30 ਹੋ ਗਏ, ਕਿਉਂਕਿ ਅਸੀਂ ਲੰਗਰ ਵੀ ਕਰਨਾ। ਕਲਾਮ ਹਜ਼ਰਤ ਸੁਲਤਾਨ ਬਾਹੂ। ਪੀਰ ਮਿਲਿਆ ਜੇ ਪੀੜ ਨਾ ਜਾਵੇ ਤਾਂ ਉਸ ਪੀਰ ਕੀ ਧਰਨਾ ਹੋ। ਪੀਰ ਮਿਲਿਆ ਜੇ ਪੀੜ ਨਾ ਜਾਵੇ
ਜਿਸ ਨੂੰ ਪੀਰ ਕੀ ਤਰ ਨਾ ਹਜ਼ਰਤ ਸੁਲਤਾਨ ਬਾਹੂ ਬਈ ਪੂਰੇ ਫਕੀਰ ਹੋਏ ਮੁਸਲਮਾਨ ਲੋਕਾਂ ਦੇ ਵਿੱਚ ਉਹ ਬੜੇ ਮਹਾਤਮਾ ਪੂਰੇ ਸਨ ਕੀ ਫਰਮਾਉਂਦੇ ਨੇ ਇਸ ਤਰ੍ਹਾਂ ਕਬੀਰ ਸਾਹਿਬ ਨੇ ਵੀ ਦੱਸਿਆ ਮਾਂ ਮੁੰਡੋਸ ਗੁਰੂ ਕੀ ਜਿਸ ਤੇ ਪਰਮ ਨਾ ਜਾਏ ਇਹ ਸੁਲਤਾਨ ਬਾਹੂ ਕੀ ਕਹਿੰਦੇ ਪੀਰ ਮਿਲਿਆ ਜੇ ਪੀੜ ਨਾ ਜਾਵੇ ਤਾਂ ਉਸ ਪੀਰ ਨੂੰ ਕੀ ਸਿਰ ਤੇ ਤਰਨਾ ਹੈ ਦੱਸਦੇ ਨੇ ਕਿ ਖੋਜ ਕਰਕੇ ਉਸ ਮਹਾਤਮਾ ਨੂੰ ਵੀ ਪੀਰ ਚੋਣਨਾ ਐਵੇਂ ਨਹੀਂ ਕਿ ਉੱਥੇ ਕਿਸੇ ਡੇਰੇ ਚ ਕਿਸੇ ਗੁਰਦੁਆਰੇ ਚ ਗਏ ਜੋ ਕੋਈ ਬਾਣੀ ਆਈ ਉਹਨੂੰ ਮਨ ਤੇ ਰੱਖ ਲਿਆ ਵੀ ਏਦਾਂ ਰਸਤਾ ਨਾ ਖੁੱਲ ਸਕੇ ਤਾਂ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਇਸ ਪ੍ਰਤੀ ਸਭ ਬਾਣੀ ਆਏਗੀ ਜਰਾ ਧਿਆਨ ਰੱਖਣਾ ਔਰ ਜੋ ਕੁਛ ਸੰਤ ਮਹਾਤਮਾ ਅਸੀਂ ਆਪਣੇ ਕੋਲੋਂ ਕੁਛ ਕਹਿਣਾ ਨਹੀਂ ਜੋ ਕੁਛ ਸੰਤ ਮਹਾਤਮਾ ਪ੍ਰੇਰਨਾ ਦਿੰਦੇ ਉਹਦੇ ਮੁਤਾਬਕ ਹੀ ਚੱਲਣਾ ਔਰ ਅਸਲੀ ਰਸਤੇ ਦੀ ਖੋਜ ਕਰਕੇ ਅਸੀਂ ਅਭਿਆਸ ਚ ਜਾਣਾ ਜੀ ਪੀਰ ਮਿਲਿਆ ਜੇ ਪੀੜ ਨਾ ਜਾਵੇ ਤਾਂ ਉਸ ਨੂੰ ਪੀਰ ਕੀ ਧਰ ਨਾ ਹੋ ਮੁਰਸ਼ਦ ਮਿਲਿਆ ਔਰ ਸਾਧਨਾ ਮਨਾ ਨੂੰ ਉਹ ਮੁਰਸ਼ਦ ਕੀ ਕਰਨਾ ਹੋ ਪੀਰ ਦੇ ਮਿਲਣ ਨਾਲ ਕਹਿੰਦੇ ਪੀਰ ਨਾ ਜਾਵੇ ਉਸ ਪੀਰ ਨੂੰ ਕੀ ਧਾਰਨ ਕਰਨਾ ਜੇ ਮੁਰਸ਼ਦ ਮਿਲਿਆ ਅਰਸ਼ਾਦ ਨਾ ਮਨ ਨੂੰ ਉਹ ਮੁਰਸ਼ਦ ਕੀ ਕਰਨਾ ਹੈ ਜੇ ਵੀ ਇਹਦਾ ਕਾਰੀਆ ਕੋਈ ਹੁੰਦਾ ਨਹੀਂ ਇਹਦੇ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਤਾਂ ਕਹਿੰਦੇ ਉਹਦੇ ਕੋਲੋਂ ਸਾਨੂੰ ਪ੍ਰਾਪਤੀ ਕੁਛ ਹੋਣੀ ਨਹੀਂ ਜੀ ਜਿਸ ਹੱਥ ਦੀ ਕੰਨੋਂ ਹਦਾਇਤ ਨਾਹੀ ਉਹ ਹੱਥ ਦੀ ਕੀ ਫੜਨਾ ਹੋ ਜਿਸ ਹਾਦੀ ਕੰਨੋ ਹਦਾਇਤ ਨਾਹੀ ਉਹ ਹਾਦੀ ਕੀ ਫੜਨਾ ਹੋ ਹਾਦੀ ਕਿਹਨੂੰ ਕਹਿੰਦੇ ਨੇ ਹਦਾਇਤ ਕਰਨ ਵਾਲਾ ਇੱਕ ਸੁਣਨ ਵਾਲਾ ਇੱਕ ਹਦਾਇਤ ਕਰਨ ਵਾਲਾ ਹੈ ਕਹਿੰਦੇ ਜਿਸ ਹਾਦੀ ਦੇ ਕਹਿਣ ਨਾਲ ਕੋਈ ਹਦਾਇਤ ਨਾ ਹੋਈ ਉਹਨੂੰ ਹਾਦੀ ਕੀ ਮੰਨਣਾ ਹੈ ਕੀ ਕਰਨਾ ਹੈ ਉਹਦਾ ਕਿਸ ਕੰਮ ਹੈ ਜੀ ਜੇ ਸਿਰ ਦਿੱਤਿਆ ਹੱਕ ਹਾਸਲ ਹੋਵੇ ਬਾਹੂ ਮੌਤੋਂ ਮੂਲ ਨਾ ਡਰਨਾ ਹੋ ਕੀ ਕਹਿੰਦੇ ਨੇ ਅਗਰ ਕੰਟਰੀਬਿਊਸ਼ਨ ਸਾਡੀ ਵੱਲ ਵੇਖਦੇ ਹਾਂ ਜੇ ਸਿਰ ਦਿੱਤਿਆ ਹੱਕ ਉਸ ਬਾਲਕ ਨੂੰ ਕਿਹਾ ਸਤ ਲੋਕ ਨੂੰ ਕਿਹਾ ਸਤਪੁਰਸ਼ ਨੂੰ ਕਿਹਾ ਜੇ ਉਹ ਹਾਸਲ ਹੋ ਜਾਵੇ ਉਸ ਸਿਰ ਦਿੱਤਿਆ ਕਹਿੰਦੇ ਫਿਰ ਮੌਤੋਂ ਮੂਲ ਕੀ ਡਰਨਾ ਮੌਤ ਤੋਂ ਕੀ ਡਰਨਾ ਕਿਉਂਕਿ ਕਬੀਰ ਸਾਹਿਬ ਨੇ ਵੀ ਲਿਖਿਆ ਸਿਰ ਲੋਹੂ ਕੀ ਖੋਪੜੀ ਹਰ ਹੀਰਿਆਂ ਦੀ ਖਾਨ ਜੇ ਸਿਰ ਦਿੱਤਿਆ ਹਰ ਮਿਲੇ ਤਾਂ ਵੀ ਸਸਤਾ ਜਾਣ ਜੀ ਪੜ ਪੜ ਇਲਮ ਹਜ਼ਾਰ ਕਿਤਾਬਾਂ ਆਲਮ ਹੋਏ ਸਾਰੇ ਹੂ ਪੜ ਪੜ ਇਲਮ ਹਜ਼ਾਰ ਕਿਤਾਬਾਂ ਆਲਮ ਹੋਏ ਸਾਰੇ ਹੂ ਹੁਣ ਜੀਵ ਦਾ ਕੀ ਕੰਮ ਹੈ ਦੋ ਚੈਪਟਰ ਕਿਸੇ ਕਿਤਾਬ ਚ ਪੜ੍ਹ ਲਏ ਇਹ ਫਿਰ ਆਲਮ ਬਾਜ਼ਲ ਬਣ ਗਿਆ ਕਹਿੰਦਾ ਉਹ ਕੋਈ ਗਿਆਨ ਹੈ ਕਿਤਾਬਾਂ ਨੂੰ ਪੜ੍ਹ ਕੇ ਐਕਸਪਲੇਨ ਕਰ ਦਿੰਦਾ ਕਿ ਆ ਤੈਨੂੰ ਮੈਂ ਥਿਉਰੀ ਦੱਸਾਂ ਇਹ ਮਜ਼ਮੂਨ ਅਨੁਭਵ ਦਾ ਕਿ ਜਿਹੜੇ ਚੌਂਕੜੀ ਬਾਹਰ ਕੇ ਅੰਦਰ ਸੁਧਦਾ ਸਮਟਾਓ ਇੱਥੇ ਹੁੰਦਾ ਇੱਥੇ ਸ਼ਬਦ ਦੀ ਧੁਨਕਾਰ ਸੁਣਦੇ ਨੇ ਸਾਰਾ ਸੰਸਾਰ ਇੱਕ ਪਾਸੇ ਹੋਵੇ ਉਹਨੂੰ ਨਹੀਂ ਮੰਨਣਗੇ ਉਸ ਗੱਲ ਨੂੰ ਜੀ ਇੱਕ ਹਰਫ ਇਸ਼ਕ ਦਾ ਨਾ ਪੜ ਜਾਣਨ ਭੁੱਲੇ ਫਿਰਨ ਵਿਚਾਰੇ ਹੂ ਅਲਫ ਜਿਹੜਾ ਅਕਸ਼ਰ ਦੇ ਵਿੱਚ ਲਿਖਿਆ ਮੈਖੜੀ ਬਾਣੀ ਦੇ ਵਿੱਚ ਬੋਲਣ ਵਾਲਾ ਲਿਖਿਆ ਕਹਿੰਦੇ ਉਹ ਤਾਂ ਪਤਾ ਨਹੀਂ ਤਾਂ ਉਹ ਇਸ਼ਕ ਨੂੰ ਕੀ ਜਾਣ ਸਕਦੇ ਉਹਨੂੰ ਪਤਾ ਹੀ ਨਹੀਂ ਅੱਗੇ ਹੋਇਆ ਹੈ ਕਿ ਉਹ ਅਲਫ ਕੀ ਰਿਪ੍ਰੈਜੈਂਟ ਕੀ ਕਰਦਾ ਉਸ ਮਾਲਕ ਦੀ ਸ਼ਕਤੀ ਕਿੰਨੀ ਕਥਾ ਹੈ ਜੀ ਇੱਕ ਨਿਗਾਹ ਜੇ ਆਸ਼ਿਕ ਵੇਖੇ ਲੱਖ ਹਜ਼ਾਰਾਂ ਤਾਰੇ ਹੂ ਜਿਹਨੇ ਹੁਣ ਉਹ ਪ੍ਰੇਮ ਕੀਤਾ ਸੰਤਾਂ ਨਾਲ ਜੇ ਉਹ ਇੱਕ ਨਿਗਾਹ ਵੇਖ ਲਵੇ ਕਹਿੰਦੇ ਉਹਨੇ ਹਜ਼ਾਰਾਂ ਹੀ ਤਾਰ ਦਿੱਤੇ ਜੀ ਲੱਖ ਨਿਗਾਹ ਜੇ ਆਲਮ ਵੇਖੇ ਕਿਸੇ ਨ ਕੰਦੀ ਚਾੜੇ ਹੂ
ये पढ़े लिखे बंदे है किताबां दे रेफरेंस नाल गल करदे ने कहिंदे ओह हजारां बंदियां दे विचों एक भी पार नहीं कर सकता, लेकिन आशिका जी ने मालक दे नाल प्रेम कीता वो जी एक तवज्जो करे तो हजारां बंदियां नूं बेड़े पार कर सकदा। उहदा कंपैरिजन कर रहे ने भगत दी और जेड़ा भगती नहीं जवानी चुंझ ज्ञान वाले रेफरेंस जेड़ा लै रहे ने जी। इश्क अकल विच मंजिल पारी शिया कुआं दे पाड़े हूं। अकल ते इश्क दे विच कहंदे लखां कुआं दा पाड़ा है, गल नाल कह देना पर प्रैक्टिकली करन वाला ही कहंदी रोज आदमी अभ्यास करदा ओहदा ते गल्लां करन वाले दा कहना इन्ना पाड़ा है कि जमीन और आकाश दरमियान जितना फासला इतना है। जेड़ा अपने सतगुरु नूं याद करके रोज बैठदा चौकड़ी धारण करदा भी अंदर ओहदा स्वरूप भी वेखदा है, अंदर ओहदे नजारे भी वेखदा उस पैसेज ते उस रस्ते ते नजारे वेखण नूं भी उहनूं मिलदे ने जी। इश्क न जिन्ना खरीदिया बहू ओ दोई जहानी मारे हू। इन्हें इश्क दे नाल सौदा कीता नहीं, कहंदे ओ दोनों जहान च मारे गए इत्थे भी मारे गए, गांव नूं मिलना की है कुछ भी नहीं मिलेगा उन्हूं। पंजे महल पंजां विच चानन दीवा कित वल तरिए हूं। ही जिक्र पंजां स्थानां दा आ रहा जेड़ा जपजी साहब गुरु नानक देव जी ने कीता। पंज कहंदे मंजिलां ने, पंजां विच चानन दीवा किस वल तरिए हूं, कहंदे किते किते किस मंजिल ते दीवा जगावां, इह तां पंजे जग रहियां ने, पंजां मंजिलां दे विच प्रकाश है। जो गुरु नानक देव जी कहंदे सोई बाहू साहब कहंदे ने, सोई तुलसी साहब कहंदे ने, सोई स्वामी जी कहंदे ने, सोई गुरु नानक देव जी कहंदे ने जी। पंजे महर पंजे पटवारी हासल कित वल परिए हूं। उन्हें पंज महल ने जिन्होंने पौड़ियां करके लिखे ज्योत नंजन तो लैके सत लोक तक सतपुरुष तक पंज महल ने, पंजा महला ने कहंदे पंज पटवारी है हासिल किस वल परिए हो। जेड़ा वो मामला लाउंदा पटवारी कहंदे वो किनू पेमेंट करी, क्योंकि पंज नहीं आंदा एक थोड़ा है, पंजा दे रस्ते तो चल के पंजा दा दर्शन उन्हों हुंदा, कहंदे उस केड़े पटवारी नू हासिल जो मामला लगदा है उहदा जो जजिया लगदा है वो किहदे वल कहंदे परिए किनू देईए हो जी। पंजे अमामत पंजे किबले सजदा किस वल करिए हूं। पंजो दे मालक ने अमाम कहंदे ने जिस तरह किसी मस्जिद का अमाम है जिवें महंत कहते संत कहते, ते पंजे किबले ने किबले मक्के नूं कहंदे ने, कहंदे पंज ही मक्के ने, पंजो दे अमाम ने सजदा किस नूं करिए हूं किनू सजदा करिए जी। बाहू साहब ज सिर मंगे हरगिस टेल न करिए हूं। बाहू साहब फरमाउंदे ने जे साहब सिर मंगे ता बिल्कुल कहंदे टल टिल करन दा मकसद कोई नहीं, फटाफट ओ दे देना चाहिदा उहनूं जी। तन मन जार में शहर बनाया दिल विच खास महल हूं महला हूं। ये तन मन मालक ने बनाया इहदे विच इक खास महल है, केड़ा अखां दे उपरले पासे जदों चढ़ांगे दसवें द्वार वल दा इशारा करदे ने उहदे विच कहिंदे इक खास महल है अखां दे उपरले पासे दसवें द्वार दा जिक्र करदे ने जी। आन अलफ दिल बसों कीती मेरी होई खूब तसल्लाहूं। क्योंकि बुल्ले शाह ने एक जगह ते लिखा है जिस वक्त पढ़न पाया उन्हू मौलवी कहंदा कहो अलफ, कहंदा अलफ, कहंदा बे, वो कहंदा करदिआं नूं दे हुण मैनू जरूरत कोई नहीं अलफ च ही मेरा मकसद हल हो गया, कहंदा अलफ जेड़ा जे तू पढ़न नूं मैनू मिल गया अगली गल पढ़न लई तां मैनू जरूरत ही नहीं पई क्योंकि अल्प ची मेरा काम हो गया, क्योंकि मालक का मलाप हो गया। जिवें गुरु महाराज ने एका लिख के ऊड़ा खुले मुंह वाला कर दिता कि ओदी सारी रचना उन्हें आकार दे जरिए सब को बनाया, एक नू एक्सप्लेन कर दिया 1430 पन्ने लिख दिते मगर एक दी एक्सप्लेनेशन हुई नहीं किनू हुई
जिन्हें अनुभव के जरिए सब कुछ वेख्या, उन्हें सब कुछ पता लग गया एक एका कौन है। उस मालिक की सिफत का कोई अंत नहीं, वो समझ नहीं आई, वो विच ही अपने आप। एक जगह कबीर साहब लिखते ने, गई पुत्री लून की ता सिंध की लैन, अनाथ आप सागर वही आप पता बतावे कौन। लून की डली कह दी मैं मालिक का पता करके, समुन्द्र का पता करके मैं तुम आके दस दी है। जो समुन्द्र के गए, पानी ने उन्हों अपने कंज्यूम कर लिया, हूं वह लून तो रहा ही ना, वो तो नमकीन पानी बन गया। हूं कहते कौन दसे भी लून केड़ा तो पानी केड़ा। इस तरह कहते उस अल्फ ने मेरी इन्नी तसली की कि मैं एक्सप्लेन कर जोगा ही नहीं रहा जी। सब कुछ मैनू पिया सुनीवे, जो बोले मास बाए अल्लाह। वो शब्द जेड़ा है कहते मेरे अंदर अपने आप ही सुन रहा है, एक अल्लाह तो सवा कहने और किसे काम नहीं, एक अल्लाह ही अल्लाह है और सब गला ही ने। गला ना मजमून नहीं भाव कि चुंज ज्ञान की गल नहीं, प्रैक्टिकल मजमून का मसला है जी। दर्द मंदाए रमज पछाती, बाहू बेदर्दा सिर खलाहू। इन्हां दे अंदर दर्द है, उन्हां नूं ए रमज जड़ी मैं देती उन्हें पछाण ली और अभ्यास बटना शुरू किया। जिन्हों दर्द कोई नहीं कहते उन्हां दे सिर खलाहू, लानत या जुत्ती कह सकते खले नूं, उन्हां दे सिर ते कहते जुत्ती लानत। जेड़े दर्द मिलने वो मालिक के सिमन दे नाल जुड़ के उहदे विच अपने आप नूं भेद करता उन्हां जी। तस बीस दा तू किस भी होयो, मारे दम बलिया कहना। तो दमा ने बलिया के दम मार दे, तू तस्बीहां मतलब एग्जाम्पल देने, जब तू एग्जाम्पल देना उदो तो तू आकाश न तारे तोड़ जाना। कहते जेडे तस्बीह वाली गल नू करते ने, ज्ञान रूपी गल करते ने अखा अक्षरां दे विच, कहने उन्हां दे सिर खला हो जी। दिल दा मन का एक न फेरे, गाज पाए पंज बैया हो। कहने दिल दा मन का तू एक नहीं फेरदा, ते गल दे विच पंज भी आ हो, मतलब भी पंज सौ, पंज जानी सौ मनकियां दी माला बना के गल च पाई फिरदा। कहने मन दा एक मनका भी तू फेर नहीं सकया जी। देन गया गल कोटू आवे, लेन गया तस्वीया हूं। जब तेन देन दी वारी आई, तो कहता गल कोटू आवा तेन, लेन गया तस्वीया हूं। जो तेरे लैन दी वारी कोई आंदी है, उस वक्त बसाला देना कि फलाने नु वेख लो, टंगाने नु वेख लो। तो जो तेरी देन दी वारी आंदी है, कुछ भी लिया सिट तन मन धन, उते फिर कहता तेरे गल नु कोट चढ़दी है। गल कोटू हो, गल कोटू एक बीमारी जिदे पशु मरते, कहते फिर तू बड़ा मरने तैयार हो जा, लेना नहीं कुछ भी तेला जी। पत्थर चेत जिना दा बाहू, उठे जाया बसना मियाहू। जिना दा चेती पत्थर वर्ग है, उन्होंने देश च उन्होंने कोल कहते जान का फायदा कुछ नहीं, उदे चो निकलना कुछ नहीं, क्योंकि चेती पत्थर है, उन्हें मोल्ड नहीं होना जी। तू भी जाग न जाग फकीरा, अंत नू लोड़ जगाया हूं जी। अखी मिटिया ना दिल जागे, जागे जा मतलब नू पाया हूं। ये बगले वांगू अखा मीच के बैठ गई कि मैं रब का सिमरन करना, कहने कोई गल पर बननी नहीं। जो मन जाग पेगा उस वक्त कहते अखा चाहे मीच चाहे ना मीच, फिर कहता तेनू जो परपज है मिल जाएगा, हल हो जाएगा मकसद जी। ए नुकता जत पुख्ता कीता, ता जहर आख सुनाया हूं। हुन है जिदे उत्ते सिर दे उत्ते नुकता नहीं, गैन दे उत्ते नुकता है। कहंदे जदों उस नुकते दी गल पक्की होगी, कहंदे फिर पता लग गया जीम ढिड दे विच नुकता है, जीम जुदा। अगर वो नुकता उहदे सिर ते चुक के ला दिए तां खे बन गई,
ਫਿਰ ਖੁਦਾ ਫਿਰ ਖੁਦਾ ਦਾ ਪਤਾ ਲੱਗ ਗਿਆ ਨਹੀਂ ਤਾਂ ਜੁਦਾ ਹੀ ਹੈ ਉਹਦੇ ਕੋਲੋਂ ਵਿਚਕਾਰ ਪਰਦਾ ਟੁੱਟਿਆ ਨਹੀਂ ਇਹ ਮਕਸਦ ਕਹਿ ਰਹੇ ਹੋ ਜੀ ਬਾਹੂ ਮੈਂ ਤਾਂ ਭੁੱਲੀ ਬੈਂਦੀ ਮੁਰਸ਼ਦ ਰਾਬ ਖਾਇਆ ਕਿ ਬਾਬੂ ਸਾਹਿਬ ਕਹਿੰਦੇ ਨੇ ਮੈਂ ਤਾਂ ਭੁੱਲੀ ਤੁਰੀ ਫਿਰਦੀ ਸੀ ਮੇਰੇ ਮੁਰਸ਼ਦ ਨੇ ਮੈਨੂੰ ਰਾਹ ਵਿਖਾਇਆ ਉਸ ਰਾਹ ਤੇ ਮੈਂ ਤੁਰ ਕੇ ਮਾਲਕ ਦੀ ਪ੍ਰਾਪਤੀ ਕਰਨ ਲਈ ਉਹਨੂੰ ਹਾਸਲ ਕਰ ਲਿਆ ਸ਼ਬਦ ਦੀ ਨਾ ਮੰਨਿਆ ਸਭ ਸੰਗਤਾਂ ਨੇ ਮਿਲ ਕੇ ਬੇਨਤੀ ਨਾਲ ਪੜ੍ਹਨੀ ਉਸ ਤੋਂ ਬਾਅਦ ਲੰਗਰ ਹੋਏਗਾ ਪ੍ਰਸ਼ਾਦ ਵੱਲੋਂ ਵਰਤੇਗਾ ਫਿਰ ਲੰਗਰ ਹੋਏਗਾ ਕਿਉਂਕਿ ਦੁਪਹਿਰ ਆ ਗਈ ਸੰਗਤਾਂ ਨੇ ਬਾਹਰ ਵੀ ਜਾਣਾ ਇੰਨਾ ਹੀ ਸਵੀਕਾਰ ਕਰਨਾ ਔਰ ਖਿਮਾ ਕਰਨਾ ਮੈਂ ਬੇਨਤੀ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰਬਾਰ ਚ ਜਿਨ੍ਹਾਂ ਸੰਗਤਾਂ ਨੇ ਹਾਜ਼ਰੀ ਲਾਈ ਏ ਵੀ ਉਹਨਾਂ ਨੂੰ ਸੱਚਖੰਡ ਨਿਵਾਸੀ ਬਣਾਉਣ ਪੁਰਸ਼ ਤੁਮ ਸਤਿਗੁਰ ਦਾਤਾ ਸਭ ਜੀਵਨ ਕੇ ਪੈਦਾਰ ਮਾਤਾ ਦਿਆਦਾਰ ਆਪਣਾ ਕਰ ਲੀਜੇ ਕਾਲ ਜਾ ਸਤਿਯੁਗ ਤ੍ਰੇਤਾ ਪਰਮੀਤਾ ਕਾਹੂ ਨ ਜਾਨੀ ਜਮਦ ਕੀ ਰੀਤਾ ਕਲਯੁਗ ਮੇਂ ਸਵਾਮੀ ਦਇਆ ਵਿਚਾਰੀ ਪ੍ਰਗਟ ਕਰ ਕੇ ਜਬਦ ਪੁਕਾ ਜੀਵ ਕਾਜ ਸਮੀ ਜਗ ਮੇ ਆਏ ਪਸਾਗਰ ਦੇ ਪਾਰ ਲੰਘਾਏ ਤੀਨ ਚੋੜ ਜਾਦਾ ਪਦ ਦੀਨਾ ਸਤਨਾਮ ਸਤਿਗੁਰ ਰਤ ਚੀ ਜਗਮਗ ਜੋਤ ਹੋ ਗਗਨ ਸੋਤ ਬਣ ਚੰਦਰ ਨਿਹਾਰਾ ਸੇਤ ਸਿੰਘਾਸਨ ਜਤਰ ਬਿਰਾਜੇ ਅਨਾਦ ਸ਼ਬਦ ਵੈਭ ਤੁਮ ਗਾਜੇ ਚਰਨ ਚਰਨ ਦੀ